ਪੰਜਾਬੀ ਪੋਡਕਾਸਟ ਤੇ ਤੁਹਾਡਾ ਸਵਾਗਤ ਹੈ ਮੈਂ ਪਰਮੇਸ਼ਰ ਸਿੰਘ ਵਿਦਵਾਲੀ ਇੱਕ ਰੁੱਖੇ ਸੰਤ ਦੇ ਨਾਲੋਂ ਨਰਮ ਸੁਭਾਅ ਦੇ ਜਾਂ ਕਹਿ ਸਕਦੇ ਆ ਜੋ ਕੁਝ ਬੋਲੇ ਨਾ ਸ਼ੈਤਾਨ ਆ ਜਾਂ ਤੁਹਾਡਾ ਦੁਸ਼ਮਣ ਆ ਉਹਦੇ ਨਾਲ ਸਹਿਮਤ ਹੋਣਾ ਤੁਹਾਨੂੰ ਆਸਾਨ ਲੱਗਦਾ ਏ ਪਰ ਅੰਦਰ ਦੇ ਵਿੱਚ ਕੁਝ ਵੀ ਹੋਵੇ ਇੱਕ ਹਵਤ ਲਿਬਰਾਨ ਤੋਂ ਆ ਇੱਥੇ ਠੀਕ ਆ ਜੀ ਹਾਂ ਤੇ ਹੁਣ ਕਹਿੰਦੇ ਪੰਜਾਬ ਸਰਕਾਰ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੀ ਇੱਕ ਨਵੀਂ ਪਾਲਿਸੀ ਲੈ ਕੇ ਆ ਰਹੀ ਆ ਹੂੰ ਕਹਿੰਦੇ ਤੁਹਾਨੂੰ ਖੁੱਲੇ ਪੈਸੇ ਮਿਲਣੇ ਆ ਹੂੰ ਜਿਨ੍ਹਾਂ ਦੇ ਫਾਲੋਅਰ 10000 ਤੋਂ ਪਲੱਸ ਤੇ 1 ਮਿਲੀਅਨ ਤੱਕ ਹੈਗੇ ਆ ਹੂੰ ਸਰਕਾਰ ਆ ਕੁਲ ਸਕੀਮ ਲੈ ਕੇ ਆਇਆ ਕਰੂਗੀ ਹੂੰ ਤੁਸੀਂ ਉਹ ਸਿਰਫ ਪ੍ਰਚਾਰ ਕਰਨਾ ਤੁਹਾਨੂੰ 8 ਲੱਖ ਰੁਪਏ ਮਿਲਿਆ ਕਰੂਗਾ ਇੱਕ ਸਕੀਮ ਦਾ ਕੁੱਲ ਮਲਾ ਕੇ ਕਹਿਣ ਦਾ ਮਤਲਬ ਵੀ ਸਾਰੇ ਕਬਜ਼ੇ ਚ ਕਰ ਲੈਣੇ ਆ ਮੈਂ ਤਾਂ ਇਮਾਨਦਾਰੀ ਨਾਲ ਦੱਸਾਂ ਤੁਸੀਂ ਮੈਨੂੰ ਰਾਤ ਦੱਸਿਆ ਇੱਕ ਮੈਂ ਹੋਰ ਪੋਸਟ ਬੜੀ ਸੀਗੀ ਹੂੰ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਪਰ ਜਿਹੜੀ ਆ ਤੁਸੀਂ ਗੱਲ ਦੱਸ ਰਹੇ ਹੋ ਜਿਵੇਂ ਆਪਣੀ ਗੱਲ ਹੋਈ ਸੀ ਵੀ ਜਿਦੇ 5 ਲੱਖ ਸਬਸਕ੍ਰਾਈਬਰ ਆ ਉਹਨੂੰ 4 ਲੱਖ ਰੁਪਈਆ ਮਿਲੂ ਮੈਂ ਆਪਸਾ ਹੀ ਡਿਟੇਲ ਮੈਂ ਲੈ ਕੇ ਆਉਂ ਪਾਲਿਸੀ ਦੀ ਹਾਂ ਜਿਹਨੂੰ ਇੱਕ 1 ਮਿਲੀਅਨ ਆ ਉਹਨੂੰ ਕਿਉਂ ਡੀਪੀਆਰ ਉਹਨੇ ਅਪਲੋਡ ਕਰਤਾ ਸਾਰਾ ਉਹ ਕਰਤਾ ਅਪਲੋਡ ਹੋ ਗਿਆ ਸਰਕਾਰੀ ਵੈਬਸਾਈਟ ਤੇ ਬਿਲਕੁਲ ਜੀ ਬਿਲਕੁਲ ਦੱਸ ਦੇ ਮੜਾ ਲੋਕਾਂ ਨੂੰ ਆਪਾਂ ਉਹ ਕਹਿੰਦੇ ਜੀ ਇਹ ਪੋਲਿਸੀ ਨਾ ਹੈਗਾ ਇਨਫਲੂਐਂਸਰ ਏਮਪਾਵਰਮੈਂਟ ਪਾਲਿਸੀ 2023 ਅੱਛਾ ਇਨਫਲੂਐਂਸਰ ਪਾਵਰ ਏਮਪਾਵਰਮੈਂਟ ਹਾਂ ਏਮਪਾਵਰਮੈਂਟ ਪਾਲਿਸੀ 2023 ਜਿਹਦੇ 1 ਮਿਲੀਅਨ ਫਾਲੋਅਰ ਆ ਹੂੰ ਉਹਨੂੰ ਮਿਲਣਾ 8 ਲੱਖ ਰੁਪਈਆ ਅੱਛਾ ਸਰਫ 1 ਲੱਖ ਰੁਪਈਆ ਮਤਲਬ ਵੀ ਐਡ ਦਾ ਐਡ ਦਾ ਐਂ ਨਹੀਂ ਹੁੰਦਾ ਮੈਂ ਸਰਕਾਰ ਲੈ ਕੇ ਆਉਗੀ ਕਿ ਅਸੀਂ ਪ੍ਰਮੋਟ ਕਰਨਾ ਸੱਭਿਆਚਾਰ ਨੂੰ ਟੂਰਿਸਟ ਨੂੰ ਪ੍ਰਮੋਟ ਕਰਨਾ ਇਹ ਟਾਸਕ ਦੇਣਾ ਸਰਕਾਰ ਨੇ ਇੱਕ ਕਿ ਤੁਸੀਂ ਜੀ ਅੰਮ੍ਰਿਤਸਰ ਦਾ ਪ੍ਰਚਾਰ ਕਰਨਾ ਮੰਨ ਲਓ ਕਿ ਇਥੇ ਟੂਰਿਸਟ ਆਉਣ ਪਰ ਮੈਨੂੰ ਇਹ ਐਂ ਲੱਗਦਾ ਜਿਵੇਂ ਤੂੰ ਕਹਿ ਰਿਹਾ ਮੈਂ ਗਾਂ ਆਉਣਾ ਜੇ ਇਸ ਤੇ ਵੀ ਤੁਹਾਨੂੰ ਉਹਦਾ ਕਨਸੈਪਟ ਦੇ ਇੱਕ ਦਾ 8 ਲੱਖ ਰੁਪਈਆ ਮਿਲਣਾ ਠੀਕ ਹੈ ਉਹ ਚ ਤੁਸੀਂ ਜੇ ਕੋਈ ਫੇਕ ਨਿਊਜ਼ ਆ ਗਈ ਉਹਦਾ ਖੰਡਨ ਵੀ ਕਰਨਾ ਹੈਗਾ ਸਰਕਾਰ ਦੀਆਂ ਪਾਲਿਸੀਆਂ ਉਹਦੇ ਪ੍ਰਚਾਰ ਕਰਨਾ ਹਾਂ ਆ ਸਿੱਧੇ ਰੂਪ ਦੇ ਵਿੱਚ ਤੁਸੀਂ ਡੀਪੀਆਰ ਬਣ ਜਾਣਾ ਗੱਲ ਤਾਂ ਉਹੀ ਹੈ ਵੀ ਜਦ ਸਰਕਾਰ ਦੀ ਜਿਵੇਂ ਕਹਾ 38000 ਨੌਕਰੀਆਂ ਦਿੱਤੀਆਂ ਉਹਦਾ ਵੀ ਪ੍ਰਚਾਰ ਹੋ ਬਿਲਕੁਲ ਹੋ ਕਿਉਂ ਨਾ ਸਾਰਾ ਕੌਲਮ ਲਾ ਕੇ ਸਾਰੇ ਆਪ ਦੇ ਪਲੇਟੇ ਚ ਕਰ ਲੈਣੇ ਆ ਜਿਹਦੇ 5 ਲੱਖ ਤੱਕ ਆ ਤੋਂ ਵੱਧ ਕੇ 1 ਮਿਲੀਅਨ ਤੱਕ ਨੂੰ ਮਿਲਣਾ 5 ਲੱਖ ਰੁਪਈਆ ਇੱਕ ਉਹਦਾ ਯੋਜਨਾ ਦਾ ਜਿਹਦੇ 1 ਲੱਖ ਤੋਂ ਲੈ ਕੇ 5 ਲੱਖ ਤੱਕ ਆ ਉਹਨੂੰ 3 ਲੱਖ ਜਿਹਦੇ 50000 ਤੋਂ 1 ਲੱਖ ਤੱਕ ਆ ਉਹਨੂੰ ਵੀ 3 ਲੱਖ ਜਿਹੇ 10000 ਤੋਂ ਲੈ ਕੇ 50000 ਤੱਕ ਆ ਉਹਨੂੰ ਵੀ 3 ਲੱਖ ਨਾਲੇ ਇਹ ਵੀ ਸਕੀਮ ਠੀਕ ਆ। ਤੁਹਾਨੂੰ ਇੱਕ ਜੁੜਨ ਉਹ ਇਹਨਾਂ ਦਾ ਮਿਲਣਾ 8 ਲੱਖ। ਤੁਹਾਡੇ 1 ਮਿਲੀਅਨ ਫੋਲੋਅਰ ਆ। ਤੇ ਸਰਕਾਰ ਨੇ ਦੋ ਸਕੀਮਾਂ ਲਿਆਂਦੀਆਂ ਕਿ ਸਾਡਾ ਵੀ ਆਏ ਪ੍ਰਚਾਰ ਕਰੋ, ਆ ਵੀ ਪ੍ਰਚਾਰ ਕਰੋ। ਤੇ 16 ਲੱਖ। ਹਮ ਇੱਕ ਹੋਰ ਵੀ ਕੰਮ ਹੋਣਾ। ਜਦੋਂ ਉਹ ਬਜਟ ਜਾਂਦਾ ਹੁੰਦਾ ਉਦੋਂ ਫਿਰ ਕਿਹਾ ਕਰਨਗੇ ਵੀ ਆਇਤ ਕੇਸੀ ਇਨਫਲੂਐਂਸਰਾਂ ਰੱਖਿਆ 200 ਕਰੋੜ। ਅਗਲੇ ਸਾਲ ਅਸੀਂ ਰੱਖਿਆ 400 ਕਰੋੜ। ਐਵੇਂ ਹੀ ਹੋਇਆ ਕਰੂਗਾ। ਬਿਲਕੁਲ। ਰੋਜ਼ਗਾਰ ਕਿੰਨਾਂ ਮਿਲਣਾ ਜੀ? ਤੁਸੀਂ ਇਹ ਦੇਖੋ ਨਾ। ਪਹਿਲਾ ਦੋਸ਼ ਲੱਗਦੇ ਸੀ ਕਿ ਦੇਖੋ ਜੀ ਅਖਬਾਰਾਂ ਖਰੀਦ ਲਈ ਅਖਬਾਰਾਂ ਨਾਲ ਦਾ ਕੀ ਬਣੂ ਫਿਰ ਉਹਨਾਂ ਤਾਂ ਐਟ ਚਾਦਰ ਹੀ ਹੈ ਜੀ ਸਾਡੇ 750 ਕੋਰ ਰੁਪਏ ਰੱਖਿਆ ਜੀ ਮੁਗਦਾ ਨਹੀਂ ਮੁਗਦਾ ਕਦੇ ਆਉਣ ਵਾਲੇ ਟਾਈਮ 'ਚ ਜੇ ਇੱਕ ਇਹ ਕੰਮ ਚੱਲ ਪਿਆ ਹੈ ਇਹ ਤਾਂ ਫਿਰ ਜੇ ਚੱਲ ਪਿਆ ਤਾਂ ਗਾਂ ਜਿਹੜੀ ਮਰਜੀ ਆ ਜੂ ਸਰਕਾਰ ਇਹ ਤਾਂ ਚੱਲੀ ਜੱਲੂ ਇਹ ਰੀਸ ਲਈ ਹੈ ਹਰਿਆਣੇ ਨੇ ਅੱਛਾ ਹਰਿਆਣੇ 'ਚ ਪਹਿਲੇ ਪਾਲਿਸੀ ਹੋ ਗਈ ਥੋੜੀ ਜਿਹਾ ਉੱਤਰ ਪ੍ਰਦੇਸ਼ 'ਚ ਹੈਗੀ ਨਹੀਂ ਮੈਂ ਕਨਫਰਮ ਨਹੀਂ ਉੱਥੇ ਪਰ ਹਰਿਆਣੇ ਲਾਂਚ ਕਰਤੀ ਸੀ ਪਾਲਿਸੀ ਸਰਕਾਰ ਕਹਿੰਦੀ ਸੋਚ ਰਹੇ ਸੀ ਜਿਹੜਾ ਜਮਾਨਾ ਹੋ ਗਿਆ ਭਾਈ ਡਿਜੀਟਲ ਹੂੰ ਸਾਰੇ ਲੋਕ ਡਿਜੀਟਲ ਤੇ ਵੇਖਦੇ ਆ ਕੀ ਕੁਝ ਹੋ ਰਿਹਾ ਤਾਂ ਸੋਚ ਰਹੇ ਸੀ ਕਿ ਇੱਥੇ ਪ੍ਰਚਾਰ ਕਿਵੇਂ ਕਰੀਏ ਸਰਕਾਰੀ ਸਕੀਮਾਂ ਦਾ ਕਿਵੇਂ ਐਲਾਨ ਕਰੀਏ ਕਿਵੇਂ ਦੱਸੀਏ ਦੁਨੀਆਂ ਚ ਕੀ ਪੰਜਾਬ ਚ ਆਓ ਭਾਈ ਇੱਥੇ ਆ ਕੇ ਘੁੰਮੋ ਫਿਰੋ ਨਹੀਂ ਇਹ ਐਂ ਵੀ ਹੋਇਆ ਕਰੂਗਾ ਜੇ ਮੈਂ ਫਰਜ਼ ਕਰਦਾ ਵੀ ਆਪਾਂ 1 ਲੱਖ ਵਾਲੇ ਚਾਵਾਂਗੇ ਆਪਾਂ ਹਾਂ ਹੁਣ ਮੇਰੇ ਪੇਜ ਤੇ 1 ਲੱਖ ਆਪਾਂ ਨੂੰ 3 ਲੱਖ ਰੁਪਈਆ ਲੈ ਕੇ ਬੇਬਾ ਮਸ਼ਹੂਰੀ ਵੀ ਕਰਿਆ ਕਰਾਂਗੇ ਫਿਰ ਨਿੰਦਿਆ ਵੀ ਕਰਿਆ ਕਰਾਂਗੇ ਨਿੰਦਿਆ ਹੈ ਹੈ ਨਿੰਦਿਆ ਨਿੰਦਿਆ ਭੁੱਲ ਜੋ ਫੇਕਾ ਦੇ ਪੈਸੇ ਅੱਛਾ ਫੇਰ ਫੇਰ ਬੰਦ ਕਰ ਦੇਣਗੇ ਸਕੀਮ ਬੈ ਫਿਰ ਸਕੀਮ ਬੰਦ ਕਰ ਦੇਣਗੇ ਜੀ ਪੋਰਟ ਖੁੱਲ ਚੁੱਕਿਆ ਆਪਦੇ ਆਪ ਨੂੰ ਆ ਕੇ ਰਜਿਸਟਰ ਕਰਵਾਓ ਸਰਕਾਰ ਦੇ ਇੱਕ ਮੇਲ ਆਇਆ ਕਰਨੀ ਆ ਕਿ ਬਸ ਆ ਸਕ੍ਰਿਪਟ ਟਾ ਕੇ ਜੀ ਵੇਖੀ ਪੜ੍ਹਨੀ ਆ ਬਸ ਉਹੀ ਜਿਵੇਂ ਚੈਨਲਾਂ ਨੂੰ ਜਾਂਦੀ ਹੈ ਕੰਨਾਂ ਨੂੰ ਬੈ ਤੇ ਜਿਹੜੇ ਫੇਕ ਨਿਊਜ਼ ਹੈ ਜੀ ਤੁਸੀਂ ਉਹਦਾ ਵੀ ਖੰਡਨ ਕਰਨਾ ਹੋਊਗਾ ਅੱਛਾ ਮਾਰਦਾ ਇਤਾਂ ਜੀ ਪੈਸਾ ਖੁੱਲਾ ਹੁਣ ਪਤਾ ਲੱਗੂ ਜਿਹੜੇ ਇਨਫਲੂਐਂਸਰ ਜੰਬਲੋ ਕੁ ਕਹਿੰਦੀ ਸੀ ਵੇਖੋ ਜੀ ਪੰਜਾਬ ਦੇ ਪੱਤਰਕਾਰ ਸਹੀ ਕੰਮ ਨਹੀਂ ਕਰ ਰਹੇ ਇਸ ਕਰਕੇ ਅਸੀਂ ਇੱਧਰ ਆਏ ਆ ਹੁਣੇ ਮਨ ਪਰਖੇ ਜਾਣਗੇ ਇਹਦੇ 'ਚ ਇੱਕ ਗੱਲ ਹੋਰ ਹੋਣੀ ਆ ਹੂੰ ਇਹਦੇ 'ਚ ਐਂ ਜੇ ਗੱਲ ਵੜੀ ਹੋਣੀ ਆ ਕੀ ਕਹਿੰਦੇ ਹੁੰਦੇ ਆ ਵੀ ਜਿਹੜੇ ਹੈਗੇ ਆ ਨਾ ਜਿਹੜੇ ਆਹ ਮੁੰਡੇ ਇੰਸਟਾਗ੍ਰam ਤੇ ਜਾਂ ਟਿਕਟੌਕ ਟਿਕਟੌਕ ਤੋਂ ਬੰਦ ਹੋ ਗਈ ਜਿਹੜੇ ਰੀਲਾਂ ਬਣਾਉਂਦੇ ਆ ਉਹ ਬੜੇ ਆਉਣਗੇ ਇਹਦੇ 'ਚ ਹੂੰ ਦੂਜੇ ਬੰਦੇ ਜਿਹੜੇ ਸੋਸ਼ੀਅਲੀ ਐਕਟਿਵ ਨੇ ਉਹ ਘੱਟ ਆਉਣਗੇ ਮੈਨੂੰ ਲੱਗਦਾ ਜੋ ਬਾਕੀ ਦੇਖੋ ਦੇਖੋ ਜੀ ਸਰਕਾਰ ਦਾ ਤੋਤਾ ਬੰਨਾ ਪਰ ਵੀ ਚਲੋ ਨਵੀਂ ਪਾਲਿਸੀ ਆਈ ਆ ਆਪਾਂ ਤਾਂ ਉਹਦੇ ਬਾਰੇ ਗੱਲਬਾਤ ਕਰ ਰਹੇ ਆ ਬਿਲਕੁਲ ਉਹਦੇ ਵਾਂਗੂ ਦੇਖੀ ਚੱਲ ਬਾਲਿਆ ਰਾਂਗੇ ਕਰਤਾਰ ਦੇ ਫਿਰ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜੂ ਕੀ ਹੁੰਦਾ ਹੈ ਜੇ ਖਬਰਾਂ ਆਉਂਦੀਆਂ ਹੈ ਜਦੋਂ ਆ ਪ੍ਰੋਗਰਾਮ ਹੋਇਆ ਸੀ ਜਿੱਨੇ ਵਪਾਰੀਆਂ ਨੇ ਗੱਲਬਾਤ ਕੀਤੀ ਸੀ ਦਿੱਲੀ ਦੇ ਮੁੱਖ ਮੰਤਰੀ ਦੇ ਭਗਵੰਤ ਮਾਨ ਸਾਹਿਬ ਨਾਲ ਮਿਲਿੰਗਾ ਹੁੰਗਾ ਸੀ ਉਦੋਂ ਗੱਲ ਸਾਹਮਣੇ ਆ ਗਈ ਸੀ ਪੰਜਾਬ ਸਰਕਾਰ ਪਾਲਿਸੀ ਲੈ ਕੇ ਆ ਰਹੀ ਆ ਤੇ ਹੁਣ ਤਾਂ ਪੀਡੀਐਫ ਇਹ ਅਪਲੋਡ ਹੋ ਚੁੱਕੀ ਹੈ ਜੇ ਕਹਿੰਦੇ ਆਲਿਆਂ ਨੂੰ ਰਿਸਟਰ ਕਰਵਾਓ ਤੇ ਪੈਸੇ ਲੈ ਜਾਓ ਮਾਲਾ ਮਾਂ ਤੇ ਕਰ ਦੋ ਸਰਕਾਰ ਦੀ ਮਸ਼ੂਰੀ ਹੂੰ ਸਰਕਾਰ ਨੂੰ ਹਿਸ਼ਾਰ ਹੋ ਗਈ ਨਾ ਹੁਣ ਪਤਾ ਹੁਣ ਨਾ ਤਾਂ ਲੋਕ ਅਖਬਾਰ ਪੜ੍ਹਦੇ ਆ ਨਾ ਕਿਸੇ ਕੋਲ ਟੀਵੀ ਦੇਖਣ ਦਾ ਟਾਈਮ ਆ ਹੁਣ ਤਾਂ ਵੈਬ ਤੇ ਹੀ ਆ ਹਰ ਕੋਈ ਆਲਾ ਵੈਬ ਤੇ ਹੀ ਆ ਡਿਜੀਟਲ ਹੀ ਹੋ ਜਾ ਤੇ ਇੱਥੇ ਪੈਸਾ ਸਾਰਾ ਇਨਵੈਸਟ ਕਰੋ ਖਾਸ ਗੱਲ ਇਹ ਵੀ ਆ ਫਿਰ ਉਹ ਇਨਫਲੂਐਂਸਰ ਭੋਲੇ ਆਣਗੇ ਲੋਕ ਕਿੰਨੂੰ ਭੁੱਲ ਜਾਣਗੇ ਜੇ ਉਹ ਗੱਲ ਕਰਾਂਗੇ ਸਿਰਫ ਇੱਕ ਪਾਸਵਰਡ ਹੋ ਕੇ ਹੂੰ ਲੋਕਾਂ ਨੂੰ ਪਤਾ ਨਾ ਅੱਜ ਕੱਲ ਉਹ ਤਾਂ ਆਪਾਂ ਆਉਣ ਵਾਲੇ ਦਿਨਾਂ 'ਚ ਟੱਕ ਡਾਂਗੇ ਫਿਰ ਹੌਲੀ-ਹੌਲੀ ਹੂੰ ਪਹਿਲਾਂ ਆਪਾਂ ਆਪਾਂ ਵੀ ਇੱਕ ਪਾਲਿਸੀ ਲੈ ਕੇ ਆ ਰਹੇ ਹਾਂ ਦਿਵਾਲੀ ਤੇ ਓ ਕੀੜੀ ਪਹਿਲੀ ਫੋਨ ਵਾਲੀ ਅਛਾ ਕੀ ਪਾਲਿਸੀ ਚੋਂ ਤੁਹਾਡੀ ਚ ਉਹੀ ਬਸ ਆਪਾਂ ਜਿਹੜਾ ਪਿਛਲੀ ਵਾਰ ਦੱਸਿਆ ਸੀ ਆਪਾਂ ਇੱਕ ਮੋਬਾਈਲ ਨੰਬਰ ਦੇ ਦੇਣਾਗੇ ਦਰਸ਼ਕਾਂ ਨੂੰ ਹੂੰ ਤੇ ਦਿਨ ਦੱਸ ਦਿਆ ਕਰਾਂਗੇ ਟਾਈਮ ਦੱਸ ਦਿਆ ਕਰਾਂਗੇ ਉਹਦਾ ਆਪਾਂ ਮੈਨੂੰ ਲੱਗਦਾ ਵੀ ਆਪਾਂ ਨੂੰ ਸ਼ਾਇਦ 2 ਘੰਟੇ ਰੱਖਣੇ ਪੈਣਗੇ ਬਿਲਕੁਲ ਉਹਦੇ ਟਾਈਮ ਦੇ ਜਿਵੇਂ ਆਪਾਂ فرض ਕਰੋ ਵੀ ਦਿਨ ਦੱਸਤਾ ਵੀ ਬੁੱਧਵਾਰ ਦਾ ਟਾਈਮ ਦੱਸਤਾ ਵੀ ਸਵੇਰ ਦੇ ਭਾਰਤ ਦੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਇਹ 2 ਘੰਟੇ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਹੂੰ ਤੇ ਉਹ ਜਿਹਨੀਆਂ ਕਾਲ ਆਇਆ ਕਰਨੀਆਂ ਆਪਾਂ ਉਹ ਗੱਲਬਾਤ ਕਰਿਆ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਇੱਕ ਦਿਨ ਰਿਲੀਜ਼ ਕਰਿਆ ਕਰਾਂਗੇ ਪਰ ਉਹ ਰਿਲੀਜ਼ ਉਹਨਾਂ ਲਈ ਹੋ ਜਿਹੜੇ ਸਾਨੂੰ ਸਿਰਫ ਜੁਆਇਨ ਕਰਨਗੇ ਬਿਲਕੁਲ ਹਾਂ ਆਪਾਂ ਉਹ ਦਿਨ ਤੇ ਟਾਈਮ ਉਹ ਸਾਰਾ ਕੁਝ ਇੰਸਟਾਗ੍ਰam ਦੇ ਉੱਤੇ ਦੱਸ ਦਿਆ ਕਰਾਂ ਤੁਹਾਡੇ ਇੰਤਜ਼ਾਰ ਦੀਆਂ ਕੜੀਆਂ ਖਤਮ ਹੋਣ ਜਾ ਰਹੀਆਂ ਹਾਂ ਬਹੁਤ ਜਣੇ ਕਹਿੰਦੇ ਸੀ ਵੀ ਫੋਨ ਦੇ ਉੱਤੇ ਆ ਬਹੁਤ ਨੰਬਰ ਮੰਗਦੇ ਆ ਤੇ ਉਹ ਸਿਰਫ ਅਸੀਂ ਇੰਸਟਾਗ੍ਰam ਦੇ ਉੱਤੇ ਜਿਹੜਾ ਪੰਜਾਬੀ ਪੋਡਕਾਸਟ ਦਾ ਹੈਗਾ ਸਾਡਾ ਅਫੀਸ਼ੀਅਲ ਚੈਨਲ ਉਹਦੇ ਉੱਤੇ ਸਟੋਰੀ ਦੇ ਵਿੱਚ ਮੈਂਸ਼ਨ ਕਰਦਿਆ ਕਰਾਂਗੇ ਜਾਂ ਜਿਹੜੇ ਹੋਰ ਵੀ ਪਹਿਲਾਂ ਕੀ ਉਹ ਤਰੀਕ ਨੂੰ ਵੀ ਰਿਕਾਰਡ ਹੋਣ ਜਾ ਰਿਹਾ ਹਾਂ ਤੇ ਰਾਬਤਾ ਕਾਇਮ ਕਰੋ ਹਾਂ ਉਹ ਨੰਬਰ ਦੇ ਦਾਂਗੇ ਨੰਬਰ ਲੈ ਲਈ ਇੱਕ ਇਹ ਰਿਕਾਰਡਡ ਹੋ ਪ੍ਰੋਗਰਾਮ ਲਾਈਵ ਨਹੀਂ ਕਰਨਾ ਹੈ ਦੱਸ ਦਿਨਾ ਕਿ ਰਿਕਾਰਡ ਹੋ ਰਿਹਾ ਹੈ ਰਿਕਾਰਡਡ ਪ੍ਰੋਗਰਾਮ ਹੋ ਤੇ ਸਿਰਫ ਜਦੋਂ ਅਸੀਂ ਰਿਲੀਜ਼ ਕਰਿਆ ਕਰਾਂਗੇ ਉਹਨਾਂ ਨੂੰ ਹੀ ਮਿਲਿਆ ਕਰੂ ਦੇਖਣ ਨੂੰ ਜਿਹੜੇ ਸਾਨੂੰ ਸਿਰਫ YouTube ਦੇ ਉੱਤੇ ਜੁਆਇਨ ਕਰਨਗੇ ਇਹ ਹਰ ਇੱਕ ਜਣੇ ਨੂੰ ਨਹੀਂ ਜਿਹੜੇ Spotify ਤੇ ਕੋਈ ਐਪ ਫਿਨ ਨਹੀਂ ਜੁਆਇਨ ਵਾਲੀ ਕੀਂਦੀ ਆ ਨਹੀਂ Spotify ਤੇ ਨਹੀਂ ਇਹ ਸਿਰਫ ਇਧਰ ਹੀ ਮਿਲਿਆ ਕਰੂ ਇ okay. YouTube ਵਾਸਤੇ ਇਹੀ ਰੱਖਣਾਗਾ ਆਪਾਂ ਸੌਦਾ ਪਤਾ। ਬਾਕੀ ਇਹੀ ਪਾਲਿਸੀਆਂ ਚੇਂਜ ਕਰੀ ਜਾਵਾਂਗੇ। ਜਿਵੇਂ ਜਿਵੇਂ ਸਰਕਾਰ ਚੇਂਜ ਕਰੀ ਹੋਊਗੀ ਸੀ ਚੇਂਜ ਕਰੀ ਜਾਵਾਂਗੇ। ਸਹੀ ਗੱਲ ਆ। ਉਹ ਸਰਕਾਰ ਅਸੀਂ ਫਿਰ ਕੁਛ ਨਹੀਂ ਦੀਸਾਂ। ਬਸ ਅਸੀਂ દિਵਾਲੀ દિਵਾਲੀ ਤੋਂ ਪਹਿਲਾਂ ਹੀ ਜਾਂ દિਵਾਲੀ ਦੇ ਬਰ ਨੇੜੇ ਬਸ ਉਹ ਹਫ਼ਤੇਆਂ 'ਚ ਪਾ ਦੇਣਾ ਆਪਾਂ ਪੜਾਕਾ। ਬਸ ਟਾਈਮ ਦੀ ਸੈਟਿੰਗ ਕਰਕੇ ਥੋੜੀ ਜੀ। ਬਿਲਕੁਲ ਬਿਲਕੁਲ। ਸਰਕਾਰ ਵੀ ਇਸ਼ਾਰਾ ਨੇ ਚੋਣਾ ਚੋਣਾ ਆ ਰਹੀਆਂ ਨੂੰ ਪ੍ਰਚਾਰ ਪ੍ਰਚੂਰ ਕਰ ਲਈਏ ਡਿਜੀਟਲ ਤੇ। ਆਪਾਂ ਹੁਣ ਇੱਕ ਪੰਜਾਬ ਦੀ ਬਹੁਤ ਮੰਦਭਾਗੀ ਘਟਨਾ ਵਾਲਾ ਉਹਦੇ ਕੱਟਣਾਂ ਤੋਂ ਪਹਿਲਾਂ ਇੱਕ ਆਪਾਂ ਹੋਰ ਵੀ ਦੱਸ ਦਈਏ ਵੀ ਉਹਦਾ ਹੀ ਅਸੀਂ ਨਹੀਂ ਅਸੀਂ ਜਿਹੜਾ ਕੋਈ ਗਾਲ ਗੂਲ ਕੱਢਿਆ ਕਰੂ ਜਾਂ ਮੰਦੀ ਭਾਸ਼ਾ ਚ ਕਹੀਏ ਰੀ ਸਰਕਾਰ ਨੂੰ ਜਾਂ ਕਿਸੇ ਨੂੰ ਵੀ ਅਗਲਾ ਪਾਇਆ ਜਾਂਦਾ ਹੈਗਾ ਹੋਰ ਪਾਸੇ ਨੂੰ ਜਾਂ ਕਿਸੇ ਸਾਨੂੰ ਵੀ ਪਾਇਏ ਸਕਦੇ ਆ ਲੋਕ ਤਾਂ ਉਹ ਅਸੀਂ ਭਾਈ ਬੀਪ ਬੂਪ ਲਾ ਦਿਆ ਕਰਾਂਗੇ ਜਾਂ ਕੱਟ ਕਰ ਦਿਆ ਕਰਾਂਗੇ ਇਹ ਅਸੀਂ ਇਹਦੀ ਗੱਲ ਪਹਿਲੀ ਹੀ ਆ ਇਹ ਸਾਡਾ ਪਹਿਲੀ ਹੀ ਹੋਊਗਾ ਕੀ ਸ਼ਬਦਾਂ ਦੀ ਮर्याਦਾ ਹੋਵੇ ਹਾਂ ਸ਼ਬਦਾਂ ਦੀ ਮर्याਦਾ ਹੋਵੇ ਬਾਈ ਸੇ ਆਪਣੇ ਜਿਹੜੇ ਸਰੋਤੇ ਆ ਉਹ ਸੰਜੀਦਾ ਨੇ ਠੀਕ ਆ ਹਾਂਜੀ ਕਟਣਾ ਦੀ ਕਿਹੜੀ ਗੱਲ ਕਰਦੇ ਆਪਾਂ ਉਹ ਪ੍ਰੋਫੈਸਰ ਹਾਂਜੀ ਹਾਂ ਉਹ 1158 ਵਾਲੀ ਲਖਿੰਦਰ ਕੌਰ ਜੀ ਉਸ ਪਹਿਲਾਂ ਤਾਂ ਖਬਰ ਆਉਣਾ ਫਿਰ ਉਸ ਤੋਂ ਬਾਅਦ ਸਰਕਾਰ ਦਾ ਰੋਲ ਉਹ ਤੇ ਕੀ ਰਹਿਣਾ ਸਭ ਕੁਝ ਮੰਤਭਾਗਾ ਹਮਮ ਤਾਂ ਤਾਂ ਖਬਰ ਆਉਂਦੀ ਹੈ ਕਿ ਇੱਕ ਲੜਕੀ ਸੁਸਾਈਡ ਕਰ ਲਿਆ ਜੀ ਉਹ ਪ੍ਰੋਫੈਸਰ ਸੀ ਸੁਸਾਈਡ ਨੋਟ ਸਾਹਮਣੇ ਆਉਂਦਾ ਕਿ ਕਾਰਨ ਹੁੰਦਾ ਕਿ ਇੱਕ ਤਾਂ ਪਰੇਸ਼ਾਨ ਕੀਤਾ ਜਾ ਰਿਹਾ ਨੌਕਰੀ ਨਹੀਂ ਮਿਲ ਰਹੀ ਹਮ ਇਲਜ਼ਾਮ ਲੱਗਦੇ ਨੇ ਸਿੱਖਿਆ ਮੰਤਰੀ ਦੇ ਉੱਪਰ ਕਹਿੰਦੀ ਹੈ ਕਿ ਵਜ੍ਹਾ ਇਹ ਆ ਮੇਰੇ ਦੋ ਵਾਰੀ ਮਿਸਕੈਰਜ਼ ਵੀ ਹੋ ਗਈ ਸੀ ਸਭ ਕੁਝ ਐਕਸਪਲੇਨ ਕਰਦੀ ਆ ਪਰੇਸ਼ ਨਵਾਂ ਮੋੜ ਉਹਦਾ ਆਉਂਦਾ ਇਹ ਸਭ ਕੁਝ ਸਾਫ਼ ਸੀ ਸਾਰੇ ਕਹੇ ਸੀ ਹਾਂ ਜੋ ਲੜਕੀ ਨੇ ਸੁਸਾਈਡ ਕਰ ਲਿਆ ਗਲਤ ਹੋਇਆ ਇਲਜ਼ਾਮ ਲੱਗੇ ਸੀ ਪਰ ਉਤੇ ਮੰਤਰੀ ਸਾਹਿਬ ਤੇ ਗੱਲ ਹੋ ਰਹੀ ਸੀ ਰਿਜ਼ਾਈਨ ਤੇ ਨਾਮ ਲਿਖਿਆ ਮੰਤਰੀ ਦਾ ਦੋ ਤਨਾਰੀ ਬਿਲਕੁਲ ਬਿਲਕੁਲ ਲੜਕੀ ਨੇ ਪ੍ਰੂਫ ਵੀ ਕੀਤਾ ਕਿ ਮੇਰੇ ਦੋਨੇ ਸਾਈਨ ਨੇ ਉਪਰ ਉਹਨੇ ਫਿੰਗਰ ਬਿਡ ਦਿੱਤੇ ਨੇ ਖੂਨ ਨਾਲ ਆਪਣੇ ਆਪਣੀ ਉਂਗਲ ਵਾਢ ਕੇ ਉਹਨੇ ਬਾਕੀ ਦੱਸਿਆ ਸੀ ਵੀ ਜਦੋਂ ਮੇਰੀ ਲਾਸ਼ ਲੱਭੂਗੀ ਮੇਰੀ ਉਂਗਲ ਬੰਨੀ ਵੀ ਹੋਊਗੀ ਉਹ ਸਾਰਾ ਕੁਝ ਉਹਨੇ ਦੱਸਿਆ ਵਾ ਸੀ ਬਿਲਕੁਲ 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 ਫਿਰ ਉਹਦੇ ਭਰਾਵਲਿਕ ਸ਼ਿਕਾਇਤ ਸਾਹਮਣੇ ਆ ਜਾਂਦੀ ਆ ਹੂੰ ਉਹਦੇ ਹਸਬੰਡ ਸੌਰਿਆਂ ਤੇ ਪੂਰੇ ਕੇਸ ਸਰਜ ਕਰਨ ਦੀ ਗੱਲ ਕੀਤੀ ਜਾਂਦੀ ਆ ਕਿ ਤੰਗ ਪਰੇਸ਼ਾਨ ਕਰ ਰਹੇ ਸੀ ਪਹਿਲੀ ਬੇਟੀ ਤੋਂ ਬਾਅਦ ਲੜਕੀ ਦੀ ਮੰਗ ਕਰ ਰਹੇ ਸੀ ਹੂੰ ਪੁਲਿਸ ਜਲਦੀ ਚ ਐਫ ਆਈ ਆਰ ਵੀ ਦਰਜ ਕਰ ਲੈਂਦੀ ਕਾਫੀ ਐਫ ਆਈ ਆਰ ਕਰ ਦਿੰਦੇ ਹਾਂ ਰੌਲਾ ਪੈ ਜਾਂਦਾ ਹੂੰ ਉਸ ਤੋਂ ਬਾਅਦ ਦਿਨ ਮੈਂ ਉਹਦੇ ਭਰਾ ਨੂੰ ਫੋਨ ਕੀਤਾ ਹੂੰ ਸਵੇਰ ਹੋਇਆ 7 ਦਾ ਟਾਈਮ ਜੀ ਜਦੋਂ ਆ ਦੋਨੇ ਸਾਹਮਣੇ ਆਏ ਗੱਲਾਂ ਹੂੰ ਮੈਂ ਜਿੱਕੇ ਗੱਲ ਕਰਨੀ ਸੀ ਆਉਂਦੇ ਆ ਨਾ ਅਸੀਂ ਲਾਸ਼ ਲੱਭ ਰਹੇ ਆ ਮੈਂ ਰੁੱਕ ਕੇ ਗੱਲ ਕਰਦਾ ਉਸ ਤੋਂ ਬਾਅਦ ਉਹਨੇ ਫੋਨ ਹੀ ਨਹੀਂ ਚੱਕਿਆ ਤੋ ਬਿਜ਼ੀ ਹੋਣ ਜਾ ਰਹੇ ਹਨ ਪਰ ਸ਼ਾਮ ਤੱਕ ਆਉਂਦੇ ਵਧੀਆ ਗੱਲ ਇੱਕ ਉਹ ਹੀ ਉਹਦੇ ਪ੍ਰਵਾਹ ਪ੍ਰਵਾਹ ਉਹਨੇ ਭਰਾ ਨੇ ਸਾਫ਼ ਕਰ ਦਿੱਤਾ ਕਿ ਪੁਲਿਸ ਜਿਹੜਾ ਐਫ ਆਈ ਆਰ ਦਰਜ ਕੀਤੀ ਆ ਮੈਨੂੰ ਸੁਸਾਈਡ ਨੋਟ ਨਹੀਂ ਦਿਖਾਇਆ ਨਹੀਂ ਮੈਨੂੰ ਜਾਣਕਾਰੀ ਸੀ ਹੁਣ ਉਹਦਾ ਭਰਾ ਕਹਿ ਰਿਹਾ ਕਿ ਵਾਕਈ ਇਹ ਮਾਮਲਾ ਮੰਤਰੀ ਸਾਹਿਬ ਤੇ ਦਰਜ ਹੋਣਾ ਚਾਹੀਦਾ ਹੁਣ ਇੱਕ ਗੱਲ ਹੋਰ ਆ ਇੱਕ ਜਿਹੜੀ ਮੈਂ ਉਹਨੂੰ ਵੀਡੀਓ ਭੇਜੀ ਸੀ ਦੇਖੀਏ ਆਡੀਓ ਨਹੀਂ ਵੀਡੀਓ ਇੱਕ ਵੀਡੀਓ ਭੇਜੀ ਜਿੱਥੇ ਲੋਕ ਖੜੇ ਆ ਉਹ ਕੁੜੀ ਦਾ ਭਰਾ ਕਹਿ ਰਿਹਾ ਵੀ ਇਹ ਨਹੀਂ ਮੈਨੂੰ ਵੀ ਸਹੁਰਿਆਂ ਦਾ ਪ੍ਰੈਸ਼ਰ ਸੀ ਇਦਾਂ ਕਰਕੇ ਹਾਂ ਹਾਂ ਉਹ ਪਹਿਲਾਂ ਸੀ ਉਹ 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 ਕੌਣ ਆ ਭਲਾਂ ਵੀ ਉਹ ਮੁੰਡਾ ਉਹਦਾ ਲੜਕੀ ਦਾ ਭਰਾ ਸਾਨੂੰ ਇੱਕ ਗੱਲ ਹੋਰ ਪਤਾ ਲੱਗੀ ਆ ਉਹਦਾ ਸਾਕਾ ਭਰਾ ਨਹੀਂ ਉਹਦੇ ਤਾਏ ਦਾ ਮੁੰਡਾਗਾ ਓਕੇ ਜਿਹੜਾ ਹੁਣ ਪੱਗ ਆਲਾ ਸਾਹਮਣੇ ਆਇਆ ਜਿਹਨੇ ਬੰਨੇ ਪਸੰਤੀ ਪੱਗ ਉਹ ਬਰਦਰ ਉਹਨਾਂ ਦਾ ਮੈਂ ਜਿਹੜਾ ਹੁਣ ਪੜਕਿਆ ਉਹ ਕਿਹੜਾ ਬਰਦਰ ਉਹਦਾ ਜਿਹੜੀ ਜਿਹੜੀ ਮੈਂ ਤੈਨੂੰ ਵੀਡੀਓ ਭੇਜੀ ਆ ਨਾ ਇੱਕ ਨਾ ਟੀਮ ਲੱਗੀ ਸੀ ਸਪੈਸ਼ਲ ਤੈਨੂੰ ਮੈਂ ਇੱਕ ਸਾਰੀ ਸਟੋਰੀ ਦੱਸਦਾ ਹਾਂ ਹਮ ਹਮ ਪਹਿਲਾ ਸਟੋਰੀ ਆਪਾਂ ਪਿੱਛੇ ਤੋਂ ਸ਼ੁਰੂ ਕਰਦੇ ਆਂ ਜਿਹੜੀ ਕਈ ਲੋਕਾਂ ਨੂੰ ਨਹੀਂ ਪਤਾ ਥੋੜੇ ਇੱਕ ਦੋ ਅਖਬਾਰਾਂ ਵਿੱਚ ਜਾਂ ਇੱਕ ਦੋ ਚੈਨਲਾਂ ਤੇ ਆਈ ਆ ਸਾਨੂੰ ਵੀ ਉਹਨਾਂ ਨੇ ਫੋਨ ਆਇਆ ਸੀ ਆਪਣਾ ਤੋਂ ਵੀ ਨਹੀਂ ਉੱਥੇ ਜਾਏਗਾ ਕਿਉਂਕਿ ਜਿਹੜੇ 1158 ਪ੍ਰੋਫੈਸਰ ਆ ਇਹਨਾਂ ਦੀ 2 2.5 ਮਹੀਨੇ ਆਪਾਂ ਪਹਿਲਾਂ ਇੰਟਰਵਿਊ ਕਰੀ ਸੀ ਉੱਥੇ ਚੰਡੀਗੜ੍ਹ ਚੰਡੀ ਉਹ ਜਿਹੜੇ ਮੁੰਡੇ ਸੀ ਪਟਿਆਲੇ ਤੋਂ ਉਹਨਾਂ ਦਾ ਅਸੀਂ ਇੰਟਰਵਿਊ ਕਰਿਆ ਸੀਗਾ ਉਦੋਂ ਬਾਅਦ ਮਹੀਨੇ ਬਾਅਦ ਉਹ ਇਹਨਾਂ ਨੂੰ ਨਾ ਉਦੋਂ ਟਾਈਮ ਮਿਲਿਆ ਵਾਸੀ ਮੁੱਖ ਮੰਤਰੀ ਤੋਂ ਉਦੋਂ ਬਾਅਦ ਹੈ ਟਾਈਮ ਮਿਲ ਗਿਆ ਸੀ ਫਿਰ ਮੀਟਿੰਗ ਮੂਟਿੰਗ ਹੋਈ ਨਹੀਂ ਚੱਕਰ ਵਾਇਆ ਇਹਨਾਂ ਨੇ ਮੰਤਰੀ ਹਰਜੋਤ ਵੈਂਸ ਦਾ ਪਿੰਡ ਆ ਰੋਪੜ ਜ਼ਿਲ੍ਹੇ ਚ ਗੰਭੀਰਪੁਰ ਹੂੰ ਉੱਥੇ ਇਹਨਾਂ ਨੇ ਧਰਨਾ ਲਾਇਆ ਸੀ ਪੱਕਾ 1155 ਇਹਨਾਂ ਦਾ ਧਰਨਾ ਚੱਲ ਰਿਹਾ ਸੀ ਲੰਬਾ ਇਹ ਕੁੜੀ ਉਸ ਏਰੀਏ ਦੀ ਸੀਗੀ ਜਿਹੜੀ ਪ੍ਰੋਫੈਸਰ ਬਲਵਿੰਦਰ ਕੌਰ ਸੀ ਠੀਕ ਹੈ ਉਹ ਚਾਰ ਪੰਜ ਪ੍ਰੋਫੈਸਰ ਜਾਂ ਉਸ ਹਾਵ ਨਾਲ ਡਿਊਟੀ ਵਾਈਜ਼ ਆ ਰਹੇ ਸੀ ਧਰਨੇ ਉੱਪਰ ਡਿਊਟੀ ਤਾਂ ਇਹਣਾ ਉਹਨਾਂ ਬਹੁਤਿਆਂ ਕੋਲੇ ਜੌਬ ਹੈਣੀ ਜਿਹੜੀ ਉਹਨਾਂ ਕੋਲੇ ਪ੍ਰਾਈਵੇਟ ਜੌਬ ਸੀ ਉਹ ਛੱਡ ਛੱਡ ਛੱਡਤੀ ਸੀ ਉਹਨਾਂ ਨੇ ਕਿਉਂਕਿ ਜੁਆਇਨਿੰਗ ਹੀ ਫੇਰ ਕਿ ਹੋਇਆ ਸੀ ਇਹਨਾਂ 25 ਸਾਲਾਂ ਤੋਂ ਸਰਕਾਰੀ ਕਾਲਜਾਂ 'ਚ ਭਰਤੀ ਨਹੀਂ ਹੋ ਰਹੀ ਸੀ ਹਾਂ ਇਹ ਸਰਕਾਰੀ ਕਾਲਜਾਂ ਵਾਲੇ ਆ ਇਹ ਟੀਚਰ ਨਹੀਂ ਐ ਪ੍ਰੋਫੈਸਰ ਨੇ ਹਾਂ ਪ੍ਰੋਫੈਸਰ ਨੇ ਹੂੰ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਦੇ ਨੇ ਹਾਂ ਜੀ 110 ਦਿਨਾਂ ਦੇ ਲਈ ਉਦੋਂ ਇਹ ਪੂਰਾ ਮਸਲਾ ਪਖਿਆ ਹੋਇਆ ਸੀ ਪਖਿਆ ਗਿਆ ਹਾਂ ਸਿੱਖਿਆ ਮੰਤਰੀ ਭਰਗਤ ਸਿੰਘ ਹੂੰ ਪੇਪਰ ਕਰਵਾਉਂਦੇ ਨੇ ਹੂੰ ਰਿਜ਼ਲਟ ਆਉਂਦਾ ਏ ਉਨੇ ਪੇਪਰ ਪਹਿਲਾਂ ਹੋ ਮੈਂ ਕਨਫਰਮ ਨਹੀਂ ਇੱਥੇ ਨਹੀਂ ਇਹ ਜੁਆਇਨਿੰਗ ਕਰਵਾਉਂਦੇ ਨੇ ਪ੍ਰਗਟ ਸਿੰਘ ਜੁਆਇਨਿੰਗ ਹੁੰਦੀ ਐਸ ਬੇਸ ਤੇ ਤੁਸੀਂ ਆਪਣੀ ਪੁਰਾਣੀ ਜੌਬ ਤੋਂ ਅਸਤੀਫਾ ਦਿਓ ਤੁਹਾਡੀ ਜੁਆਇਨਿੰਗ ਫੇਰ ਹੋਊਗੀ ਆ ਦੇਖ ਜਿਹੜਾ ਆ ਆ ਤੈਨੂੰ ਮੈਂ ਵੀਡੀਓ ਭੇਜਿਆ ਸੀਗਾ ਇਹ ਇਹਦੇ ਚ ਲਿਖਿਆ ਵਾ ਸੀ ਪ੍ਰੋਫੈਸਰ ਦੇ ਵੱਡੇ ਭਰਾ ਨੇ ਦੱਸਿਆ ਮੌਤ ਦਾ ਅਸਲ ਕਾਰਨ ਇਹ ਉਹਦੇ ਤਾਏ ਦਾ ਉਹ ਆ ਹਾਂ ਹੁਣ ਸਹੀ ਐਡ ਇਹ ਇਹ ਉਹਨਾਂ ਦਾ ਪਰਿਵਾਰਕ ਉਵੇਂ ਨਹੀਂ ਸੀਗਾ ਪਰ ਜਿਹੜਾ ਉਹਨਾਂ ਦਾ ਕੁੜੀ ਦਾ ਪਰਿਵਾਰ ਆ ਪਪਾ ਕਿ ਇਹ ਰਿਸ਼ਤੇਦਾਰ ਹੋ ਗਏ ਜਿਹੜਾ ਪਰਿਵਾਰ ਆ ਉਹਨਾਂ ਨੇ ਸਾਫ ਸਾਫ ਇਲਜ਼ਾਮ ਲਾਇਆ ਵੀ ਜਿਹੜੀ ਸਾਡੀ ਬੇਟੀ ਆ ਉਹ ਡਿਪਰੈਸ਼ਨ ਦੇ ਵਿੱਚ ਸੀਗੀ ਤੇ ਡਿਪਰੈਸ਼ਨ ਦੇ ਵਿੱਚ ਕਹਿ ਦਈਏ ਵੀ ਨੌਕਰੀ ਕਰਕੇ ਸੀ ਬਿਲਕੁਲ 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 ਜਿਹੜੇ ਜਿੱਥੇ ਉਹ ਵਿਆਹੀ ਵੀ ਸੀ ਕੁੜੀ ਉਹ ਤਾਂ ਕਹੀ ਰਹੇ ਨਹੀਂ ਵੀ ਨੌਕਰੀ ਕਰਕੇ ਸੀ ਪਰ ਮਾਪੇ ਆ ਜਿਹੜਾ ਉਹਦਾ ਪਿਕੇ ਪਰਿਵਾਰ ਸੀ ਉਹਨਾਂ ਵੱਲੋਂ ਜਿਹੜਾ ਇੱਕੋ ਇਲਜ਼ਾਮ ਆਇਆ ਸੀ ਉਹ ਦੂਜੇ ਰਿਸ਼ਤੇਦਾਰਾਂ ਵੱਲੋਂ ਸੀ ਪਰ ਜਿਹੜੇ ਉਹਦੇ ਆਪ ਦੇ ਘਰ ਦੇ ਆ ਹੁਣ ਉਹਨਾਂ ਨੇ ਸਾਫ ਕਰਤਾ ਹਾਂ ਭਰਾ ਹਰਦੇਵ ਸਿੰਘ ਦੀ ਵੀਡੀਓ ਕਲਿੱਪ ਵੀ ਆ ਗਈ ਨਿਊਜ਼ ਵੀ ਆਈ ਹੋਈ ਹੈ ਕਿ ਮੈਨੂੰ ਪੁੱਛਣ ਤੋਂ ਸਾਹ ਕੋ ਦੱਸਣੀ ਪਹਿਲਾਂ ਹੁਣ ਇੱਕ ਗੱਲ ਹੋਰ ਆ ਇੱਕ ਆਡੀਓ ਆਉਂਦਾ ਹਮ ਆਡੀਓ ਕੀ ਦਾਗਾ ਬਲਵਿੰਦਰ ਕੌਰ ਦਾ ਹਮ ਬਲਵਿੰਦਰ ਕੌਰ ਆਡੀਓ ਦੇ ਵਿੱਚ ਕਹਿ ਰਹੀ ਆ ਵੀ ਮੈਂ ਸੁਸਾਈਡ ਕਰਨ ਲੱਗੀ ਆ ਵੀ ਮੈਨੂੰ ਨੌਕਰੀ ਨਹੀਂ ਦਿੱਤੀ ਸਾਡਾ ਬਹੁਤ ਬੁਰਾ ਹਾਲ ਆ ਮੈਂ ਮੈਂਟਰੀ ਡਿਪਰੈਸ ਆ ਸਾਰੀ ਸਟੋਰੀ ਦੱਸਦੀ ਆ ਨਾਲੇ ਉਹ ਦੱਸਦੀ ਆ ਵੀ ਜਿਹੜਾ ਮੈਂ ਤਾਂ ਨਹਿਰ ਦੇ ਵਿੱਚ ਛਾਲ ਮਾਰਨ ਲੱਗੀ ਆ ਮੇਰੀ ਉਂਗਲ ਵੱਡੀ ਐਂ ਵੀ ਦੱਸਦੀ ਆ ਬਿਲਕੁਲ ਸਕੂਟਰੀ ਚਾਬੀ ਇੱਥੇ ਪਈ ਆ ਬੀਬੀ ਸਕੂਟਰੀ ਦੀ ਚਾਬੀ ਮੈਟ ਦੇ ਥੱਲੇ ਪਈ ਆ ਜਿਹੜਾ ਮੇਰਾ ਮੋਬਾਈਲ ਆ ਉਹ ਡੱਗੀ 'ਚ ਪਿਆਗਾ ਪਹਿਲਾਂ ਉਹ ਕਹਿੰਦੀ ਆ ਮੇਰਾ ਮੋਬਾਈਲ ਡੱਗੀ 'ਚ ਪਿਆ ਤੇ ਸਕੂਟਰੀ ਦੀ ਚਾਬੀ ਮੈਟ ਦੇ ਥੱਲੇ ਪਈ ਆ ਜਿਹੜਾ ਮੈਟ ਹੁੰਦਾਗਾ ਥੱਲੇ ਜਿੱਥੇ ਆਪਾਂ ਪੈਰ ਰੱਖਦੇ ਆ ਠੀਕ ਐ ਤੇ ਬਾਕੀ ਸੂ ਸਾਈਡ ਨੋਟ ਦਾ ਉਹਨੇ ਸਾਰਾ ਉਹ ਗੱਲ ਸਪਸ਼ਟ ਹੋ ਗਈ ਹੁਣ ਪੰਜਾਬ ਦੇ ਜਿਹੜੇ ਇਹਨਾਂ ਦੇ ਮੁੱਖ ਸਪੋਕਸਪਰਸਨ ਨੇ ਮਾਲਵਿੰਦਰ ਸਿੰਘ ਕਾਂਗਾਂ ਆਮ ਆਦਮੀ ਪਾਰਟੀ ਦੇ ਉਹ ਟਵੀਟ ਕਰਦੇ ਨੇ ਫੇਰ ਉਹ ਟਵੀਟ ਡਿਲੀਟ ਕਰ ਦੇਣ ਡਿਲੀਟ ਕਰ ਦੇਣ ਤੇ ਸਪਸ਼ਟ ਹੋ ਗਈ ਹੁਣ ਕੱਲ ਦੀ ਤੁਹਾਨੂੰ ਇੱਕ ਅਪਡੇਟ ਦੰਨਾ ਹੈਗਾ ਕੱਲ ਇੱਕ ਜਿਹੜੀ ਲੌਜੀਕਲ ਗੱਲ ਨਿਕਲ ਕੇ ਸਾਹਮਣੇ ਹੀ ਠੀਕ ਆ ਲੀਡਰ ਜਾਂਦੇ ਨੇ ਹਮ ਪ੍ਰਤਾਪ ਸਿੰਘ ਬਾਜਵਾ ਵੀ ਗਏ ਤੇ ਰਾਦੇ ਕੱਲ ਦੇ ਲੀਡ ਸਾਰੇ ਉੱਥੇ ਨਹੀਂ ਬਿਗਰਮਜੀਠੀ ਆ ਵੀ ਗਏ ਤੇ ਡਾਕਟਰ ਚੀਮਾ ਡਾਕਟਰ ਚੀਮਾ ਦਾ ਤਾਂ ਉਹ ਏਰੀਆ ਹੀ ਆ ਗਿਆ ਸਾਰਾ ਰੋਪੜਾ ਰੋਪੜ ਤੋਂ ਆਉਂਦੇ ਨੇ ਹੁਣ ਜਦੋਂ ਉਹ ਉੱਥੇ ਐਸਪੀ ਆਉਂਦੇ ਨੇ ਐਸਪੀ ਆਪਣੇ ਸਪੋਰਟਸ ਪਰਸਨ ਜਿਹੜੇ ਹੌਕੀ ਦੇ ਸੀ ਕੀ ਨਾਮ ਆ ਉਹਨਾਂ ਦਾ ਰਾਜਪਾਲ ਸਿੰਘ ਜਿਹੜੇ ਐਸਐਸਪੀ ਅਵਨੀਤ ਕੌਰ ਦੇ ਹਸਬੰਦ ਰਾਜਪਾਲ ਸਿੰਘ ਐਸਪੀ ਉਹ ਐਸਪੀ ਨੇ ਐਸਪੀ ਨੇ ਐਸਪੀ ਉਹ ਬੈਠੇ ਨੇ ਹੂੰ ਹੁਣ ਵਿਕਰਮ ਸਿੰਘ ਮਜੀਠੀਆ ਤੇ ਐਸਪੀ ਵਿਚਾਲ ਵਿਚਾਲੇ ਗੱਲਬਾਤ ਚੱਲ ਰਹੀ ਆ ਵਿਕਰਮ ਮਜੀਠੀਆ ਜ਼ਿਆਦਾ ਬੋਲ ਰਹੇ ਨੇ ਉਹ ਕਹਿ ਰਹੇ ਨੇ ਵੀ ਸਰਕਾਰ ਇਦਾਂ ਨਹੀਂ ਐਸਐਸਪੀ ਨੇ ਆ ਕਰਿਆ ਤੁਸੀਂ ਹਰਜੋਤ ਵਾਂਸ ਤੇ ਪਰਚਾ ਨਹੀਂ ਕਰ ਰਹੇ ਪਰ ਉਹ ਗੱਲ ਕਰਦੇ ਕਰਦੇ ਵਿਕਰਮ ਮਜੀਠੀਆ ਇੱਕ ਗੱਲ ਸਭ ਤੋਂ ਇੰਪੋਰਟੈਂਟ ਕਰਦੇ ਨੇ ਉਹ ਇੱਕ ਕੇਸ ਦੀ ਉਦਾਹਰਣ ਦਿੰਦੇ ਆ ਸੁਣਿਆ ਤੁਸੀਂ ਉਹ ਇੱਕ ਸ਼ਾਇਦ ਯੂਪੀ ਦਾ ਕੇਸ ਆ ਪਤਾ ਨਹੀਂ ਬਿਹਾਰ ਦਾ ਕਿੱਥੋਂ ਦਾ ਸਟੇਟ ਵਰਸਿ ਸ਼ਾਇਦ ਮੀਨਾ ਕੁਮਾਰੀ ਸ਼ਾਇਦ ਉਦਾਹਰਨ ਦਿੰਦੇ ਨੇ ਉਹ ਰਾਤ ਮੈਂ ਵੀ ਪੜਿਆ ਉਹਦਾ ਉਹ ਮੈਂ ਕਿਸੇ ਨੂੰ ਸੱਚ ਪੜਿਆ ਨਹੀਂ ਮੈਂ ਪੁੱਛਿਆ ਉਹ ਪੜ ਰਿਹਾ ਸੀ ਉਹ ਮੋਬਾਈਲ ਬੰਦ ਹੋ ਗਿਆ ਖਰਾਬ ਹੋ ਗਿਆ ਇਹ ਤਾਂ ਕੀ ਹੋਇਆ ਉਹ ਕੇਸ ਦੇ ਵਿੱਚ ਵੀ ਇਦਾਂ ਹੀ ਸੀ ਤਾਂ ਕੋਰਟ ਨੇ ਕਿਹਾ ਸੀ ਵੀ ਸੁਸਾਈਡ ਨੋਟ ਦੇ ਵਿੱਚ ਜੋ ਹੁੰਦਾਗਾ ਲਿਖਿਆ ਜਿਹਦਾ ਲਿਖਿਆ ਹੁੰਦਾ ਤਾਂ ਉੱਤੇ ਪਰਚਾ ਹੁੰਦਾਗਾ ਉਹ ਇੱਕ ਸਭ ਤੋਂ ਮਤਲਬ ਆਪਾਂ ਕਹਿ ਦਈਏ ਵੀ ਬੇਸ ਵਾਲਾ ਜਾਂ ਆਪਾਂ ਕਹਿ ਦਈਏ ਵੀ ਸਟਰੋਂਗ ਗੱਲ ਆ ਜਿਹਦਾ ਆਪਾਂ ਕਹਿ ਦਈਏ ਵੀ ਜਿਹਦਾ ਤਰਤਲ ਤੌਰ ਦੇ ਉੱਤੇ ਮਜ਼ਬੂਤੀ ਆ ਗੱਲ ਦੀ ਹੁਣ ਦੇਖੋ ਵੀ ਇੱਕ ਪਾਸੇ ਤਾਂ ਪਰਚਾ ਦਰਜ ਕਰਤਾ ਪੁਲਿਸ ਨੇ ਤੇਜੀ ਤੇ ਪ੍ਰਸ਼ਾਸਨ ਨੇ ਤੇਜੀ ਚ ਪਰਚਾ ਦਰਜ ਕਰਤਾ ਵੀ ਉਹ ਕੁੜੀ ਪੀੜਤ ਸੀ ਦਹੇਜ ਦੀ ਮੰਗ ਸੀ ਜਾਂ ਵੀ ਉਹਦੇ ਬੇਟੀ ਸੀ ਵੀ ਪੁੱਤਰ ਦੀ ਮੰਗ ਸੀ ਤਾਂ ਉਹਨੂੰ ਤੰਗ ਪਰੇਸ਼ਾਨ ਕਰ ਰਿਹਾ ਸੀਗਾ ਉਹਦਾ ਜਿਹੜਾ ਹੈਗਾ ਸਹੁਰਾ ਪਰਿਵਾਰ ਹਾਂ ਪਰ ਗੱਲ ਨਿਕਲ ਰਹੀ ਆ ਹੋਰ ਹੁਣ ਉਹ ਕੁੜੀ ਦਾ ਜਿਹੜਾ ਸੁਸਾਈਡ ਨੋਟ ਆਇਆ ਉਹਦੇ ਚ ਦੋ ਤਿੰਨ ਵਾਰੀ ਮੰਤਰੀ ਦਾ ਨਾਮ ਆ ਐਮ ਐਲ اے ਵੀ ਉਹ ਜ਼ਿਕਰ ਕਰਦੀ ਆ ਮੰਤਰੀ ਵੀ ਕਹਿੰਕੋ ਕਿ ਉਹ ਲੋਕਲਾ ਉਹਨਾਂ ਦੇ ਐਮ ਐਲ اے ਵੀ ਹਰਜੋਤ ਬੈਂਸ ਆ ਹੁਣ ਆਪਾਂ ਉਹਨੂੰ ਲੈ ਕੇ ਚੱਲਦੇ ਆ ਥੋੜਾ ਜਿਹਾ ਹੋਰ ਪਿੱਛੇ ਹਮ ਜਦੋਂ ਸਰਕਾਰ ਬਣੀ ਬਣੀ ਆ ਸਰਕਾਰ ਬਣੀ ਨਹੀਂ ਜਦੋਂ ਹਰਜੋਤ ਬੈਂਸ ਤਾਂ ਇਹ ਤਰ੍ਹਾਂ ਦੇ ਮੰਤਰੀ ਬਣਿਆ ਸਿੱਖਿਆ ਮੰਤਰੀ ਬਿਲਕੁਲ ਉਦੋਂ ਇੱਕ ਉਹਨਾਂ ਦਾ ਵੀਡੀਓ ਆ ਇਹੀ ਪ੍ਰੋਫੈਸਰ ਹਮ ਇਹਨਾਂ ਚ 1158 ਵਾਲੇ ਜਾਂ ਟੀਚਰ ਇਹਨਾਂ ਨੇ ਇਕੱਠਿਆਂ ਨੇ ਇੱਕ ਧਰਨਾ ਜਲਾਇਆ ਸੀਗਾ ਹਮ ਉਹ ਇੱਕ ਸਕੂਲ ਦੇ ਵਿੱਚ ਆਏ ਸੀ ਜਿਥੇ ਸਪੋਰਟਸ ਦਾ ਹਾ ਜਿਹੜੀਆਂ ਜੂਨਲ ਜੂਨਲ ਖੇਡਾਂ ਹੀ ਹੁੰਦੀਆਂ ਉੱਥੇ ਮੰਤਰੀ ਕੀ ਕਹਿ ਰਹੇ ਸੀ ਮੇਰੇ ਬੱਚੇ ਮੇਰੇ ਬੱਚੇ ਮੇਰੇ ਬੱਚਿਆਂ ਦਾ ਪੜਾਅ ਖਰਾਬ ਕਰ ਰਹੇ ਹਾਂ ਖਰਾਬ ਕਰ ਰਹੇ ਹਾਂ ਮੇਰੇ ਬੱਚਿਆਂ ਦੀ ਪੜ੍ਹਾਈ ਰੋਕ ਰਹੇ ਹੋ ਤੁਸੀਂ ਧਰਨਾ ਕੋਈ ਹੱਲ ਮਤਲਬ ਇਹ ਹੁਣ ਇੱਕ ਪਾਸੇ ਆ ਗੱਲ ਹੋ ਗਈ ਫੇਰ ਜਿਹੜੀ ਉਹ ਲੜਕੀ ਐ ਸਿੱਪੀ ਸ਼ਰਮਾ ਜਿਹੜੀ ਉਹ ਪੀਟੀਆਈ ਵਾਲੀ ਆ ਇਹ ਟੀਚਰ ਆ ਗਈ 640 ਉਹ ਕਹਿ ਰਹੀ ਹੈ ਵੀ ਅਗਲਾ ਨੰਬਰ ਮੇਰਾ ਹੋਊਗਾ ਹੂੰ ਕਿਉਂਕਿ ਉਹਨੇ ਆਪਣੀ ਇੰਟਰਵਿਊ ਦੇ ਵਿੱਚ ਤੇ ਉਹਨੇ ਬਹੁਤ ਸਾਰੀਆਂ ਇੰਟਰਵਿਊਆਂ ਦੇ ਵਿੱਚ ਤੇ ਬਹੁਤ ਸਾਰੇ ਲਾਈਵ ਪ੍ਰੋਗਰਾਮਾਂ ਦੇ ਵਿੱਚ ਉਹਨੇ ਕਿਹਾ ਵੀ ਮੰਤਰੀ ਹਰਜੋਤ ਵਾਸ ਗੁਰੂ ਗੋਬਿੰਦ ਸਿੰਘ ਤੱਕ ਦੀ ਸੌਂਖ ਆਗੇ ਹੂੰ ਪਰ ਕੁਝ ਨਹੀਂ ਨਿਬੜਿਆ ਮੁੱਖ ਮੰਤਰੀ ਮੀਟਿੰਗ ਨਹੀਂ ਕਰ ਰਹੇ ਹੂੰ ਹੁਣ ਨਿਕਲ ਕੀ ਰਿਹਾ ਹੈਗਾ ਇੱਕ ਪਾਸੇ ਪ੍ਰਸ਼ਾਸਨ ਪਰਚਾ ਦਰਜ ਕਰਦਾ ਦੂਜੇ ਪਾਸੇ ਜਿਹੜੇ ਤੇ ਪਰਚਾ ਦਰਜ ਹੋਣਾ ਚਾਹੀਦਾ ਚਾਹੇ ਉਹ ਮੰਤਰੀ ਆ ਐਮਐਲਏ ਆ ਜਾਂ ਕੋਈ ਆਮ ਨਾਗਰਿਕਾ ਉਹਦੇ ਤੇ ਪਰਚਾ ਦਰਜ ਨਹੀਂ ਹੋ ਰਿਹਾ ਹਾਂ ਹੁੰਦੇ ਤੂੰ ਸੋਚ ਕੇ ਦੇਖ ਜੇ ਉਹ ਕੁੜੀ ਨੇ ਜਾਂ ਉਹ ਕੁੜੀ ਆ ਤਰਨੇ ਮੁਜਾਰੇ ਵਾਲੀ ਜਾਂ ਨਾ ਹੁੰਦੀ ਉਹ ਆਮ ਇੱਕ ਸਧਾਰਨ ਹਾਊਸ ਵਾਈਫ ਜਾਂ ਘਰੇਲੂ ਔਰਤ ਹੁੰਦੀ ਉਹ ਕੋਈ ਨਾਮ ਲਿਖ ਕੇ ਜਾਂਦੀ ਕਿਸੇ ਦਾ ਵੀ ਏ ਬੀ ਸੀ ਡੀ ਦਾ ਫਿਰ ਪਰਚਾ ਦਰਜ ਨਾ ਹੁੰਦਾ ਹੁੰਦਾ ਏ ਹੁਣ ਦੇਖੋ ਤੁਸੀਂ ਵੀ ਕਿੱਧਰ ਕਿਵੇਂ ਜਾ ਰਹੇ ਇਹ ਜੀ ਸਰਕਾਰ थोड़ी डिफेंडिंग ਜ਼ਿਆਦਾ ਹੋ ਗਈ ਨਾ ਤੁਸੀਂ ਆਪਣੇ ਮੰਤਰੀ ਨੂੰ ਸੇਵ ਕਰਨ ਲੱਗ ਗਏ ਪਰ ਇਸ ਮਾਮਲੇ 'ਚ ਆਮ ਆਦਮੀ ਪਾਰਟੀ ਅਟੈਕਿੰਗ ਹੋ ਸਕਦੀ ਸੀ ਕਾਂਗਰਸ ਦੇ ਕਾਲੀਆਂ ਦੇ ਉੱਪਰ ਕਿਉਂਕਿ 25 ਸਾਲਾਂ ਤੋਂ ਭਰਤੀ ਨਹੀਂ ਹੋ ਰਹੀ ਹਮ ਸਾਰਾ ਕੁਝ ਹੋਇਆ ਕਾਂਗਰਸ ਸਰਕਾਰ ਵੇਲੇ ਉਹਨਾਂ ਨੇ ਭਰਤੀ ਕੀਤੀ ਜੁਆਇਨਿੰਗਾਂ ਹੋਈਆਂ ਸਟੇਸ਼ਨ ਤੱਕ ਅਲਾਟ ਹੋ ਗਏ ਗਾਂ ਰੋਲਾ ਪੈ ਗਿਆ ਹਾਈ ਕੋਰਟ ਤੱਕ ਗਿਆ ਤੁਸੀਂ ਇੱਥੇ ਕਹਿ ਸਕਦੇ ਸੀ ਆਮ ਆਦਮੀ ਪਾਰਟੀ ਦੇਖੋ ਜੀ ਪੀਡੀਐਸ ਸਰਕਾਰਾਂ ਦਾ ਹੈਗਾ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਜਿੰਨੇ ਸਾਡੀਆਂ ਗਲਤੀਆਂ ਹੈ ਹੀ ਆ ਜਿੱਥੇ ਤੁਸੀਂ ਅਟੈਕਿੰਗ ਹੋ ਸੀ ਤੁਸੀਂ ਉੱਥੇ ਡਿਫੈਂਡਿੰਗ ਮੂਡ ਤੇ ਆ ਗਏ ਪਤਾ ਨਹੀਂ ਨਾ ਜਿਹੜੇ ਸਲਾਹਕਾਰ ਨੇ ਉਹ ਕੀ ਸੋਚ ਰਹੇ ਨੇ ਤੁਸੀਂ ਆਪਣੇ ਮੰਤਰੀ ਨੂੰ ਬਚਾਉਣ ਦੇ ਮਾਰੇ ਸਾਰੀ ਸਰਕਾਰ ਨੂੰ ਡਿਫੈਂਡਿੰਗ 'ਚ ਲਿਆਏ ਉਹ ਇੱਕ ਗੱਲ ਆ ਨਾ ਪਰ ਮੀਤ ਚੱਕਰ ਇਹ ਹਨਾ ਉਹਨਾਂ ਨੂੰ ਪਤਾ ਨਾ ਸੀ ਗਲਤ ਆ ਪ੍ਰੋਬਲਮ ਪ੍ਰੋਬਲਮ ਇਹ ਨਹੀਂ ਵੀ ਨੌਕਰੀ ਉਹਨਾਂ ਨੂੰ ਮਿਲੀ ਜਾਂ ਨਾ ਮਿਲੀ ਜੁਆਇਨਿੰਗ ਲੈਟਰ ਦੇਤੇ ਇਹਨਾਂ ਨੇ ਕਿਹਨੇ ਕਿਹਨੇ ਦਿੱਤੇ ਜੁਆਇਨਿੰਗ ਲੈਟਰ ਕਿਹੜੀ ਸਰਕਾਰ ਨੇ ਦਿੱਤੇ ਟੀਜੀ ਸਰਕਾਰ ਵੀ ਸ਼ਾਇਦ ਜੁਆਇਨਿੰਗ ਲੈਟਰ ਮਿਲੇ ਹੈ ਨਾ ਹਾਂ ਸਟੇਸ਼ਨ ਦਾ ਕਲੌਟ ਹੋਇਆ ਹੁਣ ਇੱਕ ਗੱਲ ਉਹ ਕਿਹੜੇ ਬੰਦਿਆਂ ਨਾਲ ਕਿਰੀ ਆ ਜਿਹੜੇ ਬੰਦਿਆਂ ਨੂੰ ਹਰ ਇੱਕ ਪਾਰਟੀ ਜਾਂ ਹਰ ਇੱਕ ਆਪਾਂ ਕਹიდੀਏ ਵੀ ਧਰਨੇ ਮੁਜ਼ਾਰੇ ਕਰਨ ਵਾਲੇ ਮਿਲੇ ਆ ਉਹ ਮਿਲੇ ਆ ਆਮ ਆਦਮੀ ਪਾਰਟੀ ਇਹਨਾਂ ਨੇ ਖੁੱਲ ਕੇ ਵੋਟਾਂ ਵੀ ਲੈਣਾ ਉਹਨਾਂ ਤਾਂ ਵੋਟਾਂ ਉਹਨਾਂ ਨੇ ਪਾਉਣਾ ਖੁੱਲ ਕੇ ਪਾਉਣਾ ਹਰਾਂ ਨੇ ਬੇਰੋਜ਼ਗਾਰਾਂ ਨੇ ਇਹਨਾਂ ਨੇ ਕਿਹਾ ਵੀ ਤੁਹਾਡੇ ਮਸਲੇ ਹੱਲ ਹੋਣਗੇ ਹੁਣ ਪ੍ਰੋਬਲਮ ਇੱਥੇ ਆ ਰਹੀ ਆ ਮਸਲੇ ਹੱਲ ਹੋਣ ਦੀ ਬਜਾਏ ਉਹਨਾਂ ਨੂੰ ਟਾਈਮ ਨਹੀਂ ਮਿਲ ਰਿਹਾ ਆਈ ਹਰਜੋਤ ਸਿੰਘ ਬੈਂਸ ਜਾ ਕੇ ਪਹਿਲਾਂ ਸਾਰੇ ਧਰਨੇ ਬੈਠਦਾ ਰਿਆ ਤੇ ਅੱਜ ਕਹਿ ਰਿਹਾ ਧਰਨਾ ਕੋਈ ਹੱਲ ਹੁੰਦਾ ਤੁਹਾਡੀ ਪਾਰਟੀ ਕਿੱਥੋਂ ਉੱਠੀ ਆ? ਹਾਂ ਤੁਹਾਡੇ ਮੁੱਖ ਮੰਤਰੀ ਮੁੱਖ ਮੰਤਰੀ ਬਣ ਤੋਂ ਬਾਅਦ ਤਾਂ ਨਿਲਗਾਉਂਦੇ ਰਹੇ ਆ। ਇਹ ਦੇਖਿਆ ਤੁਸੀਂ ਕਿਹਨੇ ਕਰਿਆ ਸ਼ਾਇਦ? ਅਕਾਲੀ ਦਲ ਨੇ ਕਰਿਆ ਕਿ ਕਾਂਗਰਸ ਨੇ ਕਰਿਆ ਹਰਪਾਲ ਸਿੰਘ ਚੀਮਾ ਦਾ ਮੈਂ ਵੀ ਤੁਹਾਨੂੰ ਉਹੀ ਬਸ ਉਸ ਗੱਲ ਤੇ ਮੈਂ ਆਉਣ ਲੱਗਿਆ ਸੀ ਨਾ ਉਦੋਂ ਇੱਕ ਸੁਸਾਈਡ ਹੁੰਦਾਗਾ। ਹਾਂ ਪਿਓ ਪੁੱਤ ਦੇ ਕਿਸਾਨ ਉਹਨੇ ਕੀ ਰਿਹਾ ਸੁਸਾਈਡ ਕੀਤਾ ਗਿਆ ਸੀ। ਹਰਪਾਲ ਸਿੰਘ ਚੀਮਾ ਮੰਨ ਕਰਦੇ ਨੇ। ਹਾਂ ਉਹ ਕਹਿੰਦੇ ਦਸੂਏ ਵਿਖੇ ਕਿਸਾਨ ਪਿਓ ਪੁੱਤ ਦੇ ਵੱਲੋਂ ਕੈਪਟਨ ਦੀਆਂ ਨੀਤੀਆਂ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ ਦੇ ਖੁਦਕੁਸ਼ੀ ਨੋਟ ਦੇ ਵਿੱਚ ਕੈਪਟਨ ਦਾ ਨਾਮ ਸਪਸ਼ਟ ਲਿਖਿਆ ਹੋਣਾਗਾ ਕਿ ਪੁਲਿਸ ਨਾਮਜਦ ਕਰੇ ਹਮ ਇਹ ਹਰਪਾਲ ਸਿੰਘ ਚੀਮਾ ਦਾ ਬਿਆਨ ਹੁੰਦਾ ਏ ਤੇ ਅੱਜ ਹਰਪਾਲ ਸਿੰਘ ਜੀ ਮੰਗੀ ਕਹਿ ਰਿਹਾ ਮਾਮਲਾ ਦੀ ਜਾਂਚ ਪੜਤਾਲ ਹੋ ਰਹੀ ਆ ਹਮ ਮੈਨਾਂ ਬਿਆਨ ਸੁਣ ਕੇ ਆ ਕਿਸੇ ਉਹ ਪ੍ਰੋਗਰਾਮ ਚ ਗਏ ਹੋ ਐਸੀ ਚੰਦ ਕਮੈਂਟਾਂ ਤੋਂ ਉਹਦਾ ਬਿਆਨ ਹੀ ਆ ਬਸ ਉਹ ਕਹਿੰਦਾ ਜਾਂਚ ਪੜਤਾਲ ਹਜੇ ਹੋ ਰਹੀ ਆ ਫਿਰ ਤੁਹਾਡੇ ਵੇਲੇ ਕਾਨੂੰਨ ਬਦਲ ਗਏ ਹਮ ਜਿਹੜੀ ਇੱਕ ਨੈਤਿਕਤ ਹੁੰਦਾ ਹੁਣ ਤੱਕ ਹਰਜੋਤ ਸਿੰਘ ਬੈਂਸ ਨੈਤਿਕ ਤੌਰ ਤੇ ਤਸ਼ੀਫਾ ਦੇ ਦਿੰਦੇ ਹੂੰ ਚਲੋ ਪਰਚਾ ਹੋਣ ਦੀ ਗੱਲ ਤਾਂ ਬਾਅਦ ਚ ਆਣਾ ਐਡੇ ਵੱਡੇ ਇਲਜ਼ਾਮ ਲੱਗ ਜਾਣੇ ਤੇ ਤੁਸੀਂ ਅਸਤੀਫਾ ਦੇ ਕੇ ਪਾਸੇ ਹੋ ਜੋ ਪਰ ਜਿੰਨਾ ਕ ਮੈਂ ਗੱਲ ਕੀਤੀ ਹੈ ਅਧਿਆਪਕਾਂ ਦੇ ਨਾਲ ਪ੍ਰੋਫੈਸਰਾਂ ਨਾਲ ਉਹ ਹੁੰਦੇ ਜੀ ਐਨਾ ਗੁੱਸੇ ਵਾਲਾ ਮੰਤਰੀ ਅਸੀਂ ਦੇਖਿਆ ਜਿੰਨਾ ਗੁੱਸਾ ਤੇ ਆਕੜੇ ਦਿਖਾਉਂਦੇ ਆ ਅਮਰ ਛੋਟੀ ਆਣਾ ਜਾਦਾ ਕੁਛ ਮਿਲ ਗਿਆ ਪਤਾ ਲੱਗ ਜੂ ਹਜੇ ਸਿੱਖਿਆ ਮੰਤਰੀ ਪਹਿਲਾਂ ਇੱਕ ਪੰਜਾਬ ਦਾ ਹੋਇਆ ਸੀ ਜਿਹਨੇ ਇੱਕ ਵਾਰੀ ਆਪ ਖੁਦ ਅਧਿਆਪਕ ਕੁੱਟੇ ਡਾਂਗਾਂ ਨਾਲ ਹ ਅਕਾਲੀ ਦਲ ਦੇ ਹਾਂ ਸਾਡੇ ਏਰੀਏ ਕੇ ਸਕੰਦਰ ਸਿੰਘ ਮਲੂਕਾ ਬਿਲਕੁਲ ਬਿਲਕੁਲ ਤੇ ਹੁਣ ਇਹ ਸਿੱਖਿਆ ਮੰਤਰੀ ਸਾਹਿਬ ਆਇਆ ਇਹ ਕਹਿੰਦੇ ਤਾਂ ਐ ਗੱਲ ਕਰਦੇ ਜਿਵੇਂ ਕੋਈ ਰਾਜਾ ਹੋਵੇ ਤੇ ਬਸ ਹੂੰ ਤਾਂ ਬੈਂਸ ਸਾਹਿਬ ਤੁਸੀਂ ਬੱਚਿਆਂ ਨੂੰ ਪੜਾਉਣਾ ਸੀ ਸਿੱਖਿਆ ਮੰਤਰੀਓ ਪ੍ਰਾਇਮਰੀ ਦੇ ਵੀ ਮਿਡਲ ਦੇ ਵੀ ਸਕੈਂਡਰੀ ਦੇ ਵੀ ਤੇ ਉਸ ਤੋਂ ਬਾਅਦ ਵਾਲੇ ਵੀ ਥੂਕ ਨਿਕਲ ਗਈ ਨਾ ਉਹ ਜਿਹੜਾ ਉਹ ਸੀਗਾ ਉਹ ਕੀ ਬਣਾਇਆ ਇਹਨਾਂ ਨੇ ਉਹ ਸਕੂਲ ਜਾਂ ਸਕੂਲ ਆਫ ਫੈਮਿਨਸ ਹਾਂ ਉਹ ਕਮਰਬੇ ਦੇ ਪ੍ਰਤਾਪ ਫੂਕ ਨਿਕਲ ਗਈ ਸਾਰੇ ਕੰਮ ਵੀ ਫੂਕ ਹੋਈ ਨਿਕ ਗੱਲ ਸੁਣ ਲਓ ਇਹਨਾਂ ਨੇ ਸ਼ਾਇਦ 192 ਅਧਿਆਪਕਾਂ ਦਾ ਕੀਤਾ ਸੀ ਟਰਾਂਸਫਰ ਸਕੂਲ ਆਫ ਫੈਮਿਨਸਾਂ ਵਾਸਤੇ ਸਭ ਦੇ ਵਾਸਤੇ ਉਹਦਾ ਰੌਲਾ ਪੈ ਗਿਆ ਕਿ ਜਿੱਥੇ ਹੁਣ ਅਧਿਆਪਕ ਪੜਾ ਰਹੇ ਆ ਹੁਣ ਆ ਟਾਈਮ ਨਾ ਤਾਂ ਪੇਪਰ ਹੋ ਰਿਹਾ ਤੇ ਨਾ ਨਵੇਂ ਕਲਾਸਾਂ ਸਟਾਰਟ ਹੋ ਰਹੀਆਂ ਤੁਸੀਂ ਅੱਧ ਵਿਚਾਲੇ ਅਧਿਆਪਕਾਂ ਦਾ ਟਰਾਂਸਫਰ ਕਰ ਰਹੇ ਹੋ ਜਾਂ ਤਾਂ ਤੁਸੀਂ ਕਰੋ ਉਹਨਾਂ ਦਾ ਮਾਰਚ ਤੋਂ ਬਾਅਦ ਜੂਨ ਜੁਲਾਈਜ ਕਰ ਦਿਓ ਕਿਦੋਂ ਸੈਸ਼ਨ ਨਵਾਂ ਸਟਾਰਟ ਹੋਊਗਾ ਤੇ ਹੁਣ ਫਿਰ ਨੇ ਫਿਰ ਵਾਪਸ ਲੈ ਲਿਆ ਉਹ ਇਹ ਐ ਹਨਾ ਉੱਥੇ ਵੀ ਤੇ ਵਿਧਾਨ ਸਭਾ ਚ ਵੀ ਫੂਕ ਨਿਕਲ ਗਈ ਵਿਧਾਨ ਸਭਾ ਚ ਕੀ ਹੋਇਆ ਉਹ ਵੀ ਆਪਾਂ ਲੋਕਾਂ ਨੂੰ ਦੱਸ ਸਕਦੇ ਗਏ ਮੜਾਏ ਹਾਂ ਜਰੂਰ ਵੀ ਆ ਜੀ ਨਾਲ ਆਪਾਂ ਇਹ ਗੱਲ ਸਮਾਂ ਬੰਦਾ ਉਹ ਤਾਂ ਹਾਂ ਸਭ ਤੋਂ ਵੱਡੀ ਨਮੂਸ਼ੀ ਵਾਲੀ ਗੱਲ ਆ ਤੁਸੀਂ ਸੈਸ਼ਨ ਬੁਲਾ ਲਿਆ ਹੂੰ ਰਾਏਪਾਲ ਸਾਹਿਬ ਨੇ ਕਹਿਤਾ ਜੀ ਇਹ ਗੈਰ ਕਾਨੂੰਨੀ ਆ ਹੂੰ ਜੇਕਰ ਸੈਸ਼ਨ ਹੋਇਆ ਤਾਂ ਮੈਂ ਰਾਸ਼ਟਰਪਤੀ ਕੋਲ ਜਾ ਕੇ ਸ਼ਿਕਾਇਤ ਕਰੂੰਗਾ ਹੂੰ ਸੈਸ਼ਨ ਸ਼ੁਰੂ ਹੋ ਜਾਂਦਾ ਵਿਰੋਧੀ ਕਹਿੰਦੇ ਜੀ ਤੇ ਗੈਰ ਕਾਨੂੰਨੀ ਆ ਤਾਂ ਬਿਆਨ ਹੁੰਦਾ ਏ ਸਪੀਕਰ ਸਾਹਿਬ ਦਾ ਕਿ ਇਹ ਕਾਨੂੰਨੀ ਹੈ ਜਦੋਂ ਮੈਂ ਕਹਿ ਰਿਹਾ ਉੱਥੋਂ ਤੋ ਠੀਕ ਆ ਹੋ ਹੂੰ ਕੁਝ ਕਾਇਦੇ ਕਾਨੂੰਨ ਹੈਗੇ ਕਿ ਸਪੀਕਰ ਸਾਹਿਬ ਦਾ ਕੋਈ ਲੈਣ ਦੇ ਨਾ ਇੰਨਾ ਹੈ ਨਹੀਂ ਫਰ ਜ਼ਿਆਦਾ ਇੰਟਰਫੇਅਰ ਕਰ ਰਹੇ ਆ ਜਦੋਂ ਸਪੀਕਰ ਸਾਹਿਬ ਨੇ ਕਹਿਤਾ ਕਿ ਸਾਰਾ ਹੈ ਸੈਸ਼ਨ ਨਹੀਂ ਕਿ ਮੀਟਿੰਗ ਹੋ ਰਹੀ ਆ ਬਾਈਟ ਸੈਸ਼ਨ ਦੀ ਅਗਲੀ ਮੀਟਿੰਗ ਹੋ ਰਹੀ ਆ ਕਿ ਇਹ ਸਾਰਾ ਕਾਨੂੰਨੀ ਹੈ ਜੀ ਫਿਰ ਮੁੱਖ ਮੰਤਰੀ ਕਹਿ ਰਿਹਾ ਨਹੀਂ ਵੇਖੋ ਜੀ ਇਹਨੂੰ ਭੰਗ ਕਰ ਦੋ ਆਪਾਂ ਫਿਰ ਵੱਡਾ ਕਰਾਂਗੇ ਦੋ ਬਾਦ ਹੂੰ ਵੱਡਾ ਕਿੰਨਾ ਕਰਾਂਗੇ ਕਹੇ ਐ ਕਿ ਦੋ ਦਨਾਂ ਦਾ ਫਿਰ ਆਪਾਂ ਇੱਕਦਮ ਵਧਾ ਦਾਂਗੇ ਇੱਕ ਹੋਰ ਗੱਲ ਆ ਆਪਸੀ ਮੁੱਖ ਮੰਤਰੀ ਤੇ ਸਪੀਕਰ ਸਾਹਿਬ ਉਲਝੀ ਜਾਂਦੇ ਆ ਨਹੀਂ ਉਹ ਤਾਂ ਚਲੋ ਉਲਝੀ ਜਾਂਦੇ ਆ ਉਹ ਤਾਂ ਪਤਾ ਹੀ ਨਹੀਂ ਨਾ ਹੁਣ ਇੱਕ ਗੱਲ ਹੋਰ ਹੋ ਗਈ ਹੁਣ ਇਹਨਾਂ ਨੇ ਕੀ ਕਿਹਾ ਸੀ ਪਾਣੀ ਦੇ ਮੁੱਦੇ ਨੂੰ ਲੈ ਕੇ ਇਹ ਸਾਰੀ ਗੱਲਬਾਤ ਹੋਣੀ ਐ SBYL ਨੂੰ ਲੈ ਕੇ ਜਾਂ ਹੋਰ ਪਹਿਲਾਂ ਤਾਂ ਥਾਪਕਾਂ ਮਾਰ ਗਾਂ ਹੁਣ ਇਹਨਾਂ ਨੇ ਉਧਰੋਂ ਸੱਦਾ ਦਿੱਤਾ ਵਾ 1 ਨਵੰਬਰ ਦਾ ਪਰ 1 ਨਵੰਬਰ ਤੋਂ ਪਹਿਲਾਂ ਆਹ ਜਿਹੜਾ ਕੁਝ ਹੋਣਾ ਸੀ ਇਹ ਹੋ ਗਿਆ ਸਭ ਤੋਂ ਵੱਡਾ ਜੇਕਰ ਬਹਿਸ ਦੇ ਲਈ ਕੋਈ ਗਰਾਊਂਡ ਕਹਿ ਸਕਦੇ ਆਪਾਂ ਜਾਂ ਕੋਈ ਮਾਹੌਲ ਆ ਤਾਂ ਵਿਧਾਨ ਸਭਾ ਤੁਸੀਂ ਉੱਥੇ ਗਏ ਹੋ ਤੁਸੀਂ ਸੈਸ਼ਨ ਬੁਲਾ ਵੀ ਰਿਹਾ ਤੁਸੀਂ ਗੱਲ ਕੀ ਕੀਤੀ ਨਾ ਤੈਸਵੈ ਦੀ ਗੱਲ ਕੀਤੀ ਨਾ ਕੈਨੇਡਾ ਇੰਡੀਆ ਦਾ ਕੋਈ ਇਸ਼ੂ ਦੀ ਗੱਲ ਕੀਤੀ ਆ ਨਾ ਕੋਈ ਬੱਚੇ ਦੀ ਪੜ੍ਹਾਈ ਨੂੰ ਲੈ ਕੇ ਗੱਲ ਕੀਤੀ ਨਾ ਨਸ਼ਿਆਂ ਨੂੰ ਲੈ ਕੇ ਗੱਲ ਕੀਤੀ ਆ ਉੱਥੇ ਸਟੇਟਮੈਂਟ ਮੁੱਖ ਮੰਤਰੀ ਦਾ ਇਹ ਆਉਂਦਾਗਾ ਵੀ ਪਹਿਲਾਂ ਅਸੀਂ ਇਹ ਦੱਸਾਂਗੇ ਉਹ ਇੱਕ ਕਹਿੰਦੇ ਨਹੀਂ ਹੁੰਦੇ ਵੀ ਬਸਵੇਂ ਕੱਚੇ ਜੇ ਹੁੰਦੇ ਕੱਚੇ ਜੇ ਹੁੰਦਿਆ ਨੇ ਕਹਤਾ ਵੀ ਪਹਿਲਾਂ ਅਸੀਂ ਇਹ ਦੱਸਾਂਗੇ ਵੀ ਕਾਨੂੰਨੀ ਆ ਕਿ ਗੈਰ ਕਾਨੂੰਨੀ ਆ ਸੈਸ਼ਨ ਸਦਿਆ ਕਿਨੇ ਕਿਨੇ ਸਦਿਆ ਸਪੀਕਰ ਸਾਹਿਬ ਨੇ ਇਹਨਾਂ ਦੀ ਇਹਨਾਂ ਦੀ ਪਾਰਟੀ ਨੇ ਇਹਨਾਂ ਦੀ ਸਰਕਾਰ ਨੇ ਸਦਿਆ ਨਾ ਸੈਸ਼ਨ ਕਿਹੜੇ ਮੁੱਦੇ ਤੇ ਸਦਿਆ ਐਸਵਾਈਐਲ ਤੇ ਸੱਦਿਆ ਐਸਵਾਈਐਲ ਤੇ ਸੱਦਿਆ ਵਿਰੋਧੀ ਤੇ ਇੱਕ ਬੀਨਸ ਬੈਲ ਸੀ ਉਹਨੂੰ ਲੈ ਕੇ ਸੱਦਿਆ ਇਹਨਾਂ ਨੇ ਹਾਂ ਵਿਰੋਧੀ ਰੌਲਾ ਪਾ ਰਹੇ ਸੀ ਵੀ ਇਹ ਕਾਨੂੰਨੀ ਗੈਰ ਕਾਨੂੰਨੀ ਗਵਰਨਰ ਰੌਲਾ ਪਾ ਰਹੇ ਗੈਰ ਕਾਨੂੰਨੀ ਕਾਨੂੰਨੀ ਇਹ ਕਹਿ ਰਹੇ ਸੀ ਸਾਡਾ ਹਰਕ ਕਾਨੂੰਨੀ ਆ ਫੇਰ ਵਿਧਾਨ ਸਭਾ ਚ ਜਾ ਕੇ ਇਹ ਜੀ ਕਿਹੜੇ ਨੇ ਪਿੱਛੋਂ ਫੂਕ ਮਾਰਤੀ ਜਾਂ ਕਿਹੜਾ ਇਹਦਾ ਫਤਵਾ ਆ ਗਿਆ ਪਿੱਛੋਂ ਕੁਛ ਆਇਆ ਨਾ ਜਿਹੜੀ ਅੰਦਰਲੀ ਰਿਪੋਰਟ ਆ ਪਿੱਛੋਂ ਇੱਕ ਡੰਡਾ ਖਿੱਚਿਆ ਗਿਆ ਵੀ ਭਾਈ ਪੁੱਛਾਂ ਚਕਾ ਦਾਂਗੇ ਛੋਡੀਆਂ ਹਾਂ ਉਹ ਫਿਰ ਦੱਸ ਕਹਿਣਾ ਪਿਆ ਕੱਚੇ ਹੁੰਦਿਆਂ ਨੂੰ ਵੀ ਪਹਿਲਾਂ ਜੀ ਅਸੀਂ ਇਹ ਦੱਸਾਂਗੇ ਵੀ ਕਾਨੂੰਨੀ ਆ ਕਿ ਗੈਰ ਕਾਨੂੰਨੀ ਆ ਤੇ ਪੰਜਾਬ ਦੇ 1.5 ਕਰੋੜ ਸਵਾ ਕਰੋੜ ਰੁਪਏ ਨੂੰ ਧੂਫ ਦੇਤੀ ਇੱਕ ਦਿਨ ਬਸ ਜੇ ਤੁਸੀਂ ਸੈਸ਼ਨ ਬੁਲਾ ਲਿਆ ਜੋ ਤੁਹਾਡੇ ਪਹਿਲਾਂ 4-5 ਬਿੱਲ ਪੈਂਡਿੰਗ ਪਏ ਆ ਹਾਂ ਤੇ ਦੋ ਹੋਰ ਪਾਸ ਕਰ ਦੋ ਇਹ ਪੈਂਡਿੰਗ ਪਏ ਰਹਿਣਗੇ ਕੋਈ ਕੰਮ ਤਾਂ ਕਰ ਲੈਂਦੇ ਹਾਂ ਤੁਸੀਂ ਤੁਸੀਂ ਥੋੜਾ ਸਪੀਕਰ ਆਪ کہہ ਰਹੇ ਕਿ ਇੱਤਾਂ ਜੀ ਕਾਨੂੰਨੀ ਆ ਤੇ ਮੁੱਖ ਮੰਤਰੀ ਸਾਹਿਬ ਸਪੀਕਰ ਨੂੰ ਝੂਠਾ ਪਾ ਰਹੇ ਆ ਹੂੰ ਉਹ ਸਾਰੀ ਕਮਾਂਡ ਹੀ ਸਪੀਕਰ ਸਾਹਿਬ ਕੋਲ ਹੁੰਦੀ ਆ ਨੇ ਦੇ ਇਹ ਤਾਂ ਕਾਹ ਸਾਇਸਪੀਕ ਸਾਹਿਬ ਕੋਲ ਆ ਸਾਰੇ ਕੱਚੇ ਹੁੰਦੇ ਸੀ ਉੱਥੇ ਬੀਬੀ ਅਨਮੋਲ ਗਗਨ ਮਾਣ ਦਾ ਜਿਹੜਾ ਵਿਆਹ ਆਇਆ ਉਹਦਾ ਵੀ ਬੜੀ ਰੀਲਾ ਹੀ ਆ ਬਣੀਆਂ ਉਹ ਵੀ ਕੱਚਾ ਹੁੰਦਾ ਨੇ ਦਿੱਤਾ ਸਾਨੂੰ ਪਤਾ ਹੀ ਆ ਵੀ ਸੈਸ਼ਨ ਦੇ ਵਿੱਚ ਜਾਂ ਕੀ ਆ ਭਾਸ਼ਾ ਇਹ ਕਿਸੇ ਦੀ ਇਸਤੇਮਾਲ ਕਰਦੇ ਰਹੇ ਆ ਉਹ ਕਿਸੇ ਦੇ ਕਿਸੇ ਨਾਲੋਂ ਕੋਈ ਘੱਟ ਨਹੀਂ ਹੈ ਜਿਹੜੀਆਂ ਤਿੰਨੇ ਪਾਰਟੀਆਂ ਆਂ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ ਪਤਾਨ ਜੀ ਮੈਨੂੰ ਤੂੰ ਕਹਿ ਰਿਹਾ ਮੈਨੂੰ ਤੂੰ ਕਹਿ ਰਿਹਾ ਹਾਂ ਤੇ ਲੋਕਾਂ ਨੇ ਪਾਰਟੀਆਂ ਪੁਰਾਣੀਆਂ ਕਲਿੱਪਾਂ ਕਿ ਮਾਨ ਸਾਹਿਬ ਤੁਸੀਂ ਤਾਂ ਪੱਤਰਕਾਰਾਂ ਕਹਿੰਦੇ ਸੀ ਤੂੰ ਠੇਕਾ ਲਿਆ ਹੂੰ ਹਾਂ ਜੇ ਪ੍ਰਤਾਪ ਸਿੰਘ ਬਾਜਵਾ ਫੋਨ ਚਲਾ ਰਹੇ ਆ ਪੇ ਚਲਾਈ ਜਾਂਦੋ ਤੁਸੀਂ ਆਦਾ ਕੰਟੀਨਿਊ ਰੱਖੋ ਜੇ ਦਮ ਹੋਇਆ ਤਾਂ ਤੁਹਾਡੇ ਆਪੇ ਸੁਣ ਲੈਣਗੇ ਤੱਥ ਹੋਏ ਤਾਂ ਉਹਨਾਂ ਗਣੀ ਦਾ ਕੈਮਰਾ ਜਾ ਕਰਦੀ ਨਹੀਂ ਉਹਦਾ ਪਤਾ ਹੀ ਨਹੀਂ ਉਹਦਾ ਆਈ ਨਹੀਂ ਪਤਾ ਹੁੰਦਾ ਵੀ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਕੋਈ ਗਿਆ ਕਿ ਨਹੀਂ ਗਿਆ ਉਹਦਾ ਹੀ ਲੱਗਦਾ ਵੀ ਪ੍ਰਤਾਪ ਸਿੰਘ ਬਾਜਵਾ ਤੇ ਮਨ ਦਾ ਸ਼ਾਇਦ ਰਾਜਾ ਬੜੰਗੀ ਹੁੰਦਾ ਹੋਰਾਂ ਦਾ ਤਾਂ ਪਤਾ ਹੀ ਨਹੀਂ ਕਿਹੜਾ ਕਾਂਗਰਸ ਤੇ ਕਾਲੀ ਵਾਲੇ ਆ ਨਾ ਉਹਨਾਂ 'ਚ ਵਾਇਰਸ ਆ ਤਾਂ ਨੇੜੇ ਨਹੀਂ ਕਰਦੇ ਕਿ ਕੈਮਰਾ ਕੋਰਾ ਖਰਾਬ ਕਰਦੇ ਨੇ ਇਹ ਹਾਂ ਉਹ ਤਾਂ ਇਹ ਦੂਰੋਂ ਰੱਖਦੇ ਆ ਉਹ ਤੜ ਉਹਨਾਂ ਚ ਵੀ ਘੱਟ ਹੀ ਲੱਗਦੀ ਆ ਮੈਨੂੰ ਨਹੀਂ ਮੈਂ ਤਾਂ ਇਸ ਕੀ ਸੈਟੀਸਫਾਈ ਆ ਨਹੀਂ ਉਹਵੇਂ ਤਾਂ ਤੁਸੀਂ ਸੈਟੀਸਫਾਈ ਹੋਗੇ ਠੀਕ ਐ ਪਰ ਇਸ ਗੱਲ ਨੂੰ ਲੈ ਕੇ ਇਹ ਤਾਂ ਜੱਗੋ ਤੇਰਵੀਂ ਗੱਲ ਆ ਨਾ ਹੂੰ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਅੱਗੇ ਵੀ ਚੱਲਦਾ ਆਇਆ ਉਹਨਾਂ ਕਣੀ ਵੀ ਉਵੇਂ ਜਾਂਦੀ ਆ ਤਸਵੀਰ ਜਮ ਨਹੀਂ ਯਾਰ ਇਸ ਇਸ ਗੱਲ ਨੂੰ ਲੈ ਕੇ ਪਹਿਲਾਂ ਸੁਖਪਾਲ ਸਿੰਘ ਖਹਿਰਾ ਜ਼ਰੂਰ ਮਾੜਾ ਮੋਟਾ ਬੋਲਦੇ ਰਹੇ ਕੋਈ ਬੋਲਦੇ ਨਹੀਂ ਉਹਨਾਂ ਪਤਾ ਨਾ ਸਰਕਾਰ ਨੇ ਕੁਝ ਕਹਿਣਾ ਹੀ ਨਹੀਂ ਬਸਾਂ ਕੋਈ 2-4 ਮਿੰਟ ਮਿਲੇ ਆ ਤੇ ਕੁਝ ਬੋਲ ਗਏ ਇੱਥੇ ਮਾਨ ਸਾਹਿਬ ਨੇ ਕਰਨਾ ਸੀ ਰਾਜਪਾਲ ਦੇ ਵਿਰੁੱਧ ਇੱਕ ਬਿੱਲ ਲੈ ਕੇ ਆਉਂਦੇ ਹੂੰ ਤੇ ਨਾ ਕਾਂਗਰਸ ਨੇ ਹਿਲਣਾ ਸੀ ਤੇ ਨਾ ਭਾਜਪਾ ਨੇ ਹੂੰ ਤੇ ਨਾ ਅਕਾਲੀਆਂ ਨੇ ਹੂੰ ਸਰਕਾਰ ਦੇ ਨਾਲ ਆਉਂਦੇ ਹੋ ਤੁਸੀਂ ਬਿੱਲ ਪਾਸ ਕਰਦੇ ਵੀ ਸਪੀਕਰ ਸਾਹਿਬ ਜੀ ਅਸੀਂ ਕਰ ਰਹੇ ਹਾਂ ਬਿੱਲ ਪਾਸ ਤੇ ਭੇਜੋ ਮੜਾ ਗਾਹਾਂ ਨੂੰ ਹੂੰ ਰਾਏਪਾਲ ਸਾਹਿਬ ਕੋਲੇ ਦੱਸੋ ਕਿਉਂ ਨਹੀਂ ਬਿੱਲ ਪਾਸ ਕਰ ਰਹੇ ਹੂੰ ਤੁਸੀਂ ਸਾਰੇ ਇਕੱਠੇ ਗੁਰਪ 92 ਦੇ 92 ਦੇ ਨਾਲਾ ਲੈ ਲਓ ਬਾਕੀ ਸਾਰੇ 117 17 ਤੁਰੋ ਹੂੰ ਰਾਏਪਾਲ ਦੇ ਬਾਰਤਕ ਤੱਕ ਪਹੁੰਚੋ ਲੈ ਕੇ ਬਿੱਲ ਪਾਸ ਕਰਕੇ ਹੂੰ ਮੜਾ ਮੌਲਤਾ ਬਣਾਓ ਹੂੰ ਤੁਸੀਂ ਤਾਂ ਜਾਣੇ ਹੋ ਬਸ ਦੋ ਮਿੰਟ ਬੋਲੇ ਪਹਿਲਾਂ ਪਹਿਲਾਂ ਤਾਂ ਮੈਂ ਨਹੀਂ ਬੋਲਦਾ ਹੂੰ ਮੈਂ ਨਿੱਕ ਨੇ ਜਵਾਗ ਗੁੱਸੇ ਦੇ ਘਰ ਚ ਦੋ ਦੋ ਜਵਾਕ ਹੋਣਾ ਹੂੰ ਇੱਕ ਲਿਆਇਓ ਕੋਈ ਚੀਜ਼ੀ ਟੌਫੀਆਂ ਲਿਆ ਦੂਜੇ ਨਾਲ ਮਿਲਣਾ ਉਹ ਗੁੱਸੇ ਰਹਿਣਾ ਮੈਂ ਨਹੀਂ ਮੈਂ ਨਹੀਂ ਬੋਲਦਾ ਤੇ ਮੈਂ ਨਹੀਂ ਬੋਲਦਾ ਲੈ ਹੂੰ ਯਾਰ ਜੋ ਸੀਐਮ ਯਾਰ ਤੂੰ ਬੋਲੀਆ ਕੋਈ ਮੋਬਾਈਲ ਚ ਲਾਉਂਦਾ ਖੇਡੀਆਂ ਖੇਡੀਆਂ ਦੇ ਆਪਣ ਕੀ ਆ ਜੇ ਦਮ ਹੋਇਆ ਮਾਨ ਸਾਹਿਬ ਤੁਹਾਡੇ ਚ ਆਪੇ ਲੋਕ ਸੁਣਨਗੇ ਨਹੀਂ ਜਦੋਂ ਬੋਲਦਾ ਉਹ ਕਹਿੰਦੇ ਅਸੀਂ ਇਹਨਾਂ ਦੀ ਗੱਲ ਦਾ ਜਵਾਬ ਦਵਾਂਗੇ ਹਾਂ ਉਹ ਵੀ ਰੌਲਾ ਨਾ ਹਰਾਸੀ ਇਹਨੇ ਗੱਲ ਜਵਾਬ ਦਵਾਂਗੇ ਉਹ ਕਹਾਂ ਮੇਰਾ ਡਿਬੇਟ ਕਰ ਲੋ ਆਕੇ ਜਾਂ ਫਿਰ ਇੱਕ ਹੋਰ ਹੋਣ ਡਾਇਲੌਗਸ ਹੈਗਾ ਸਪੀਕਰ ਸਾਹਿਬ ਦੇਖੋ ਉਹ ਇੱਕ ਚ ਤਾਂ ਕਹੀ ਦਿੱਤਾ ਸੀ ਵੀ ਇਹਨਾਂ ਨੂੰ ਬਿਠਾਓ ਪਹਿਲੀ ਗੱਲ ਤਾਂ ਮੁੱਖ ਮੰਤਰੀ ਸਪੀਕਰ ਨੂੰ ਕੋਈ ਦਿਸ਼ਾ ਨਿਰਦੇਸ਼ ਨਹੀਂ ਦੇ ਸਕਦਾ ਪਹਿਲੀ ਤਾਂ ਗੱਲ ਇਹ ਆ ਹੁਣ ਜਦੋਂ ਦੀ ਉਹ ਗੱਲ ਵਾਇਰਲ ਹੋ ਗਈ ਮਾਨ ਸਾਹਿਬ ਨੇ ਵੀ ਫੜ ਲਈ ਹੋਈ ਇਹ ਗੱਲ ਮੇਥੋਂ ਗਲਤ ਹੋ ਗਈ ਹੁਣ ਉਹ ਐਂ ਕਰ ਦਿੰਦੇ ਆ ਦੇਖਿਆ ਸੀ ਅੱਤੇ ਦੱਸ ਸਪੀਕਰ ਸਾਹਿਬ ਉਹ ਸ਼ਾਰਾ ਤਾਂ ਇਹੀ ਹੁੰਦਾ ਵੀ ਮੜਾ ਜੇ ਇਹਨਾਂ ਨੂੰ ਕਰਾਓ ਕਰਾ ਚੱਪ ਕਰਾਉਂਦੇ ਚੁੱਪ ਅੰਦਰ ਆਏ ਹੁੰਦਾ ਹਾਂ ਅੰਦਰੋਂ ਦਾ ਹੀ ਬਾਜ ਆਉਂਦੀ ਆ ਕਿਤੇ ਡਟਦੇ ਆਉਂਦੇ ਆ ਹੈ ਹਾਂ ਵੀ ਚੱਪ ਕਰਾ ਦਿਓ ਭਾਈ ਉਹ ਮਾਰ ਆਈਆਂ ਫਿਰ ਫਿਰ ਕੁਵਰ ਵੀ ਜੇ ਪ੍ਰਤਾਪ ਦਾ ਸਵਾਲ ਠਾਇਆ ਪ੍ਰਤਾਪ ਸਿੰਘ ਬਾਜਵਾ ਨੇ ਛਿੱਤ ਰੰਗਰਾਲਾ ਸਵਾਲ ਠਾਇਆ ਮਾਨ ਸਾਹ ਨੂੰ ਕੋਈ ਜਵਾਬ ਦਿੱਤੇ ਨਹੀਂ ਇਹਨਾਂ ਦੀ ਸਵਾਲ ਸੀ ਦੋਨੇ ਹਾਂ ਇਹਨਾਂ ਦੇ ਬੰਦੇ ਆ ਇਹਨਾਂ ਦੇ ਸਵਾਲ ਖੜੇ ਕਰੇ ਸਰਕਾਰ ਬੋਲ ਨਹੀਂ ਰਹੀ ਤੁਸੀਂ ਸੈਸ਼ਨ ਤੁਸੀਂ ਪਹਿਲਾਂ ਹੀ ਕੈਨਸਲ ਕਰ ਦੋ ਸਵੇਰੇ ਹੀ ਹਾਂ ਆ ਸਵੇਰ ਕਰ ਦੋ ਹਾਂ ਮਾਨ ਸਰਕਾਰ ਇਹ ਕਹਿ ਰਹੀ ਸਾਡਾ ਇਹ ਸੈਸ਼ਨ ਨਹੀਂ ਸੀ ਜੀ ਇੱਕ ਬੈਠਕ ਸੀ ਬਾਈਟ ਜਲਾਸ ਦੀ ਹਾਂ ਠੀਕ ਹੈ ਫਿਰ ਤੁਸੀਂ ਸਰਦੇ ਫੁੱਲ ਕਿਉਂ ਭੇਂਟ ਕਰ ਰਹੇ ਹੋ ਵਿੱਚ ਤਾਂ ਜੇ ਨਵਾਂ ਸੈਸ਼ਨ ਸ਼ੁਰੂ ਹੁੰਦਾ ਹੁੰਦਾ ਉਹਦੇ ਜਿਹੜੇ ਸਾਰੇ ਵਿਗੀਆਂ ਰੂਹਾਂ ਨੂੰ ਸਰਦੇ ਫੁੱਲ ਭੇਂਟ ਕਰਦੇ ਆ ਨੈਕਸਟ ਬੈਠਕ ਜਾਈ ਹੁੰਦਾ ਵੀ ਨਹੀਂ ਹਾਂ ਸਰਕਾਰ ਨੂੰ ਆਉਣ ਪਾਲ ਲੱਗ ਰਿਹਾ ਕਿ ਅਸੀਂ ਬੈਠਕ ਕਰ ਰਹੇ ਸੀ ਜਾਂ ਸੈਸ਼ਨ ਬੁਲਾ ਰਹੇ ਸੀ ਉਲਝੇ ਪਏ ਆ ਹਾਂ 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 ਜਾਂ ਤੈਨਾਂ ਨੇ ਸਲਾਹ ਕਰਵਾੜਿਆ ਜਨੇ ਸਲਾਹਕਾਰੇ ਸਲਾਹਕਾਰ ਅੱਗੇ ਉਹ ਮੜੇ ਆ ਹੂੰ ਤੁਸੀਂ ਆ ਦਾ ਕੰਮ ਕਰਦੇ ਜਾਓ ਹੂੰ ਰਾਜਪਾਲ ਬਿੱਲ ਪਾਸ ਕਰਦਾ ਨਹੀਂ ਕਹਦਾ ਵੱਖਰਾ ਵਿਸ਼ਾ ਜੇ ਤੁਸੀਂ ਚਾਰ ਬਿੱਲਾਂ ਖਾਤਰ ਸੁਪਰੀਮ ਕੋਰਟ ਜਾਓਗੇ 6 ਹੋ ਜਾਣਗੇ ਹੂੰ ਕਿੱਡੀ ਗੱਲ ਤੁਸੀਂ ਬਿੱਲ ਪਾਸ ਕਰ ਦਿੰਦੇ ਕੀ ਤੁਸੀਂ ਬੁਲਾ ਹੀ ਲੈ ਸੈਸ਼ਨ ਹਾਂ ਸੈਸ਼ਨ ਬੁਲਾਇਆ ਸਾਰੇ ਤਿਆਰ ਬਟਾਰੇ ਜਿਹੜੇ ਮੁੱਖ ਮੰਤਰੀ ਸਾਹਿਬ ਆਗੇ ਕੋ ਪਟਾਕੇ ਪੈਣਗੇ ਭਾਈ ਹੁਣ ਤਾਂ ਤੇ ਮਾਨ ਸਾਹਿਬ ਨੇ ਚੱਕਿਆ ਝੋਲਾ ਤੇ ਹੋ ਗਏ ਹੋ ਗਏ ਹੋ ਗਏ ਹੋ ਗਏ ਹੋ ਗਏ ਹੂੰ ਪੈ ਗਏ ਪਟਾਕੇ ਹਾਂ ਹੂੰ ਦਿਸ਼ਾਰਾ ਗੱਲ ਹੈ। ਹਾਂਜੀ ਇਹ ਦਿਸ਼ਾਰਾ ਦੀ। ਦਿਸ਼ਾਰੇ ਦੀ ਹਾਂ ਉਹ ਕਰਦੇ ਸਾਰਿਆਂ ਨੂੰ। ਕੋਈ ਕਾਮਨਾਵਾਂ ਹੁੰਦੀਆਂ ਕੀ ਹੁੰਦਾ ਮੈਂ ਤਾਂ ਪਤਾ ਨਹੀਂ ਭਰਾਵਾ। ਇਹ ਪੁਲਿਸ ਨੇ ਕੀ 50 ਸ਼ਬਦ ਕਾਉਣ ਲੱਗੇ ਛੇ ਦੋ ਬਹੁਤ ਵੱਡੇ ਮਸਲੇ ਇਹਦੇ ਵਿੱਚ ਵੀ। ਹਵਾਲਦਾਰ ਦਾ ਇੱਕ ਦਾ ਕਤਲ ਹੋ ਗਿਆ ਭਾਈ ਵਰਨ। ਹਾਂ ਮੈਂ ਉਸ ਤੇ ਵੀ ਆਉਣੇ ਆਪਾਂ। ਉਹਦੀ ਵੀ ਗੱਲ ਕਰਨੀ ਹੈ ਇੱਕ ਵੱਡੀ ਖਿਡਾਰੀ ਲਈ ਪਰ ਭੁੱਲਣਾ ਜਈ ਅੱਜ ਆਪਾਂ ਬਾਰੇ ਦਿਨਾਂ ਬਾਅਦ ਪੋਡਕਾਸਟ ਕਰਾਂ। ਹਫ਼ਤੇ ਬਾਅਦ ਹੀ ਕਰ ਰਹੇ ਹਾਂ ਅਸਲ 'ਚ ਆਪਾਂ। ਹਾਂ ਉਹ ਪਿਛਲਾ ਕੀਤਾ ਇਹਨਾ ਆਪਾਂ। ਹਾਂ ਉਹ ਰਿਵਰਸਲ ਆ ਗਿਆ। ਆਪਾਂ ਰਿਵਰਸਲ ਆ ਕੇ ਸੀ ਆਪਣਾ। ਤੇ ਪਰ ਜਿਹੜੇ ਹਿਸਾਬ ਨਾਲ ਨੇ ਸੈਸ਼ਨ ਬੁਲਾਇ ਪਹਿਲਾ ਲਲਕਾਰੇ ਮਾਰੀ ਗਏ ਹਮ ਕੀ ਆਇਓ ਰਾਏਪਾਲ ਸਾਹਿਬ ਆਇਓ ਜਦੋਂ ਰਾਏਪਾਲ ਸਾਹਿਬ ਆ ਗਿਆ ਮੈਂ ਤੇ ਨਾ ਜੀ ਹੁਣ ਟਾਈਮ ਪੂਰਾ ਹੋ ਗਿਆ ਹਮ ਐਦਾਂ ਥੋੜੀ ਹੁੰਦਾ ਯਾਰ ਤੁਸੀਂ ਦਮ ਤਾਂ ਦਿਖਾਓ ਮਾੜਾ ਮੋਟਾ ਤੁਸੀਂ ਕੰਮ ਕਰਦੇ ਜਾਓ ਤੁਸੀਂ ਬਿੱਲ ਪਾਸ ਕਰ ਦੋ ਅੱਗੇ ਭੇਜ ਦੋ ਸਾਰੀ ਕਾਰਵਾਈਆਂ ਕਰੋ ਹਮ ਯਾਰ ਭਾਵੇਂ ਨਹੀਂ ਕਰ ਚਾਰ ਬਿੱਲਾਂ ਖਤ ਜਾਊ ਸੁਪਰੀਮ ਕੋਰਟ ਛੇ ਵਾਸਤੇ ਜਾਵੜਦੇ ਇੱਕ ਪਾਸਾ ਤਾਂ ਕਰਦੇ ਪਰ ਉਲਝੇ ਪੈਣਾ ਮਾਨ ਸਾਹਿਬ ਵੀ ਇਹਨਾਂ ਪਤਾ ਲੱਗ ਨਹੀਂ ਰਿਹਾ ਹੁਣ ਤਾਂ ਲੋਕ ਕਹਿ ਰਹੇ ਬਸ ਉਹ ਸਰਕਾਰ ਨੂੰ ਯੂ ਟਰਨ ਕਿ ਅਗਲੀ ਵਾਰ ਨਾ ਸਰਕਾਰ 2024 ਦੇ ਇਲੈਕਸ਼ਨ 27 ਦਾ ਇਲੈਕਸ਼ਨ ਹੋਵੇ ਤਾਂ ਚੋਣਾਂ ਨਾ ਲੈ ਲੈ ਯੂ ਟਰਨ ਵਾਲਾ ਝਾੜੂ ਛੱਡ ਦੇ ਹੂੰ ਪਤਾ ਹੀ ਨਹੀਂ ਕਿ ਕਿੰਨੇ ਕੋ ਫੈਂਸੇ ਯੂ ਟਰਨ ਲੈ ਲੈ ਇਹਨਾਂ ਨੇ ਹੂੰ ਯਾਦ ਹੀ ਰਹਿੰਦੇ ਸਭ ਤੋਂ ਗਰਮ ਮਸਲਾ ਹੈਗਾ ਕੈਨੇਡਾ ਤੇ ਇੰਡੀਆ ਦਾ ਵਿਵਾਦ ਹੂੰ ਭਾਰਤ ਨੇ ਕੈਲ ਡਿਪਲੋਮੇਟ ਨੂੰ ਵਾਪਸ ਭੇਜਤਾ ਕੱਢਤਾ ਇੰਡੀਆ ਚੋਂ ਹਾਂ ਉਹਨੂੰ ਭੇਜਤਾ ਜਿੰਨੇ ਵੀਜ਼ਾ ਦਾ ਕੰਮ ਪੰਜਾਬ ਦਾ ਚੰਡੀਗੜ੍ਹ ਚ ਹੁੰਦਾ ਸੀ ਚਾਰ ਬੰਦ ਕਰੇ ਆ ਤਿੰਨ ਕਿਹੜਾ ਤਿੰਨ ਤਿੰਨ ਚੰਡੀਗੜ੍ਹ ਚੰਡੀਗੜ੍ਹ ਬੈਂਗਲੁਰੂ ਬੈਂਗਲੁਰੂ ਤੇ ਮੁੰਬਈ ਦੇ ਮੁੰਬਈ ਹੁਣ ਤੈਨੂੰ ਇੱਕ ਹੁਣ ਕਹ ਲੈ ਰਿਹਾ ਦਿੱਲੀ ਵਾਲਾ ਮੁੱਖ ਦਫ਼ਤਰ ਹਮ ਸਾਰੇ ਕੰਮ ਉੱਥੇ ਹੋਣਗੇ ਇਨਾ ਸਟਾਫ ਪਹਿਲਾਂ 62 ਸੀ 62 ਚੁੱਕ ਕੇ ਆਲੀ ਜਾੜੇ ਹਮ 1 ਇੱਕ ਹੀ ਰਹਿ ਗਿਆ ਪਿੱਛੇ ਹੁਣ ਇੱਕ ਹੀ ਕਿੰਨਾ ਕੰਮ ਕਰਨਗੇ ਹਮ ਤੇ ਸਾਰਾ ਕੰਮ ਉੱਥੇ ਬੋਏ ਬਣ ਜਾਣਾ ਚੰਡੀਗੜ੍ਹ ਤੇ ਬੈਂਗਲੁਰੂ ਹੀ ਜ਼ਿਆਦਾ ਕੰਮ ਹੁੰਦਾ ਸੀ ਤੈਨੂੰ ਇਹ ਵੀ ਦੱਸ ਦੇਣਾ ਚੰਡੀਗੜ੍ਹ ਕਿਉਂਕਿ ਪੰਜਾਬ ਦੇ ਜਾ ਹਰਿਆਣਾ ਜਾਦਾ ਪੰਜਾਬ ਹਰਿਆਣਾ ਇਹ ਸਾਰੀਆਂ ਇਹ ਸਟੇਟਾਂ ਚ ਬਹੁਤ ਗੰਤੀ ਚ ਕੈਨੇਡਾ ਜਾ ਰਹੇ ਆ ਉਧਰ ਬੰਗਲੌਰ ਚ ਸਾਊਥ ਵਾਲੇ ਬੰਦੇ ਬਹੁਤ ਜਾਂਦੇ ਆ ਬਹੁਤ ਜ਼ਿਆਦਾ ਜਾਂਦੇ ਆ ਉਹ ਜਿਵੇਂ ਆਪਣੇ ਪਿਆਬੀ ਜਾ ਰਹੇ ਉਵੇਂ ਹੀ ਸਾਊਥ ਦੇ ਬੰਦੇ ਬਿਲਕੁਲ 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 ਬਸ ਸਭਰੇ ਹੁਣ ਹੂੰ ਹੂੰ ਕੀ ਕਹੀਏ ਹੁਣ ਇਹ ਤਾਂ ਹੈ ਤੇ ਇੱਕ ਹੋਰ ਅੰਕੜੇ ਮੈਂ ਨਾਲ ਜੋੜ ਦੇਣਾਂ ਅੰਕੜੇ ਆਏ ਆ ਹੂੰ ਅੱਜ ਇੰਗਲਿਸ਼ ਅਖਬਾਰ ਦੀ ਖਬਰ ਸੀ ਕਿ ਜੋ ਜਿਹੜੇ ਭਾਰਤੀ ਕਿੰਨੇ ਜਾ ਰਹੇ ਆ ਹੂੰ 2021 ਚ 56000 ਭਾਰਤੀਆਂ ਨੂੰ ਮਿਲੀ ਐਸਿਟਨਸ਼ਿਪ ਅਮਰੀਕਾ ਦੀ ਹਮ ਤੇ 2019 ਮਿਲੀ ਸੀ 63000 ਨੂੰ ਆਸਟ੍ਰੇਲੀਆ ਚ 2021 ਚ ਮਿਲੀ ਸੀ 24000 ਨੂੰ ਤੇ ਐਧ ਕੀ 2019 ਚ ਮਿਲਿਆ 28000 ਨੂੰ ਹਮ 2021 ਚ ਕੈਨੇਡਾ ਚ ਸਿਰਜਣ ਲਈਆ ਇੰਡੀਆ ਨੇ 21000 2019 ਚ ਲਈ ਸੀ 31300 ਨੇ ਹਮ ਸਿਕਲ ਮਣਾ ਕੇ ਇਹ ਹੋ ਗਿਆ ਸਵਾ ਕ ਲਖ ਹੋ ਗਿਆ ਹਮ ਬੰਦਾ ਇਹਦਾ ਬਾਹਰ ਜਾ ਰਿਹਾ ਤੇ ਤੁਸੀਂ ਦੂਸਰੇ ਪਾਸੇ ਹੁਣ ਇਹ ਹਾਲ ਕਰਤਾ ਤੇ ਹਾਲਾਤ ਮਨ ਲੱਗਦੇ ਖਰਾਬ ਹੋਣਾ ਜਾਣ ਆਸਟ੍ਰੇਲੀਆ ਨਾਲ ਵੀ ਹੂੰ ਕਿਉਂਕਿ ਕੈਨੇਡਾ ਦੇ ਨਾਲ ਅਮਰੀਕਾ ਖੜ ਗਿਆ ਆ ਕੇ ਹੂੰ ਉਹ ਨਾ ਜੀ ਨਾ ਉਹ ਸਾਰੇ ਖੜ ਗਏ ਪੰਜੇ ਮੁਲਖ ਜਿਹੜੀਆਂ 5-5 ਦਿੱਤੀ ਆਪਾਂ 5-5 ਹੁੰਦੇ ਨੇ ਉਹ ਪੰਜੇ ਖੜ ਗਏ ਹੂੰ ਪੰਜੇ ਇੱਕ ਦੂਜੇ ਨਾਲ ਖੜ ਗਏ ਉਹ ਤੇ ਪੰਜਾਬ ਸਰਕਾਰ ਉੱਤੇ ਇੱਕ ਸ਼ਬਦ ਬੋਲਣ ਤਿਆਰ ਨਹੀਂ ਹੂੰ ਇਸ ਵਿਵਾਦ ਨੂੰ 20 ਦਿਨ ਹੋਣ ਨੂੰ ਆ ਗਏ ਮਾਨ ਸਾਹਿਬ ਇਸ ਨੂੰ ਲੈ ਕੇ ਥੋੜਾ ਜਿਹਾ ਐਨਆਰਏ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਚਾਹੇ ਉਹ ਸਟੂਡੈਂਟ ਆ ਚਾਹੇ ਟੂਰਿਸਟ ਆ ਚਾਹੇ ਕਿਸੇ ਵੀ ਕੰਟਰੀ ਚ ਕਿਵੇਂ ਵੀ ਆਇਆ ਹੋਵੇ 15 20 25 ਸਾਲ ਪੁਰਾਣੇ ਚਾਹੇ ਨਵੇਂ ਗਏ ਇਸ ਨੂੰ ਲੈ ਕੇ ਸੋਚਣਾ ਚਾਹੀਦਾ ਵੀ ਸਾਡਾ ਸੂਬਾ ਜਾਂ ਸਾਡੀ ਸਟੇਟ ਦਾ ਜਿਹੜਾ ਹੈੱਡ ਆ ਜਾਂ ਦੂਜੇ ਵੀ ਵਿਰੋਧੀ ਵੀ ਉਹ ਬੋਲ ਰਿਹਾ ਹੈ ਕਿ ਨਹੀਂ ਬੋਲ ਰਿਹਾ ਸਿਰਫ ਕਾਲੀ ਬੋਲੇ ਥੋੜਾ ਜਿਹਾ ਉਹ ਮਾੜਾ ਜੀ ਬੋਲੇ ਆ ਉਹ ਵੀ ਉਹਨਾਂ ਨੇ ਉਹੋ ਹੀ ਕਰੀ ਆ ਵਿਡੀਓ ટી ਨਵਾਂ ਆ ਤੇ ਵੀ ਨਵਾਈ ਆ ਵੀ ਆਏ ਬਸ ਸਾਦਾ ਆ ਆਮ ਆਦਮੀ ਪਾਰਟੀ ਦਾ ਬੋਲੇ ਨਾ ਸੱਤਾ ਹੀ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਜਿੱਥੋਂ ਸਭ ਤੋਂ ਲੋਕ ਇਸਵੇਂ ਕੈਨੇਡਾ ਜਾ ਰਹੇ ਨੇ ਤੇ ਸਭ ਤੋਂ ਕੈਨੇਡਾ ਸੰਬੰਧੀ ਪੰਜਾਬ ਦੇ ਨਾਲ ਆ ਇਹਨਾਂ ਨੇ ਵਾਦਾ ਵੀ ਕੀਤਾ ਸੀ ਵੀ ਇਹੀ ਬਾਹਰਲੇ ਨੂੰ ਇੱਧਰ ਲੈ ਕੇ ਆਵਾਂਗੇ ਇੱਕ ਵੇ ਵਾਦਾ ਫਿਰ ਐਨਆਰ ਨੇ ਇਹਨੂੰ ਵੋਟਾਂ ਵੀ ਬਹੁਤ ਹੋ ਮਦਦ ਵੀ ਕੀਤੀ ਇਹਨਾਂ ਦੀ ਸਪੋਰਟ ਵੀ ਕਰਦੇ ਆ ਉਹਨਾਂ ਨੂੰ ਹੈਗਾ ਵੀ ਹਜੇ ਵੀ ਬਦਲਾਅ ਨਹੀਂ ਕਿਹੜਾ ਨਾ ਬਦਲਾਅ ਕਿ ਐਲਾਨ ਨਹੀਂ ਕੀਤਾ ਬਸ ਚੁੱਪ ਰਹਿਣਾ ਸਾਰੇ ਨੇ ਕੋਈ ਮੰਤਰੀ ਬੋਲਣ ਨੂੰ ਤਿਆਰ ਨਹੀਂ ਫਿਰ ਆਪਾਂ ਗੱਲ ਇੱਥੇ ਐਡ ਕਰਨੀ ਆ ਕੋਲਚੀਆਂ ਲਈ ਕੋਦੇ ਕਨਫਰਮ ਨਹੀਂ ਹੋਈ ਸੀ ਹਾਂ 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 ਪਿਛਲਾ ਪੌਡਕਾਸਟ ਆਪਣਾ ਇੱਥੇ ਸੀ ਹਾਂ ਮੀਤ ਹੇਰ ਦਾ ਬਿਆਨ ਵੀ ਆਉਂਦਾਗਾ ਮੀਤਿਆਂ ਦਾ ਬਿਆਨ ਵੀ ਹੁੰਦਾ ਰੌਲਾ ਸੀ ਦੂਜੇ ਬਾਦ ਬੇਕਰਮ ਮਜੀਠੀਆ ਦਾ ਵੀ ਪ੍ਰੈਸ ਕਾਨਫਰੰਸ ਆਉਂਦੀ ਆ ਪਹਿਲਾਂ ਵੀ ਆਉਂਦੀ ਆ ਫਿਰ ਮੀਤ ਹੇਰ ਦਾ ਬਿਆਨ ਆਦਾ ਫਿਰ ਫੇਰ ਥੋੜੀ ਆਪਾਂ ਗੱਲ ਸਾਫ਼ ਕਰਦਗੇ ਇਹ ਤਿੰਨ ਮੰਤਰੀ ਬਈ ਕੁਲਚੀ ਖਾਣ ਜਾਂਦੇ ਆ ਕੁਲਚਾ ਲੈਣਾ ਆਂਦੇ ਹਮ ਐਡੇ ਪਰਾ ਦੋਸ਼ ਲੱਗਦੇ ਆ ਬੇਕਰਮ ਮਜੀਠੀਆ ਦੇ ਅਨੁਸਾਰ ਉਹਦੇ ਉੱਥੇ ਹੁੰਦੀ ਆ ਭੀੜ ਹਮ ਤਿੰਨੇ ਮੰਤਰੀ ਕਰਦੇ ਆ ਰਹਿ ਕਿ ਸਾਹਮਣੇ ਐਮ ਕੇ ਹੋਟਲ ਆ ਬਹੁਤ ਪੁਰਾਣਾ ਹੋਟਲ ਆ ਆ ਹੋਟਲ ਜਾਂਦੇ ਆ ਵੀ ਕਮਰਾ ਦੋ ਉਹਦੇ ਲਈ ਆਉ ਪੈਸੇ ਤੇ ਆਈਡੀ ਇਹ ਸਾਨੂੰ ਤੁਸੀਂ ਜਾਣ ਦੇਣੀ ਉਹ ਜਾਣਦੇ ਤਾਂ ਹੈਗੇ ਆ ਪਰ ਕਿਰਾਇਆ ਤਾਂ ਲੱਗੂਗਾ ਜੀ ਕਿ 5500 ਰੁਪਏ ਕਿਰਾਇਆ ਦੇ ਕੇ ਹੋਟਲ ਚ ਬੈ ਜਾਂਦੇ ਆ ਜਿਵੇਂ ਹੋਟਲ ਚ ਬੈਹਿੰਦੇ ਜਾਂਦੇ ਆ ਹੋਟਲ ਮਾਲਕ ਨੂੰ ਤਿੰਨ ਨੋਟਸ ਆ ਜਾਂਦੇ ਆ ਹਮ ਕਿ ਤੁਹਾਡਾ ਜਿਹੜਾ ਥੱਲੇ ਜਿਹਨੇ ਟੀਵੀ ਨੁੱਟ ਰ ਪਿਆ ਇਹ ਵੀ ਠੀਕ ਉਚਾਈ ਤੇ ਨਹੀਂ ਪਿਆ ਤੁਹਾਡਾ ਖਾਣਾ ਵੀ ਠੀਕ ਨਹੀਂ ਹੋਰ ਇਹ ਤਿੰਨ ਨੋਟਸ ਆ ਜਾਂਦੇ ਆ ਤਿੰਨ ਨੋਟਸਾਂ ਤੋਂ ਬਾਅਦ ਹੋਟਲ ਮਾਲਕ ਕੋਟ ਜਾ ਕੇ ਸਟੇ ਲੈ ਕੇ ਆਉਂਦਾ ਹਮ ਠੀਕ ਹੈ ਜੀ ਉਸ ਤੋਂ ਬਾਅਦ ਪ੍ਰੋਗਰਾਮ ਹੁੰਦਾ ਅਮਰਸਰ ਦੇ ਵਿੱਚ ਕਿ ਹੁਣ ਸਰਕਾਰ ਐਕਸ਼ਨ ਨਾਲ ਨਹੀਂ ਨਸ਼ਾ ਕਰ ਸਿਰਫ ਅਰਦਾਸ ਨਾਲ ਖਤਮ ਕਰੂਗੀ ਹੂੰ ਉਦੋਂ ਫਿਰ ਬਿਆਨ ਆਉਂਦਾ ਕਹਿੰਦੇ ਜੀ ਮੈਂ ਤਾਂ ਕੋਲਚਾ ਖਾਧਾ ਨਹੀਂ ਹੋਟਲ 'ਚ ਬੈ ਕੇ ਮੰਤਰੀ ਮੀਥਰ ਕਹਿੰਦੇ ਮੈਂ ਤਾਂ ਖਾਧਾ ਕੋਲਚੇ ਲੈਣ 'ਚ ਬੈ ਕੇ ਆ ਹੁਣ ਗਾਂ ਪੱਤਰਕਾਰ ਭਾਈ ਜਰੇ ਆਪਣਾ ਓਜਾ ਉਤਰਪਿਆ ਕੋਲਚਾ ਲੈਣਾ ਕੋ ਲੈ ਕੇ ਜੇ ਮੰਤਰੀ ਸਾਹਿਬ ਕੋਲਚਾ ਖਾਧਾ ਹਾਂਜੀ ਖਾਧਾ ਕਿੱਥੇ ਗਾਂ ਇੱਥੇ ਖਾਧਾ ਪੈਸੇ ਦਿੱਤੇ ਜੀ ਉਹ ਰੌਲਾ ਹੀ ਪਾਈ ਕੋਲਚੇ ਲੈਣ ਨਾਲ ਨਹੀਂ ਰੌਲਾ ਤਾਂ ਹੋਟਲ ਨਾਲ ਆ ਹੂੰ ਕੀ ਹੋਟਲ ਨੂੰ ਨੋਟਸ ਆਏ ਆ ਨਾ ਤਾਂ ਮੰਤਰੀ ਸਾਹਿਬ ਨੇ ਸਾਫ ਕੀਤਾ ਇਹ ਕਿ ਨੋਟਸ ਉਹ ਨਹੀਂ ਜੀ ਤਾਂ ਨੋਟਸ ਨਾ ਚੱਲਦੇ ਰਹਿੰਦੇ ਆ ਰੈਗੂਲਰ ਪ੍ਰੋਸੈਸ ਆ ਇਹ ਜਿੰਨਾ ਪੱਤਰਕਾਰ ਭਾਈਚਾਰਾ ਸਿੱਧਾ ਗਿਆ ਕੋਲਚਾਲਿਆਂ ਕੋਲੇ ਉਹਦਾ ਉਹ ਆ ਉਹ ਪ੍ਰੋਮੋਸ਼ਨ ਕਰੀ ਜਾਣਾ ਉਹਨਾਂ ਦੀ ਹਾਂ ਹੱਕਬੰਦ ਸਰਕਾਰ ਦੀ ਉਹਨਾਂ ਨੇ ਪਰ ਸਰਕਾਰ ਨੇ ਨੀਤੀ ਨੇ ਕਿਹਾ ਕਿ ਮੈਂ ਕੁਲਚੇ ਆ ਲੈਣ ਦਾ ਜਿਹੜਾ ਕੁਲਚਾ ਸੀ ਭਾਈ ਉਹ ਹੋਟਲ 'ਚ ਬਹਿ ਕੇ ਨਹੀਂ ਖਾਦਾ ਮੈਂ ਖਾਦਾ ਕੁਲਚਾ ਲੈਣ ਦੇ ਪਰ ਰੌਲਾ ਕੁਲਚੇ ਦਾ ਤਾਂ ਹੈ ਨਹੀਂ ਰੌਲਾ ਤਾਂ ਹੋਟਲ ਦਾ ਜੀ ਤੇ ਪੱਤਰਕਾਰ ਭਾਈਚਾਰੇ ਮੈਕ ਲੈ ਕੇ ਪਹੁੰਚ ਗਿਆ ਕੁਲਚਾ ਵਾਲੇ ਕੋਲੇ ਉਹਦਾ ਫਿਰ ਭੇਜੇ ਹੋਣਿਆ ਨਾ ਇਹਨਾਂ ਨੇ ਉਹ ਤਾਂ ਤੁਹਾਨੂੰ ਪਤਾ ਨੀਤੀਆਂ ਨੇ ਕਿਹਾ ਸੀ ਨਾ ਚੈਨਲ ਦੇਖੋ ਕਿਹੜੇ ਕਿਹੜੇ ਗਏ ਆ ਪਤਾ ਹੀ ਹੈ ਜੀ ਦੇਖੋ ਚੈਨਲ ਕਿਹੜੇ ਕਿਹੜੇ ਗਏ ਆ ਜਿਨ੍ਹਾਂ ਦੀਆਂ ਇਹ ਕਲਿੱਪਾਂ ਕੱਟ-ਕੱਟ ਕੇ ਆਪਣੇ ਵੇਜਾਂ ਦੇ ਪਾਉਂਦੇ ਆ ਉਹੀ ਚੈਨਲ ਸੀ ਜਿਹਨਾਂ ਨੂੰ ਗੱਫੇ ਦਿੰਦੇ ਆ ਹਾਂ ਪੰਜਾਬ ਚ ਇੱਕ ਹੋਰ ਸਟ੍ਰਾਈਟ ਚੈਨਲ ਲਾਂਚ ਹੋ ਗਿਆ ਹੂੰ ਅੱਛਾ ਮੈਨੂੰ ਨਹੀਂ ਪਤਾ ਅੱਜ ਹੋਇਆ ਅੱਛਾ ਅੱਜ ਹੋ ਗਿਆ ਚਲੋ ਸੇਰੇ ਸੇਰੇ ਨੇਰ ਨੇ ਕਾਜੀ ਘਰ ਤਾਂ ਲਾਂਚ ਕਹਿੰਦੇ ਇੰਡੀਆ ਚ ਕੀ ਇਹਦਾ ਦੁਸ਼ਹਿਰੇ ਤੇ ਕਰਨਾ ਸੀ ਹਾਂ ਉਹ ਦਿਨ ਕਢਾਇਆ ਵਸ ਸੀ ਪੰਡਤ ਜੀ ਤੋਂ ਅੱਛਾ ਨਹੀਂ ਬੰਦੇ ਤਾਂ ਪੜਤਾਂ ਵਾਲੇ ਹੈ ਨਹੀਂ ਉਹ ਕੀ ਹੈਗੇ ਆ ਪਤਾ ਨਹੀਂ ਕੱਲ ਪਤਾ ਨਹੀਂ ਪਰਸੋਂ ਕੌਣ ਕਹਿੰਦਾ ਸੀ ਯਾਰ ਉਹ ਦਿਨ ਰੌਲਾ ਪਈ ਜਾਂਦਾ ਸੀਗਾ ਚਲੋ ਕੋਈ ਗੱਲ ਨਹੀਂ ਜਦੋਂ ਗੱਲ ਹੋਈ ਗੱਲ ਆ ਐਨਕਾਊਂਟਰ ਹੋਇਆਗਾ ਬਾਈ ਪਰਮਜੀਤ ਸਿੰਘ ਪੰਮਾ ਕੀਤਾ ਕਾਬੂ ਬਰਨਾਲੇ 11 ਵਜੇ ਪੁਲਿਸ ਕਰ ਰਹੀ ਹੈ ਕਾਨਫਰੈਂਸ ਉਹ ਜਿਹੜਾ ਹਵਲਦਾਰ ਕਤਲ ਮਾਮਲੇ ਦੇ ਵਿੱਚ ਗੋਲੀ ਚੱਲੀ ਆ ਗੋਲੀ ਲੱਗਣ ਨਾਲ ਮੌਲਜਮ ਹੋਇਆ ਜ਼ਖਮੀ ਉਸ ਦੀ ਗੱਲ ਕਰਨੀ ਆਪਾਂ ਹੁਣ ਹਵਲਦਾਰ ਜਿਹੜਾ ਹੈਗਾਗਾ ਬਿਲਕੁਲ 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 ਕਰ ਲੋ ਗੱਲਾਂ ਦਾ ਬਹੁਤ ਆ ਇੱਕ ਸੱਚ ਉਹ ਵੀ ਗੱਲ ਕਰੋ ਮਨਪ੍ਰੀਤ ਬਾਦਲ ਦੀ ਪਿਛਲੇ ਹਫ਼ਤੇ ਦੀ ਰੀੜ ਦੀ ਹੱਡੀ 'ਚ ਦੱਸ ਦੇਣਾ ਤੋਂ ਦਰਦਾ ਹਾਂ ਹਾਂ ਹੁਣ ਕੱਲ ਨੂੰ ਦੱਸੇ ਮਿਲਿਆ ਗਿਆ ਸੀ ਹਾਂ ਉਹ ਕਹਿੰਦੇ ਜੀ ਉਹਨਾਂ ਦਾ ਮੈਡੀਕਲ ਤੇ ਪਾਸਪੋਰਟ ਪਹੁੰਚ ਗਿਆ ਕੋਰਟ ਠੀਕ ਹੈ ਉਹ ਕਹਿੰਦੇ ਉਹਨਾਂ ਦੇ ਵਕੀਲ ਰਾਹੀਂ ਹਾਂ ਜਿਹੜਾ ਉਹਨਾਂ ਦਾ ਪਾਸਪੋਰਟ ਆ ਤੇ ਮੈਡੀਕਲ ਪਾਸਪੋਰਟ ਸੈਂਟਰ ਕਰਤਾ ਉਹਨਾਂ ਨੇ ਹਾਂ ਪਾਸਪੋਰਟ ਵੀ ਆਇਆ ਤੇ ਮੈਡੀਕਲ ਵੀ ਆਇਆ ਹਾਂ ਮੈਡੀਕਲ ਤਾਂ ਮੈਂ ਪੜ੍ਹ ਲਈ ਆ ਥੋੜੀ ਖਬਰ ਚੱਲੀ ਆ ਹਾਂ ਪਾਸਪੋਰਟ ਵੀ ਆਏਗਾ ਚਲੋ ਭਾਈ ਚੰਗੀ ਗੱਲ ਆ ਹਮ ਪਰ ਇਹ ਨਾ ਲੀਡਰਾਂ ਦੇ ਆਦਤ ਪਤਾ ਨਹੀਂ ਪਤਾ ਨਹੀਂ ਵਾਕਈ ਇਹ ਬਿਮਾਰੇ ਨੇ ਹੁੰਦੇ ਆ ਹਮ ਕਾਂਗਰਸਿਆਂ ਦੇ ਵਾਵਾ ਤੇ ਐਕਸ਼ਨ ਹੋ ਐਵਿਜਲੈਂਸ ਦਾ ਹਮ ਇੱਕ ਤਾਂ ਜਾਂ ਤਾਂ ਸਾਰੇ ਸ਼ੂਗਰ ਦੇ ਮਰੀਜ਼ ਪੱਕੇ ਹੀ ਹੈਗੇ ਆ ਥੋੜਾ ਗਵਾਂਢੀ ਵੀ ਹਮ ਇਹਦਾ ਨਵਾਂ ਨਵਾਂ ਫਿਰ ਕਾਂਗਰਸੀ ਬਣ ਗਿਆ ਹਮ ਉਹ ਵੀ ਕਹਿੰਦਾ ਜੀ ਸ਼ੂਗਰ ਸਾਗਰ ਹੈਗਾ ਆਪਾਂ ਨੂੰ ਦੋ ਚਾਰ ਪਹਿਲਾਂ ਫੜੇ ਸੀ ਉਹਨਾਂ ਨੂੰ ਵੀ ਸ਼ੂਗਰ ਹੈਗਾ ਸੀ ਚਲੋ ਇਹ ਖੈਰੀਅਤ ਆ ਹਮ ਮਨਪੀ ਜੀ ਨੂੰ ਸ਼ੂਗਰ ਨਹੀਂ ਹੈਗਾ ਤੇ ਕੱਲੇ ਰੀਡ ਦੀ ਹੱਡੀ ਪ੍ਰੋਬਲਮ ਆ ਹਮ ਉਹ ਕਹਿੰ ਕੋਈ ਹੋੜੇ ਪੰਜ ਦੀ ਕੁਰਸੀ ਲਿਆਵਾਂਗੇ ਜੀ ਇੱਕ ਵਾਰੀ ਪਹੁੰਚ ਤਾਂ ਜਾਓ ਹਮ ਹਮ ਦੇਖੋ ਕੀ ਬੰਦਦਾ ਭਾਈ ਹੁਣ ਪਰ ਚਰਚਾ ਬਹੁਤ ਉਹਨਾਂ ਦੀ ਵੀ ਇਹ ਕਾਂਗਰਸੀ ਬਣੇ ਪਤਾ ਨਹੀਂ ਲੱਗ ਰਿਹਾ ਕਿਸੇ ਨੂੰ ਵੀ ਕਿੱਥੇ ਆ ਬੰਦਾ ਅਤੇ ਰਾਜੀ ਜੀ ਵੀ ਉਹ ਇੱਕ ਐਸ ਵੀ ਸਪੈਸ਼ਲਾਈਜ਼ਿੰਗ ਸਿੰਘ ਉਹ ਵੀ ਆਇਆ ਉਹਦੇ ਪੇਸ਼ ਹੋਇਆ ਤੇ ਉਹ ਗਿਆ ਹੋ ਗਿਆ ਉਹ ਤੋਂ ਲੱਭੇ ਨਹੀਂ ਆਈ ਯਾਰ ਠੀਕ ਇਸ ਤਰ੍ਹਾਂ ਗਾਇਬ ਹੋਣਾ ਸੌਖਾ ਮੈਨੂੰ ਤਾਂ ਲੱਗਦਾ ਕੋਈ ਬੰਦਾ ਆਮ ਕਾਇ ਉਹਦੇ ਪੁਲਿਸੋਂ ਲੱਭਣ ਦੀਆ ਚਾਰ ਡਾਂਗਾ ਮਾਰ ਜੇ ਰਿਸ਼ਤੇਦਾਰਾਂ ਦੇ ਭੂਆ ਦੇ ਮਾਮਿਆਂ ਦੇ ਚਾਲ ਆਪਾਂ ਜਾ ਹੁੰਦਾ ਤੇ ਲੀਡਰਾਂ ਮਿਲਿਆ ਕੁਝ ਹੁੰਦਾ ਹੀ ਨਹੀਂ ਦੱਸ ਫਰਾਈ ਇਹ ਤਾਂ ਪਿੰਡ ਕਿਤੇ ਕਤਲ ਹੋ ਜਾਏ ਤੇ ਪੁਲਿਸ ਉਹਦੀ ਚੱਕ ਕੇ ਲੈ ਜਾਂਦੀਆਂ ਨੇ ਗੌਂਡਿਆਂ ਨੂੰ ਚਾਚੇ ਤਾਂ ਆਏ ਨੂੰ ਰਿਸ਼ਤਾਰਾਂ ਨੂੰ ਤੇ ਨਾਲੋਂ ਭੱਜਾ ਪਿਆ ਉਹਨਾਂ ਦੇ ਰਿਸ਼ਤੇਦਾਰਾਂ ਨੇ ਮਾਰੇ ਹੋਏ ਲੈਣੇ ਉਹਦੀ ਕਹਿਤਾ ਵਕੀਲ ਲੈ ਕੇ ਖੜ ਗਏ ਉਹ ਕਹਿੰਦੇ ਵਾਰੰਟ ਹੈਗਾ ਸਾਡੇ ਘਰੇ ਵੜਨ ਦਾ ਉਹ ਸਿਰ੍ਹਾ ਮੂਮੈਂਟ ਸੀ ਬਾਈ ਯਾਰ ਹਾਂ ਸਿਰ੍ਹਾ ਮੂਮੈਂਟ ਹੋਇਆ ਨਾ ਐ ਬਠੰਡੇ ਬਠੰਡੇ ਛਾਪਾ ਪਿਆ ਸੀ ਕੋਠੀ 'ਚ ਚੰਡੀਗੜ੍ਹ ਸੀ ਜੋ ਜੋ ਦੇ ਬਠੰਡੇ ਚੰਡੀਗੜ੍ਹ ਘਰ ਸੀ ਨਹੀਂ ਇੱਕ ਬਠੰਡੇ ਵੀ ਹੋਇਆ ਬਠੰਡੇ ਹੋਇਆ ਸੀ ਯਾਰ ਚੰਡੀਗੜ੍ਹ ਘਰ ਸੀ ਜੋ ਜੋ ਦੇ ਘਰੇ ਗਏ ਸੀ ਇਹ ਹੂੰ ਤੇ ਕਿੰਦਾਸਤਾ ਪਹਿਲਾਂ ਹੀ ਵਕੀਲ ਜੈ ਜੀ ਤੇ ਜੋਹਲ ਦੇ ਘਰੇ ਹਾਂਜੀ ਹਾਂਜੀ ਤੇ ਉਹ ਵਕੀਲਾਂ ਦੀ ਟੀਮ ਠਲਤੀ ਬਾਹਰ ਚ ਹਾਂ ਪਾਉਂਦੀਆਂ ਕੁਰਸੀਆਂ ਚੰਡੀਗੜ੍ਹ ਸੀ ਉਹ ਹਾਂਜੀ ਫਿਰ ਚੰਡੀਗੜ੍ਹ ਮੈਨੂੰ ਸ਼ਾਇਦ ਬਟਿੰਡੇ ਦਾ ਸ਼ੱਕ ਪਿਆ ਹੁਣ ਜਿਵੇਂ ਪਹਿਲਾਂ ਪੁਰਾਣੇ ਜ਼ਮਾਨੇ ਜਾਂ ਬਰਾਸ ਦਾਉਣ ਤੋਂ ਪਹਿਲਾਂ ਕੁਛ ਡੰਗਾਂ ਦੇ ਬੰਦੇ ਬਾਹਰ ਦਰਵਾਜ਼ੇ 'ਚ ਹਾਂ ਰਸਤੇ 'ਤੇ ਬੈਠਾ ਨੂੰ ਹਾਂ ਢਾਦਦੇ ਆ ਕੁਰਸੀਆਂ ਵਕੀਲਾਂ ਨੂੰ ਵਕੀਲ ਬੈਠੇ ਬਾਹਰ ਚ ਹੂੰ ਹੂੰ ਪੀਲੀਅੰਸ ਦੀ ਟੀਮ ਆਈ ਹੂੰ ਗੱਡੀ ਠੱਲੀ ਉਹ ਕੁਰਸੀਆਂ ਪਾਸੇ ਕਰੋ ਹੂੰ ਉਹਦੇ ਇੱਕ ਕੁਰਸੀਆਂ ਸਜਣਾ ਕਾਗਜ਼ ਦੇਖ ਕੇ ਪਾਸੇ ਹੋਣਗੀਆਂ ਹੂੰ ਕਾਗਜ਼ ਦਿਖਾ ਤੇ ਕਾਇਦਖਾਈਂ ਗਏ ਗੱਡੀਆਂ ਹੌ ਗੰਗੀਆਂ ਹੌ ਗੰਗੀਆਂ ਹੌ ਗੰਗੀਆਂ ਹੂੰ ਇੱਕ ਆਚਾਰ ਆ ਪਾਣ ਇੱਕਦਾਂ ਜੈਪਸੀ ਗਾਣੇ ਦਾ ਜ਼ਿਕਰ ਕਰਿਆ ਸੀ ਹੂੰ ਚੰਨ ਤੇ ਲਿਖਾਂ ਭਾਵੇਂ ਤਾਰਿਆਂ ਤੇ ਪਤਾ ਨਹੀਂ ਆਏ ਜੇ ਕੋਈ ਜੈਪਸੀ ਉਹ ਮੈਂ ਗਾਣਾ ਫੇਰ ਪਾ ਲਗਾ ਮਨਿੰਦਰ ਮੰਗੇ ਦਾ ਯਾਰ ਉਦੋਂ ਮੈਂ ਲਵਲੀ ਨਰਮਨ ਦਾ ਕਹਤਾ ਲੋਕਾਂ ਦੇ ਬਾਰੇ ਕਮੈਂਟ ਆਏ ਆ ਪਾ ਲਗਾਈ ਦਸਣਾ ਮਨਿੰਦਰ ਮੰਗੇ ਆ ਠੀਕ ਆ ਭਾਈ ਉਹ ਦੂਜਾ ਉਹ ਉਹ ਜਿਹੜਾ ਸਾਡੇ ਕਾਲਜ ਦੀ ਕੰਧ ਉੱਤੇ ਹਾਨੀਆਂ ਉਹ ਲਵਲੀ ਨਰਮਨ ਦਾ ਗਾਣਾ ਹਾਂ ਹਨ ਆਈਆਂ ਨਾ ਹਾਂ ਸੌਰੀ ਸ਼ਕਤੀਮਾਨ ਹਾਂ ਕਰੈਕਸ਼ਨ ਕਰ ਦਈਏ ਉਹ ਮੈਂ ਦੋ ਤਿੰਨ ਅਰੀ ਮੈਂ ਸੋਚਿਆ ਮੈਂ ਪੋਡਕਾਸਟ 'ਚ ਬੋ ਹੂੰ ਇੱਕ ਨਾ ਹੋਰ ਹੁਣ ਚੀਜ਼ ਸੁਣਾਉਣੀ ਆ ਮੈਂ ਇੱਕ ਬਾਲੀ ਵਧੀਆ ਚੀਜ਼ ਲੱਗ ਗਈ ਸਵੇਰ ਸਵੇਰ ਹੀ ਕੀ ਗਾਣਾ ਸਰਾਉਣਾ ਨਹੀਂ ਗਾਣਾ ਗਾਉਣ ਤਾਂ ਨਹੀਂ ਲੱਗਿਆ ਮੈਂ ਟਪਾਦਾ ਨਾ ਹੂੰ ਕੀ ਗਾਣਾ ਸੋਣਿਆ ਇੱਕ ਚੀਜ਼ ਬਾਲੀ ਵਧੀਆ ਮੰਤਰੀ ਸਾਹਿਬ ਦਾ ਬਿਆਨ ਇੱਕ ਕਿਹੜਿਆਂ ਦਾ ਹੈਗੇ ਆਪਣੇ ਚੇਤਨ ਸਿੰਘ ਜੋੜੇ ਮਾਜਰਾ ਜੀ ਕੀ ਕਹਿੰਦੇ ਆ ਵੇਖੋ ਦੁਨੀਆ ਤਾਂ ਤੁਰੀਏ ਰਹਿੰਦੀ ਆ ਦੁਨੀਆ ਤਾਂ ਪੁੱਠੇ ਉਹਦੇ ਕੰਮ ਕਰਾਉਣ ਵਾਸਤੇ ਹਮੇਸ਼ਾ ਤੁਰੀਏ ਰਹਿੰਦੀ ਆ ਵੀ ਆ ਇਦਾਂ ਹੋ ਗਿਆ ਇਦਾਂ ਹੋਗਾ ਫਰਾਨਾ ਹੋ ਗਿਆ ਤੁੰਗਣਾ ਹੋ ਗਿਆ ਪਰ ਮੈਂ ਕਦੇ ਕਦੇ ਵੀ ਚੋਕੋ ਦੇਖੋ ਫੰਡ ਲੈਂਡ ਦਾ ਇੱਕੋ ਹੀ ਹੁੰਦਾ ਹੈ ਕਿ ਜਦੋਂ ਇਲੈਕਸ਼ਨ ਆ ਕੇ ਦੇ ਦਿਓ ਭਾਈ ਕੋਈ ਚੱਕਾ ਵਾਲੇ ਨਾਲ ਹਾਂ ਦੁਬਾਰਾ ਸੁਭਾਅ ਸੁਣ ਲਓ ਹਾਂ ਇਹ ਕਿੱਥੇ ਆ ਗਿਆ ਇੰਟਰਵਿਊ ਇਹਦਾ ਇੰਟਰਵਿਊ ਬਹੁਤ ਪਹਿਲਾਂ ਦਾ ਆਇਆ ਹਾਂ ਬਸ ਇੱਕ ਕਲੇਪੀ ਵਿੱਚੋਂ ਹੋਣ ਨਿਕਲੀ ਆ ਅੱਛਾ ਛੋਟੇ ਟੱਕ ਲੋਕ ਆਉਂਦੇ ਆ ਮੈਂ ਸੇਚੀ ਵਾਲੇ ਅਪਰੋਚ ਕਰਦੇ ਤੁਹਾਨੂੰ ਦੇਖੋ ਦੁਨੀਆ ਤਾਂ ਤੁਰੀਏ ਰਹਿੰਦੀ ਹੈ ਦੁਨੀਆ ਤਾਂ ਭੁਖੇ ਦੇ ਕੰਮ ਕਰਾਉਣ ਵਾਸਤੇ ਹਮੇਸ਼ਾ ਤੁਰੀਏ ਰਹਿੰਦੀ ਹੈ ਵੀ ਆ ਇਦਾਂ ਹੋ ਗਿਆ ਇਦਾਂ ਹੋ ਗਿਆ ਹਾਂ ਪੁਰਾਣਾ ਹੋ ਗਿਆ ਤੁਮਗਾ ਕਦੇ ਵੀ ਚੋਕੋ ਦੇਖੋ ਫੰਡ ਲੈਂਡ ਦਾ ਇੱਕੋ ਹੀ ਹੁੰਦਾ ਤੇ ਜਦੋਂ ਇਲੈਕਸ਼ਨ ਆ ਕੇ ਦੇ ਦਿਓ ਭਾਈ ਕੁਝ ਕਰਨੀ ਹਾਂ ਸਿਆਣਪਾ 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 ਗੱਲ ਕਰਾਗੇ ਨਾ ਨਹੀਂ ਇੱਕ ਹੋਰ ਵੀ ਗੱਲ ਆ ਮੈਨੂੰ ਹੱਕ ਹੋਰ ਤੇ ਉਹ ਲੋ ਕਹਿੰਦੇ ਉਹ ਪੱਤਰਕਾਰ ਪੁੱਛਦਾਗਾ ਹੂੰ ਇਹਨਾਂ ਦਾ ਹੋ ਹੋਇਆ ਹੈ ਵੱਡਾ ਇੰਟਰਵਿਊ ਐਕਸਕਲੂਸਿਵ ਟਾਈਮ ਜੋ ਪੱਤਰਕਾਰ ਪੁੱਛ ਰਿਹਾ ਵੀ ਟੈਂਚੀਆਂ ਵਾਲੇ ਤੁਹਾਡੇ ਕੋਲੇ ਆਉਂਦੇ ਇਹ ਆਪਾਂ ਸਵਾਲ ਪੁੱਛਿਆ ਸੀ ਨਾ ਸੁਖਵੀਰ ਬਾਦਲ ਨੂੰ ਆਪਾਂ ਤਾਂ ਕਹੀ ਦਿੱਤਾ ਸੀ ਵੀ ਆਉਂਦੇ ਆ ਹਾਂ ਚੱਕੀ ਦਿੱਤੇ ਆ ਆਪਣਾ ਕੰਮ ਕਰਦੇ ਹੀ ਚੱਕਦਾ ਹੀ ਹਾਂ ਇਹ ਕਹਿੰਦੇ ਵੀ ਆਉਂਦੇ ਆ ਹਾਂ ਆਪਾਂ ਤਾਂ ਕਹੀ ਦਿੱਤਾ ਸੀ ਵੀ ਆਉਂਦੇ ਆ ਤੁਹਾਡੇ ਕੋਲੇ ਹਾਂ ਇਹ ਕਹਿੰਦੇ ਵੀ ਆਉਂਦੇ ਆ ਇਹਨਾਂ ਨੇ ਕੁਐਸਚਨ ਮਾਰਕ ਵਾਲਾ ਪੁੱਛਿਆ ਹੈਗਾ ਤਾਂ ਉਹ ਮੰਤਰੀ ਕੀ ਕਹ ਰਿਹਾ ਹੈਗਾ ਵੀ ਇਹ ਦੁਨੀਆ ਤਾਂ ਤੁਰੀ ਰਹਿੰਦੀ ਆ ਉਹ ਤਾਂ ਤੁਰੇ ਰਹਿੰਦੇ ਦੁਨੀਆ ਤਾਂ ਹਾਂ ਪੇਚ ਟੁਚੀ ਲੈ ਕੇ ਆਉਂਦੇ ਰਹਿੰਦੇ ਆ ਪਰ ਆਪਾਂ ਪਾਣਾ ਨਹੀਂ ਖੜਾ ਜਾ ਤੂੰ ਇੱਥੇ ਉਹ ਕਹਿੰਦਾ ਦੁਨੀਆ ਤਾਂ ਆਉਂਦੀ ਐ ਲੋਕੀ ਤਾਂ ਤੁਰੇ ਰਹਿੰਦੇ ਦੁਰੀਆਂ ਤੁਰ ਹੀ ਰਹਿੰਦੀਆਂ ਐਂ ਕਹਿੰਦੇ ਹਾਂ ਤੁਸੀਂ ਕਿੰਨੇ ਕਣੂ ਫੜਾਉਣੇ ਆ ਜਿਹੜਾ ੁੱਡੇ ਕੋਲੇ ਰਿਸ਼ਵਤ ਲੈ ਕੇ ਆਉਂਦਾ ਪਹਿਲੇ ਪਹਿਲਾਂ ਤਾਂ ਇੱਥੇ ਆ ਹਾਂ ਹੁਣ ਗਾਂ ਗਾਂ ਕਹਿੰਦੇ ਜੀ ਆਪਾਂ ਲੈਂਦੇ ਨਹੀਂ ਤੂੰ ਵੋਟਾਂ ਵਾਟਾਂ ਹੁੰਦੀਆਂ ਉਦੋਂ ਲੈ ਲਈ ਤਾ ਉਦੋਂ ਫੰਡ ਫੁੰਡ ਦੇ ਉਦੋਂ ਫੱਟ ਫੋਟ ਲੈ ਮੰਤਰੀ ਸਾਹਿਬ ਦੱਸ ਗਏ ਹਾਂ ਕਿ ਕੰਮ ਚੱਲਦਾ ਬਈ ਹਾਂ ਇਸ਼ਾਰਾ ਤਾਂ ਉਧਰ ਹੀ ਆਣਾ ਹਾਂ ਇਹ ਇੰਟਰਵਿਊ ਹੋਇਆ ਨਾ 20-25 ਦਿਨ ਹੋ ਗਏ ਪਰ ਇੱਕ ਕਲਿੱਪ ਵਿੱਚ ਹੁਣ ਵਾਇਰਲ ਹੋਈ ਆ ਇਹ ਹਾਂ ਤੁਸੀਂ ਕਹਦੇ ਹੋ ਵੀ ਆਪਾਂ ਤਾਂ ਲੈnde ਨਹੀਂ ਜੀ ਹੂੰ ਹੁਣ ਕਹਿ ਨਾ ਜੀ ਵੋਟਾਂ ਵੇਲੇ ਫੰਡ ਫੰਡ ਮੈਂ ਤੁਸੀਂ ਤਰੀਕਾ ਬਦਲ ਲਿਆ ਨਾ ਹੂੰ ਜਿਹੜੇ ਇਲਜ਼ਾਮ ਤੁਹਾਡੀ ਪਾਰਟੀ ਲੱਗ ਰਹੇ ਆ ਸ਼ਰਾਬ ਪੌਸਿੰਗ ਨੂੰ ਲੈ ਕੇ ਹੂੰ ਕੀ ਹੂੰ ਦੇਖੀ ਬੈਲ ਨਹੀਂ ਬੰਦ ਕਰੀ ਕੀ ਦਾ ਆ ਗਿਆ ਕੀ ਕੀਤਾ ਸੀ ਹੁਣ ਚੱਲ ਪਿਆ ਇਹ ਤਾਂ ਕੁਛ ਮੰਗਾਇਆ ਸੀ ਉਹਦਾ ਯਾਰ ਡਿਲੀਵਰੀ ਆ ਲਾ ਇੱਥੇ ਕੀ ਮੰਗਾਇਆ ਓਏ ਸਾਡੇ ਸਟਾਫ ਮੈਂਬਰ ਨੇ ਮੰਗਾਇਆ ਸੀ ਯਾਰ ਹੈੱਡਫੋਨ ਜੇ ਅੱਛਾ ਤੇ ਸ਼ਹਿਰਾ ਮੈਂ ਕਿਤੇ ਉਹ ਸਕੀਮਾਂ ਹੀ ਚੱਲਦੀਆਂ ਮੇਰਾ ਯਾਰ ਫੋਨ ਖਰਾਬ ਹੋ ਮਦਾ ਮਗਾਉਣਾ ਹੈ ਹੈ ਆ ਇਥੇ ਨਹੀਂ 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 ਯਾਰ ਐਨੀ ਮੈਨ ਪਤਾ ਹੁਣੇ ਮਗਾਏ ਸੀ ਕਿਹੜੇ ਆ ਮਜਾਉਣ ਵਾਲੇ ਤਾਂ ਅੱਛਾ ਅੱਛਾ ਇਹ ਵੀ ਹੁੰਦਾ ਨਾ ਟੱਲੀ ਵਾਈਦੀ ਤੇਰੇ ਫੋਨ ਤੇ ਟੱਲੀ ਵਾਈਦੀ ਨੋਟੀਫਿਕੇਸ਼ਨ ਨਹੀਂ ਨਹੀਂ ਉਹਨਾਂ ਚ ਲਈ ਸੀ ਵੀਡੀਓ ਹਣਾ ਉਹ ਘੰਟੀ ਆਨ ਕਰ ਲਈ ਨਾ ਤਾਂ ਕਰਕੇ ਉਹਦਾ ਫੋਨ ਆਈ ਚਾਹੀਦਾ ਮਿਸ ਕਰ ਲੈਂਦੇ ਮੈਂ ਮੈਸੇਜ ਕਰ ਦਈ ਬਈ ਅਸੀਂ ਪੌਡਕਾਸਟ ਹਮਨੇ ਤੇਰੇ ਤੇਰੇ ਉਹਦੇ ਤੇ ਐਡਰੈਸ ਤੇ ਹਾਂ ਆਪਣਾ ਅਕਾਊਂਟ ਬਣਾ ਲੈ ਅਮਜੋਨ ਤੇ ਬਈ ਕਰ ਦੇ ਅੱਛਾ ਤੇਰੀ ਆਈਡੀ ਦਵਾਇਆ ਹੂੰ ਹੂੰ ਨਾ ਤੂੰ ਹੁਣ ਉਧਰ ਹੀ ਵੀ ਜੀ ਹੋ ਗਿਆ ਹੁਣ ਇਧਰ ਕੋਈ ਖਬਰ ਵੀ ਦੇਖ ਲੈ ਮੈਂ ਖਬਰ ਦਿੰਨਾ ਤੁਸੀਂ ਉਹਨੇ ਚਰਚਾ ਕਰਿਓ ਮਾੜੇ ਜੀ ਆਪਾਂ ਖਬਰਾਂ ਵਾਧੂ ਆਪਣੇ ਕੋਲੇ ਕੀ ਚਰਚਾ ਕਰਾਂ ਕਰਦੇ ਤੇ ਕਰਾ ਯਾਰ ਇੱਕ ਮਿੰਟ ਮੈਂ ਕਹਿ ਦੇਣਾ ਖੜ ਜਾ ਨੀ ਯਾਰ ਬਾਹਲੇ ਫੋਟੋ ਇੱਕ ਮਿੱਤਰੋ ਜਿਹੜਾ ਨੇ ਜੁਆਇਨ ਨਹੀਂ ਕਰਿਆ ਜੁਆਇਨ ਕਰ ਲੋ ਲੈ ਉਹਨਾਂ ਦਾ ਫੋਨ ਲਾ ਲਿਆ ਜੁਆਇਨ ਕਰ ਲੋ ਤੁਸੀਂ ਜਿਹੜਾ ਨੇ ਜੁਆਇਨ ਨਹੀਂ ਕਰਿਆ ਆਪਾਂ ਜਲਦੀ ਤੁਹਾਨੂੰ ਸਰਪ੍ਰਾਈਜ਼ ਦਵਾਂਗੇ ਉਹ ਫੜ ਲੂ ਕੋਈ ਗੱਲ ਨਹੀਂ ਜਿਹੜਾ ਹੈਗਾਗਾ ਟੈਲੀਫੋਨ ਵਾਲਾ ਹਾਂ ਦੋਈ ਫੜ ਲੂ ਉਹ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਸਮਾਂ ਦੱਸ ਦਾਂਗੇ ਸਾਰਾ ਕੁਝ ਦੱਸ ਦਾਂਗੇ ਦੇਖੋ ਵਿੱਚ ਹੀ ਹੋਇਆ ਕ ओके चलो जी हां जी भाई ਦੱਸੋ ਤੁਸੀਂ ਕੀ ਕਹਿ ਰਹੇ ਸੀ ਹਣਾ ਮੈਂ ਤਾਂ ਕੀ ਕਹਿੰਦਾ ਸੀ ਕੁਝ ਨਹੀਂ ਕਹਿੰਦਾ ਮੈਂ ਤਾਂ ਤੂੰ ਦੱਸ ਤੂੰ ਦੱਸ ਕੀ ਕਹਿਣਾਗਾ ਆਪਾਂ ਗੱਲ ਕਰਨੀ ਸੀ ਉਹੜਾ ਦਰਸ਼ਨ ਸਿੰਘ ਸੀ ਬਰਨਾਲੇ ਵਾਲਾ ਪੁਲਿਸ ਮੁਲਾਜ਼ਮ ਹਵਲਦਾਰ ਹਾਂਜੀ ਮੈਂ ਨਾਂ ਨਹੀਂ ਪਤਾ ਮੈਂ ਤਾਂ ਸਾਰੀ ਖਬਰ ਪੜ੍ਹ ਲਈ ਨਾਂ ਮੈਨੂੰ ਪਤਾ ਨਹੀਂ ਕਮਾਲ ਹੋ ਗਿਆ ਕਿਉਂ ਪਟਿਆਲਾ ਉਹ ਨਾਂ ਨੂੰ ਰੈਸਟੋਰੈਂਟ ਜਿੱਥੇ ਉਹ ਖਾ ਰਹੇ ਸੀ ਮੀਟ ਬੈਠ ਕੇ ਹੋਟਲ ਨੇ ਫੋਨ ਕਰ ਤੋ ਗਰੋਲਾ ਪੈ ਗਿਆ ਪੈਸਿਆਂ ਨੂੰ ਲੈ ਕੇ ਦਰਸ਼ਨ ਸਿੰਘ ਉੱਥੇ ਜਾਂਦੇ ਨੇ ਰੋੜਾ ਪੈ ਜਾਂਦਾ ਕੁੱਟਮਾਰ ਹੁੰਦੀ ਆ ਹੂੰ ਤੂੰ ਫਿਰ ਪੁਲਿਸ ਮੁਲਾਇਆ ਬਾਕੀ ਚਾਰੇ ਆਉਂਦੇ ਆ ਹੂੰ ਸਰੀਰ ਨੂੰ ਲੈ ਕੇ ਆਂਦੇ ਆ ਹਸਪਤਾਲ ਤੱਕ ਲੋਕ ਨਹੀਂ ਤਾਂ ਪੂਰਾ ਹੋ ਚੁੱਕਿਆ ਹੂੰ ਤਣ ਕਬੱਡੀ ਪਲੇਅਰਾਂ ਦਾ ਹੂੰ ਇਹ ਰੂਲ ਨੂੰ ਲੈ ਕੇ ਸੁਭਾ ਖੜੇ ਹੋ ਰਿਹਾ ਕਿ ਐਜੇ ਕੀ ਹਾਲਾਤ ਬਣ ਗਏ ਸੀ ਮੌਕੇ ਤੇ ਜਦੋਂ ਦਰਸ਼ਨ ਸਿੰਘ ਉਹਨੂੰ ਕਿਹਾ ਕਿ ਤੁਸੀਂ ਲੜੋ ਨਾ ਤੁਸੀਂ ਗੱਡੀ 'ਚ ਬੈਜੋ ਪਹਿਲਾਂ ਹੀ ਲੜਾਈ ਹੋ ਰਹੀ ਸੀ ਫਿਰ ਉਹ ਆ ਜਾਏਗਾ ਇਹ ਲੜਾਈ ਹੋ ਰਹੀ ਸੀ ਇਹਨਾਂ ਦੀ ਢਾਬੇ ਤੇ ਪੈਸੇ ਪੂਸੇ ਨੂੰ ਲੈ ਕੇ ਹੂੰ ਉਹ ਉਹਨੇ ਟਾਬ ਬੈਨ ਲਈ ਫੋਨ ਕਰਤਾ ਪੁਲਿਸ ਵਾਲਿਆਂ ਨੂੰ ਠੀਕ ਹੈ ਜੀ ਕੀ ਰੌਲਾ ਪੈ ਰਿਆ ਤੁਸੀਂ ਇੱਥੇ ਆ ਜਾਓ ਹੂੰ ਦਰਸ਼ਨ ਸਿੰਘ ਵਿਚਾਰਾ ਕੱਲਾ ਜਾੜਦਾ ਕਿੰਨਾ ਕੁ ਹੁਣ ਤੱਕ ਜਾਣਕਾਰੀ ਸੀ ਹੂੰ ਤਾਂ ਇਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਚੁੱਪ ਨਹੀਂ ਕਰਦੇ ਹੂੰ 达ਸ਼ਨ ਸਿੰਘ ਕੋ ਕਹਿੰਦਾ ਤੁਸੀਂ ਨਾ ਜੇ ਗੱਡੀ 'ਚ ਬੈਜੋ ਆਪਾਂ ਜਾ ਕੇ ਥਾਣੇ ਗੱਲ ਕਰ ਲੈਨੇ ਆ ਠੀਕ ਹੈ ਜੀ ਉਸ ਤੋਂ ਬਾਅਦ ਕੁੱਟਮਾਰ ਸ਼ੁਰੂ ਹੋ ਜਾਂਦੀ ਆ ਹੂੰ گاਉਂ ਵੀ ਕਬੱਡੀ ਖੇਡਦੇ ਸੋਣੇ ਜ਼ਿਆਦਾ ਕੁੱਟਮਾਰ ਕਰਤੀ ਹੂੰ ਤੇ ਇਹਨੇ ਮੌਤ ਹੋ ਜਾਂਦੀ ਆ ਉਹ ਮੈਂ ਕਿਸੇ ਨੂੰ ਨਾ ਫੋਨ ਲਾਇਆ ਸੀ ਉਸ ਦਿਨ ਉਹ ਬੰਦੇ ਨਾਲ ਗੱਲ ਨਹੀਂ ਹੋਈ ਜਰਾ ਫੋਨ ਇੱਕ ਤਾਂ ਖਰਾਬ ਕਰਕੇ ਨਾ ਸਿਆਪਾ ਖੜਾ ਹੋਇਆ ਪਿਆ ਉਹ ਮੈਂ ਪੁੱਛਿਆ ਸੀ ਵੀ ਕੀ ਉਹਨੂੰ ਥਾਣੇ 'ਚ ਭੇਜ ਦੇਨੇ ਉਹ ਦੇਖ ਮੋਬਾਈਲ 'ਤੇ ਲਈ ਜਾਂਦਾ ਮੈਂ ਕਹਾਂ ਜੀ ਪੌੜ ਕੱਟ 'ਚ ਮੋਬਾਈਲ ਨਹੀਂ ਚਲਾਉਣਾ ਉਹ ਗੇਮ ਖੇਡੀ ਜਾਂਦਾ ਤਾਂ ਛੇੜੀ ਹੈ ਨਾ ਉਹ ਰੱਖਦਾ ਪਾਸੇ ਕਿਵੇਂ ਸੀ ਗੱਲ ਕਿੱਥੇ ਫਿਰਦੇ ਸੀ ਆਪਾਂ ਐਂ ਗੱਲ ਪਹੁੰਚ ਗਈ ਸੀ ਕਿ ਨੂੰ ਫੋਨ ਕੀਤਾ ਸੀ ਮੈਂ ਫੋਨ ਕਰਾਇਆ ਸੀ ਕਿਸੇ ਆਪਣੇ ਪੱਤਰਕਾਰ ਭਰਾ ਨੂੰ ਮੈਂ ਉਹਨੂੰ ਪੁੱਛਿਆ ਸੀ ਵੀ ਜਦੋਂ ਉੱਥੇ ਲੜਾਈ ਹੋ ਰਹੀ ਸੀ ਢਾਬੇ ਦੇ ਉੱਤੇ ਵੀ ਜਦੋਂ ਪੁਲਿਸ ਮਲਾਜ਼ਮ ਪਹੁੰਚਦਾ ਕਿ ਉਹ ਥਾਣੇ ਵੀ ਥਾਣੇ 'ਚ ਫੋਨ ਜਾਂਦਾ ਵੀ ਥਾਣੇ ਵੱਲੋਂ ਗਿਆ ਸੀ ਕਿ ਉਹਨੂੰ ਸਿੱਧਾ ਜਿਵੇਂ ਆਪਾਂ ਸਿੱਧੀ ਵੀ ਜਾਣ ਪਛਾਣ ਹੁੰਦੀ ਆ ਪੁਲਿਸ ਵਾਲਿਆਂ ਨਾਲ ਵੀ ਆਜੋ ਤਾਂ ਪੁਲਿਸ ਵਾਲਿਆਂ ਤਾਂ ਚਲੋ ਪੁਲਿਸ ਦੀ ਤਾਂ ਡਿਊਟੀ ਹੁੰਦੀ ਐ ਜਾਣਾ ਵੀ ਉਹ ਕਿਵੇਂ ਗਿਆ ਸੀਗਾ ਵੀ ਇਹ ਵੀ ਇੱਕ ਗੱਲ ਆ ਇਹ ਵੀ ਇੱਕ ਗੱਲ ਆ ਤੇ ਉਹ ਪਤਾ ਨਹੀਂ ਮੈਨੂੰ ਤਾਂ ਪਤਾ ਲੱਗਿਆ ਚਲੋ ਉਹਦਾ ਤਾਂ ਫਰਜ਼ ਸੀ ਯਾਰ ਕਿਉਂਕਿ ਪੁਲਿਸ ਮੁਲਾਜ਼ਮ ਸੀ ਲੜਾਈ ਹੁੰਦੀ ਚਲੋ ਕਿਵੇਂ ਵੀ ਵਗ ਗਿਆ ਪਰ ਉਹ ਮੈਨੂੰ ਐ ਨਹੀਂ ਪਤਾ ਲੱਗਿਆ ਕਿਉਂਕਿ ਉਦੋਂ ਨਾ ਉਹ ਇੱਕ ਮੁੰਡੇ ਨੂੰ ਜਦੋਂ ਮੈਂ ਫੋਨ ਲਾਇਆ ਉਹ ਕਹਿੰਦਾ ਯਾਰ ਵੀ ਮੈਨੂੰ ਨਹੀਂ ਪਤਾ ਉਹ ਕਹਿੰਦਾ ਮੈਨੂੰ ਐ ਪਤਾ ਲੱਗਿਆ ਵੀ ਪੁਲਿਸ ਵਾਲਾ ਉੱਥੇ ਕੋਲੇ ਸੀਗਾ ਲੜਾਈ ਹੁੰਦੀ ਤੋ ਨਹੀਂ ਵੀ ਉਹ ਕੋਲੇ ਸੀ ਕੁਦਰਤੀ ਆ ਗਿਆ ਵੀ ਕੁਦਰਤੀ ਆ ਗਿਆ ਉਹ ਇੱਕ ਕਹਿੰਦਾ ਉਹਦੇ ਕੋਲੇ ਖੜਾ ਸੀ ਮਤਲਬ ਉਹ ਜਿਹੜੂ ਮੈਂ ਫੋਨ ਲਾਇਆ ਉਹ ਬੰਦਾ ਕਹਿੰਦਾ ਉਹ ਕਹਿੰਦਾ ਨਹੀਂ ਯਾਰ ਉਹਨੂੰ ਸੱਦਿਆ ਸੀ ਉਹ ਮੈਂ ਤਾਂ ਐ ਪਤਾ ਕਰ ਰਿਆ ਸੀ ਵੀ ਕਿਵੇਂ ਸੀ ਕੀ ਵਿਆਹਤ ਬੰਦੀ ਬਣੀ ਵੀ ਕਿਹੜੇ ਥਾਣੇ ਦਾ ਸੀ ਕਿਉਂਕਿ ਥਾਣੇ ਬਰਨਾਲਾ ਸ਼ਹਿਰ ਵੱਡਾ ਹੈਗਾ ਜ਼ਿਲ੍ਹਾ ਹੈਗਾ ਬਰਨਾਲਾ ਦਾ ਵੀ ਕਿਹੜੇ ਥਾਣੇ ਦਾ ਸੀ ਉਹ ਮੈਨੂੰ ਐ ਵੀ ਨਹੀਂ ਕਿਉਂਕਿ ਇਹ ਤਾਂ ਇਹ ਗੱਲ ਹੈਗੀ ਆ ਜ਼ਰੂਰ ਕਿ ਨਹੀਂ ਪਰਮੀਤ ਵੀ ਕਿਹੜੇ ਥਾਣੇ ਦਾ ਸੀ ਉਹ ਏਰੀਆ ਕਿ ਕਿਹੜੇ ਖਾਣੇ ਦੇ ਅੰਦਰ ਆਉਂਦਾ ਹੈ। ਹਾਂ ਜੀ ਬੱਸ ਇੱਕ ਨਾਟਕ ਜਿਹਾ ਪੁਲਿਸ ਆ ਗਿਆ ਸੀ ਕੀ ਕੋਈ ਹੋ ਹੋ ਆਈ ਆਈਓ ਕਨਫਿਊਜ਼ਨ ਹੋ ਗਈ ਉਹ ਫਿਰ ਇੱਕ ਨੂੰ ਹੋਰ ਪਿੱਛੇ ਪੱਤਰਕਾਰ ਨੂੰ ਮੁੜ ਕੇ ਉਹਨੇ ਪਤਾ ਨਹੀਂ ਵਿਚਾਰੇ ਨੇ ਕਰਿਆ ਹੋਊਗਾ ਫੋਨ ਉਹ ਮੇਰਾ ਫੋਨ ਚਲੋ ਜੀ ਮੁੱਖ ਮੰਤਰੀ ਸਾਹਿਬ ਦੀ ਤਾਰੀਫ ਕਰਨੇ ਬੰਦ ਜੀ ਨੇ ਪਰਿਵਾਰ ਨੂੰ 1 ਕਰੋੜ ਰੁਪਈਆ ਹਾਂ ਹਾਂ ਤੇ ਇੱਕ ਐਪੀਐਫਸੀ ਬੈਂਕ ਦੇ ਵੱਲੋਂ ਹਾਂ ਪਰਿਵਾਰ ਨੂੰ ਚਲੋ ਵਧੀਆ ਗੱਲ ਹੈ ਪਰ ਇਹ ਕਬੱਡੀ ਵਾਲੇ ਕੀ ਗੁੰਡੇ ਬਣ ਗਏ ਹੁਣ ਹਮ ਸਵਾਲ ਤੇ ਹੈ ਨਾ ਤੁਸੀਂ ਕਬੱਡੀ ਪਲੇਅਰ ਹੋ ਜੋ 1921 ਚਲੋ ਹੁੰਦੀ ਆ ਤੁਸੀਂ ਬੈਕ ਇਨ ਵੇੜ ਲੋ ਹਮ ਤੁਹਾਨੂੰ ਇਹ ਕਿਹਨੇ ਦਿੱਤਾ ਅਧਿਕਾਰ ਕਿ ਤੁਸੀਂ ਕੁੱਟਮਾਰ ਕਰੋ गांवੀ પોલીસ ਮੁਲਾਜ਼ਮਾਂ ਦੇ ਨਾਲ ਜੇ ਵਿਵਹਾਰ ਹੋ ਰਿਹਾ ਤਾਂ ਫਿਰ ਆਮ ਲੋਕ ਕਿੱਥੇ ਸੇਫ ਆ ਹਾਂ ਫਿਰ ਉਹੀ ਗੱਲ ਹੈ ਨਾ ਜਿਵੇਂ ਹੁਣ ਯਾਰ ਕਈ ਗੱਲਾਂ ਆ ਗਈਆਂ ਕਬੱਡੀ ਦਾ ਨਾਮ ਨਾ ਚਲੋ ਮਾਂ ਖੇਡਾ ਕਬੱਡੀ ਪਰ ਕਈ ਥਾਈ ਬਦਨਾਮ ਹੋ ਰਿਹਾ ਹੁਣ ਕੱਲ ਪਰਸੋਂ ਕੱਲ ਦੀ ਗੱਲ ਆ ਸ਼ਾਇਦ ਰਣਸੀਆਂ ਰਣਸੀ ਦਾ ਪਿੰਡ ਮੁੱਗੇ ਜ਼ਿਲ੍ਹੇ ਦਾ ਪਿੰਡ ਆ ਉੱਥੇ ਗੋਲੀ ਚੱਲ ਗਈ ਕਬੱਡੀ ਪਲੇਅਰ ਦੇ ਉੱਤੇ ਉਹ ਜ਼ਖਮੀ ਆ ਮੁੰਡਾ ਉਹ ਤਾਂ ਠੀਕ ਆ ਕਹਿੰਦੇ ਹੁਣ ਠੀਕ ਆ ਹੁਣ ਉਧੇ ਕਰੇ ਉਹ ਉਹ ਤਾਂ ਸੀਸੀਟੀਵੀ ਵੀ ਆ ਗਿਆ ਸੀਸੀਟੀਵੀ ਵਾਇਰਲ ਹੋ ਗਿਆ ਉਹ ਤਾਂ ਉਹ ਵੀ ਉਹ ਵੀ ਗਲਤ ਕੰਮ ਬਹੁਤ ਮਾੜਾ ਹੋਇਆ ਉਹ ਵੀ ਉਹ ਵੀ ਗਲਤ ਕੰਮ ਹੋਇਆ ਹਾਂ ਪਰ ਮਾਨਸੂਰ ਸਾਹਿਬ ਕਹਿ ਰਹੇ ਨਾ ਜੀ ਕਾਨੂੰਨ ਵਾਸਤੇ ਬਿਲਕੁਲ ਠੀਕ ਆ ਪੰਜਾਬ ਚ ਕੁਝ ਵੀ ਗਲਤ ਨਹੀਂ ਹੋ ਰਿਹਾ ਤੇ ਇੱਕ ਰਾਤ ਕੁਲਵਿੰਦਰ ਸਿੰਘ ਜੀ ਰਵਿ ਰਿਹਾ ਹੋਗੇ ਹਾਂ ਉਹ ਵੀ ਹਾਈ ਕੋਰਟ ਅਪਰੋਚ ਕੀਤੀ ਤਾਂ ਹਾਈ ਕੋਰਟ ਨੇ ਝਾੜ ਲਾਈ ਪੰਜਾਬ ਸਰਕਾਰ ਨੂੰ ਹੂੰ ਕਿ ਜਮਾਨਤ ਤੋਂ ਬਾਅਦ ਸੀ ਬੰਦੇ ਰੱਖੀ ਬੈਠੇ ਹੋ ਹੂੰ ਕੀ ਚੱਕਰ ਆ ਜੀ ਪਤਾ ਨਹੀਂ ਹੁਣ ਮਾਨ ਸਰਕਾਰ ਸਾਹਿਬ ਕੀ ਸਾਬਤ ਕਰਨਾ ਚਾਹੁੰਦੀ ਆ ਪਤਾ ਨਹੀਂ ਕੀ ਗੱਲਬਾਤ ਆ ਇਹਨਾਂ ਦੀ ਹੀ ਜਾਣਨ ਹਾਂ ਫਿਰ ਫਿਰ ਇਹ ਕਮੈਂਟ ਕਰ ਦਿੰਦੇ ਕਹਿੰਦੇ ਵੀ ਕੱਲਾ ਸਾਨੂੰ ਵੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਨਿੰਦੇ ਪੌਡਕਾਸਟ ਵਾਲੇ ਹੋਰ ਕਹਿੰਦੇ ਨੂੰ ਨਿੰਦੇ ਅੱਛਾ ਉਹ ਪੌਡਕਾਸਟ ਆਪਣਾ ਪੂਰਾ ਸੁਣਦੇ ਆ ਕਿ ਕੋਈ ਰੀਲ ਵੇਖ ਦੇ ਗੱਲੀ ਪਤਾ ਨਹੀਂ ਕੀ ਕਰਦੇ ਆ ਹੁਣ ਇਹ ਸਵਾਲ ਸੀ ਜਦੋਂ ਨਾ ਰਾਹੁਲ ਗਾਂਧੀ ਕਿਤੇ ਗਏ ਹੋਏ ਸੀ ਹੂੰ ਤਾਂ ਚਰਚ ਚੱਲ ਪਈਗੀ ਰਾਹੁਲ ਗਾਂਧੀ ਜੀ ਤੁਹਾਡੇ ਤੇ ਇਲਜ਼ਾਮ ਲੱਗਦੇ ਆ ਤੁਸੀਂ ਐ ਨਹੀਂ ਕੀਤਾ ਹੂੰ ਉਹਦੇ ਦੇਖੋ ਜੀ 10 ਸਾਲਾਂ ਤੋਂ ਹੂੰ ਭਾਰਤੀ ਜਨਤਾ ਪਾਰਟੀ ਸਰਕਾਰ ਹੂੰ ਸਵਾਲ ਸੱਤਾ ਨੂੰ ਹੁੰਦਾ ਹੁੰਦਾ ਤੁਹਾਡਾ ਪਤਾ ਨਹੀਂ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਜਾਂ ਤੁਹਾਨੂੰ ਪਿੱਛੋਂ ਕਿਹਾ ਜਾ ਰਿਹਾ ਹੂੰ ਤੁਸੀਂ ਸਵਾਲ ਸਿਰ ਵਿਰੋਧੀ ਧਿਰ ਨੂੰ ਕਰ ਰਹੇ ਹੋ ਹੂੰ ਜਦੋਂ ਕਿ ਸਵਾਲ ਕਰਨੇ ਤਾਂ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਜਿਹਨਾਂ ਕੋ ਸੱਤਾ ਹੈਗੀ ਆ ਸਹੀ ਗੱਲ ਆ ਜਿਹਨਾਂ ਅੱਛ ਪਾਵਰ ਆ ਜਿਹੜੇ ਹੁਣ ਪਾਵਰਲੈਸਨ ਨੂੰ ਕਾਹਦਾ ਸਵਾਲ ਕਰਨਾ ਹੂੰ ਉਹਨਾਂ ਗਲਤੀਆਂ ਕਰਤੀਆਂ ਲੰਬੇ ਹੋ ਗਏ ਉਹ ਤਾਂ ਉਹ ਉਹ ਤਾਂ ਪਾਵਰ ਤੋਂ ਲਹੀ ਤਾਂਗੇ ਹਾਂ ਉਹ ਤਾਂ ਲਹੀ ਤਾਂਗੇ ਹੁਣ ਮਾਨ ਸਾਹਿਬ ਪਾਵਰ ਚਾਹੀ ਤਾਂ ਹੂੰ ਇਹ ਕਹਿੰਦੇ ਫੱਟੇ ਚੱਕਾਂਗੇ ਬਹੁਤਾ ਕੀ ਜਾਂਦਾ ਫੱਟੇ ਫੱਟੇ ਜਾਂ ਸੁਗੜ ਚ ਲੋ ਯਾਰ ਇੱਕ ਗੱਲ ਹੋਰ ਨਹੀਂ ਪਤਾ ਲੱਗੀ ਉਹ ਦਿਨ ਅਸੀਂ ਜਾ ਕੇ ਆਏ ਆ ਤੇਰੇ ਨਾਲ ਗੱਲ ਕਰਤੀ ਸੀ ਮੈਂ ਕਿਹੜੀ ਆ ਦੇ ਆ ਵੀਡੀਓ ਦੇਖੀ ਹਲਾ ਤੂੰ ਯਾ ਹਾਂਜੀ ਆ ਦੇਖੋ ਇਹ ਕਿਹੜੇ ਮੰਤਰੀ ਆ ਚੇਤਨ ਸਿੰਘ ਜੋੜੇ ਮਾਜਰਾ ਜੀ ਇਹ ਵੇਲਾ ਦਾ ਨਾਬੇ ਵਾਲੇ ਵਿਧਾਇਕ ਤੋਂ ਬਾਅਦ ਸ਼ਾਇਦ ਇਹਨਾਂ ਦਾ ਨੰਬਰ ਉਹ ਹੋਊਗਾ ਥੋੜਾ ਜਿਹਾ ਹਾਈਲਾਈਟ ਉਸ ਕੰਮ ਇਹ ਪੀਜੂ ਜੀ ਵੀ ਅੱਗੇ ਖਾਂਦੇ ਰਹੇ ਆ ਹਾਂ ਤੇ ਹੁਣ ਆ ਦੇਖੋ ਆ ਨੱਚੀ ਚਲੋ ਠੀਕ ਆ ਉਹਨਾਂ ਦਾ ਬਰਥਡੇ ਆ ਮੈਂ ਉਵੇਂ ਹੀ ਨਹੀਂ ਕਹਿੰਦਾ ਚਲੋ ਖੁਸ਼ੀ ਮਨਾਉਣ ਦਾ ਉਹਨਾਂ ਨੂੰ ਵੀ ਆਕਾ ਠੀਕ ਆ ਪਰ ਉਹ ਵੈਸੇ ਹੁਣ ਵੀਡੀਓ ਮੈਂ ਟਵਿੱਟਰ ਖੋਲ ਲੈਣਾ ਵੀਡੀਓ ਸਾਹਮਣੇ ਆ ਗਈ ਠੀਕ ਆ ਚਲੋ ਖੁਸ਼ੀ ਮਨਾ ਰਹੇ ਆ ਆਪਣੇ ਵਰਕਰਾਂ ਦੇ ਨਾਲ ਇਹ ਵੈਸੇ ਉਵੇਂ ਕੋਈ ਟ੍ਰੋਲ ਨਹੀਂ ਬਈ ਆਪਾਂ ਵੀ ਨਹੀਂ ਟ੍ਰੋਲ ਕਰ ਰਹੇ ਆ ਆਪਾਂ ਮਾਫੀ ਮੰਗਦੇ ਆ ਹਾਂ ਪਤਾ ਪਏ ਹੈ ਹੈਪੀ ਬਰਥਡੇ ਵ ਹੂੰ ਪੁਰਾਣੇ ਸਿਆਦਾਂ ਜੀ ਹੁੰਦਾ ਜਮਦਨੋਂ ਤੱਕ ਤੇ ਬਾਹਰ ਭੱਜ ਜਾਂਦੇ ਸੀ ਹੂੰ ਤਾਂ ਸ਼ੁਕਰ ਹੈ ਜਿਹੜਾ ਆਪਾਂ ਨਾਲ ਤਹਿਗੇ ਵਰਕਰਾਂ ਦੇ ਹੂੰ ਨਾਲ ਹੈਪੀ ਬਰਥਡੇ ਮਨਾ ਰਹੇ ਆ ਨੱਚ ਰਹੇ ਆ ਹੂੰ ਤਾਂ ਵਧੀਆ ਗੱਲ ਹੈ ਤੇ ਕਦੋਂ ਹੋਰ ਟਰੈਕਟਰ ਟੂ ਟਵਿੱਟਰ ਪੰਜਾਬ ਨੇ ਹੂੰ ਇੱਕ ਟਵੀਟ ਕੀਤਾਗਾ ਜੀ 50 ਮਿੰਟ ਘੰਟਾ ਪਹਿਲਾਂ 50 ਮਿੰਟ ਪਹਿਲਾਂ ਇੱਕ ਚੁਣੇ ਨੁਮਾਇੰਦੇ ਤੇ ਮੰਤਰੀ ਹੋਣ ਦੇ ਬਾਵਜੂਦ ਹਰਜੋਤ ਬੈਂਸ ਨੇ 11:58 ਪ੍ਰੋਫੈਸਰਾਂ ਨੂੰ ਬਲੌਕ ਕੀਤਾ ਹੋਇਆ ਹੈ ਕੀ ਨਮਾਇंदे ਅਤੇ ਮੰਤਰੀਆਂ ਤੋਂ ਸਵਾਲ ਪੁੱਛਣਾ ਗਲਤ ਹੈ ਜਿੰਨੇ ਬੰਦੇ ਨੂੰ ਬਲੌਕ ਕੀਤਾ ਬਣਾ ਉਹਨਾਂ ਨੇ ਸਕਰੀਨਸ਼ਾਟ ਪਾਤੇ ਸਾਰਿਆਂ ਨੇ ਆ ਦੇ ਦੇਖ ਜਾਂਦੇ ਉੱਡਦੇ ਕਿਉਂ ਐਵੇਂ ਵੀ ਹੁੰਦਾ ਇਹ ਹਾਂ ਫਿਰ ਮੈਂ ਤੁਹਾਡਾ ਤੁਹਾਨੂੰ ਮੈਂ ਦੱਸ ਚੁੱਕਿਆ ਨਾ ਮੰਤਰੀ ਸਾਹਿਬ ਦਾ ਤਾਂ ਕਹਿੰਦੇ ਫੀਲਿੰਗ ਹੀ ਹੋਰ ਆ ਜੀ ਹੂੰ ਮੈਂ ਚਲੋ ਭਾਈ ਉਹ ਕਹਿੰਦੇ ਮੰਤਰੀ ਸਾਹਿਬ ਤਾਂ ਬਹੁਤ ਆਕੜ ਬਹੁਤ ਫੁੱਲ ਭਰੀ ਪਏ ਕਹਿੰਦੇ ਪਰ ਹੋਣੀ ਚਾਹੀਦੀ ਹੈ ਬਾਈ ਜੀ ਖੁਦ ਮੰਤਰੀ ਆ ਹਮ ਤਾਰਾ ਪਤਨੀ ਕੇ પોલીસ ਅਧਿਕਾਰੀ ਬਹੁਤ ਵੱਡੀ ਹਮ ਸਿੱਧੀ ਮਾਨਸਤੋਂ ਮੁਹਾਲੀ ਬੜਾਈ ਗਈ ਆ ਹਮ ਦਬਦਵਾ ਪੂਰਾ ਜੀ ਲਖਾ 14 ਦਸਤੀ ਕੇ ਭਾਈ ਵਿਸ਼ਨ ਸਿੰਘ ਵੇਦੀ ਹਾਂ ਜੀ ਆਲਵੇਦਾ ਕਹਿ ਗਏ ਨੇ ਹਾਂ ਸੁਪਿੰਦਰ ਸਿੰਘ ਬਹੁਤ ਵਧੀਆ ਬਾ ਕਮਾਲ ਸੁਪਿੰਦਰ 1983 ਵਾਲੀ ਮਤਲਬ ਟੀਮ ਚ ਸੀਗੇ ਸ਼ਾਇਦ ਨਹੀਂ ਇਹ ਨਹੀਂ ਸੀ ਉਹ ਸੰਧੂ ਸਾਹਿਬ ਸੀ ਫਰਸਟ ਪੰਜਾਬੀ ਕੈਪਟਨ ਆ ਉਹ ਉਹ ਸੰਦੂ ਸਾਹਿਬ ਸੀਗੇ ਇਹ ਸ਼ਾਇਦ ਬਿਨਸੰਗ ਜੀ ਫਸਟ ਉਹ ਵੀ ਹੈ ਨਾ ਪੰਜਾਬੀ ਕੈਪਟਨ ਵੀ ਹੈ ਨਾ ਮੈਨੂੰ ਇਹਦੇ ਬਾਰੇ ਨਹੀਂ ਜਾਣਕਾਰੀ ਹੈ ਮੈਂ ਕਿਹਾ ਇੱਕ ਵਾਰ ਮੈਨੂੰ ਬਹੁਤ ਸਮਾਂ ਪਹਿਲਾਂ ਮੈਸੇਜ ਆਇਆ ਸੀ ਕਿ ਕਿਸਾਨ ਦੁਸ਼ਹਿਰਾ ਮਨਾ ਰਹੇ ਆ ਭਾਈ ਸਰਕਾਰ ਸੈਂਟਰ ਸਰਕਾਰ ਦੀਆਂ ਫੋਟੋਆਂ ਫੋਟੋਆਂ ਲਾ ਕੇ ਕੇ ਖਬਰ ਇੱਕ ਨਾ ਭਾਈ ਜੀ ਮੈਨੂੰ ਖੜ ਜਾਓ ਆ ਜ਼ਿਕਰ ਕਰਨ ਦੋ ਆਪਣੀ ਭੈਣ ਅਮਨਦੀਪ ਕੌਰ ਦੇ ਬਹੁਤ ਟਾਈਮ ਦੇ ਮੈਸੇਜ ਆ ਰਹੇ ਸੋ ਰਹਿ ਜਾਂਦੇ ਆ ਹਰ ਵਾਰ ਯਾਰ ਕਿਹਨਾਂ ਦਾ ਉਨੇ ਹੀ ਵਰਸ ਮਾਈਗ੍ਰੇਸ਼ਨ ਲੈ ਕੇ ਮੈਸੇਜ ਕੋਈ ਗੈਸ ਕਨਸੈਪਟ ਸੇ ਦਾ ਹੁਣ ਆਪਣਾ ਕੋਈ ਗੈਸਟ ਆਉਣ ਲੱਗ ਗਿਆ ਆਪਣਾ ਰਹਿ ਗਏ ਦੋ ਤਿੰਨ ਹਫਤੇ ਹੋ ਗਏ ਮੈਂ ਚਲੋ ਅੱਜ ਜ਼ਿਕਰ ਕਰ ਦਿਆਂ ਨਾ ਇੱਕ ਮਿੰਟ ਯਾਰ ਮੈਂ ਫੋਨ ਚੱਕ ਲਾ ਇਹਨਾਂ ਦੀ ਇੰਟਰਵਿਊ ਹੈ ਜੋ ਕਾਂਸਟੇਬਲ ਵਾਲੀ ਹਾਂਜੀ ਹਾਂਜੀ ਸਰ ਤਾਂ ਤਾਂ ਹੀ ਨਹੀਂ ਹੋ ਸਕਦਾ ਨਹੀਂ ਜੀ ਨਹੀਂ ਨਹੀਂ ਕੱਲੋਂ ਤਾਂ ਜੀ ਅਸੀਂ ਬਾਹਰ ਆ ਕੱਲੋਂ ਸਾਡੇ ਇੰਟਰਵਿਊ ਨੇ ਜੀ ਫੇਰ ਜਾਂ ਤਾਂ ਜੀ ਹੋਊਗਾ ਆਪਣਾ ਪ੍ਰੋਗਰਾਮ ਵੀਰਵਾਰ ਨੂੰ ਜੀ ਅੱਛਾ ਇਹ ਵੀਰਵਾਰ ਤੋਂ ਕੋਦਵਾਰ ਵੀਰਵਾਰ ਹੈ ਨਾ ਹਾਂਜੀ 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 ਵੀਰਵਾਰ ਦਾ ਕਰ ਲਓ ਸਾਨੂੰ ਕੋਈ ਦਿੱਕਤ ਨਹੀਂ ਠੀਕ ਹੈ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਠੀਕ ਚਲੋ ਇਹਨਾਂ ਦੇ ਵੀ ਬਹੁਤ ਸੁਨੇਹਿਆ ਆ ਰਹੇ ਇਹਨਾਂ ਦੀ ਹੁਣ ਇੰਟਰਵਿਊ ਦਿਖਾਵਾਂਗੇ ਤੁਹਾਨੂੰ ਜੀ ਚਲੋ ਮੈਂ ਕਰਦਾ ਹਾਂ ਹੂੰ ਉਹ ਕਿਨਾਂ ਮੈਸੇਜ ਸੀ ਗੱਲ ਇਹ ਹੈ ਕਿ ਯੂਕੇ ਗਵਰਨਮੈਂਟ ਸਟੂਡੈਂਟਾਂ ਨੂੰ ਵੀਜ਼ਾ ਤਾਂ ਦੇ ਰਹੀ ਆ ਹੂੰ ਉਹ ਵੀ 1 ਸਾਲ ਤੇ ਦੇ ਕੋਰਸ ਤੇ 2 ਸਾਲ ਦਾ ਵਰਕ ਪਰਮਿਟ ਪਰ ਖਾਸ ਗੱਲ ਇਹ ਹੈ ਕਿ ਯੂਨੀਵਰਸਿਟੀ ਪਾਸ ਨਹੀਂ ਕਰੀ ਸਟੂਡੈਂਟਾਂ ਨੂੰ ਹੂੰ ਕਿਉਂਕਿ ਹੋਮ ਆਫਿਸ ਤੋਂ ਇੰਟਰੈਕਸ਼ਨਸ ਨੇ ਕਿ ਘੱਟ ਬੱਚਿਆਂ ਨੂੰ ਵਰਕ ਪਰਮਿਟ ਦੇਣਾ ਹੂੰ 300 ਸਟੂਡੈਂਟਾਂ ਦੇ ਵਿੱਚੋਂ 80 90 ਨੂੰ ਹੀ ਦਿੰਦੇ ਆ ਤੇ 15 ਲਗ ਫੀਸ ਹੁੰਦੀ ਹੈ ਇੱਕ ਸਾਲ ਦੀ ਤੇ ਸਪਲਾਈ ਵੀਜ਼ਾ ਵੀ ਕਮ ਨਹੀਂ ਆ ਸ਼ਾਇਦ ਤਾਂ ਲਿਖਿਆ ਉਹਨੇ ਉਹਨਾਂ ਕਹਿ ਮਤਲਬ ਇਹ ਸੀ ਕਿ ਹੁਣ ਬੱਚੇ ਇੱਥੋਂ ਜਾ ਰਹੇ ਆਪਣੇ ਵਿਦੇਸ਼ ਪੜ੍ਹਨ ਲਈ ਹਾਂ ਤੇ ਇੱਕ ਯੂਕੇ ਦਾ ਮਾਮਲਾ ਇਹ ਪੂਰਾ ਕਲਾਸ 300 ਵਿਦਿਆਰਥੀ ਆ ਹੂੰ ਤਾਂ ਉਹ ਚ ਘੱਟੋ ਘੱਟ 80 90 ਮਸਾ ਪਾਸ ਕੀਤੇ ਜਾ ਰਹੇ ਆ ਠੀਕ ਹੈ ਜੀ ਬਾਕਿਆਂ ਨੂੰ ਜਾਣ ਬੁੱਝ ਕੇ ਫੇਲ ਕੀਤਾ ਜਾ ਰਿਹਾ ਜਦੋਂ ਫੇਲ ਹੋਗੇ ਤਾਂ ਉਹਨੂੰ ਵਾਪਸ ਭੇਜਣਗੇ ਤਾਂ ਵਰਕ ਪਰਮਿਟ ਦੇਣਾ ਹੀ ਨਹੀਂ ਪੈਣਾ ਹੂੰ ਤਾਂ ਇਹ ਸਕੀਮਾਂ ਕੰਟਰੀਜ਼ ਲਾ ਰਹੇ ਨੇ ਬਹੁਤ ਹੂੰ ਮੈਂ ਵੀ ਕਿੱਕ ਤੋਂ ਉਹਦੇ ਹੋਰ ਵੇਖਿਆ ਸੀ ਤਾਂ ਇਦਾਂ ਹੋ ਰਿਹਾ ਵਾਕਈ ਹੂੰ ਇੱਕ ਮਾਰਚ 2023 ਤੋਂ ਅਸੀਂ ਸਰਕਾਰੀ ਕਾਲਜਾਂ ਵਿੱਚ 1158 ਪ੍ਰੋਫੈਸਰਾਂ ਦੀ ਭਰਤੀ ਬਾਰੇ ਵਿਧਾਨ ਸਭਾ ਵਿੱਚ ਚਰਚਾ ਕਰਵਾਉਣ ਲਈ ਪੰਜਾਬ ਦੇ ਸਿਆਸਤਦਾਨਾਂ ਨੂੰ ਬੇਨਤੀ ਕਰ ਰਹੇ ਹਾਂ ਇਹ ਟਰੈਕਟਰ ਰੂਟ ਟਵਿੱਟਰ ਵਾਲੇ ਇਹਨਾਂ ਨੂੰ ਵੀ ਬਈ ਜਿਆਦਾ ਤੁਸੀਂ ਦੇਖਿਆ ਕਰੋ ਟਵਿੱਟਰ ਦੇ ਉੱਤੇ ਹੂੰ ਇਹ ਜਿਆਦਾ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ ਇਹ ਇੱਕ ਹੋਰ ਆ ਪਰ ਮੀਤ ਇਹਨਾਂ ਦੀ ਮੈਂ ਇੱਕ ਹੋਰ ਚੀਜ਼ ਦੇਖਦਾ ਹਾਂਗਾ ਹੂੰ ਜਿਵੇਂ ਕੋਈ ਸੈਸ਼ਨ ਹੁੰਦਾਗਾ ਜਾਂ ਕਈ ਤਾਂ ਇਹ ਮੰਤਰੀਆਂ ਨੂੰ ਜਾਂ ਖਾਸ ਕਰਕੇ ਵ代ਇਕਾਂ ਨੂੰ ਹੂੰ ਜਿਹੜੇ ਹੁਣ ਸੱਤਾਧਾਰੀ ਧਰ ਵਾਲਿਆ ਉਹ ਤਾਂ ਫੋਨ ਫੜ ਕੇ ਇਹਨਾਂ ਦਾ ਚੱਕਦੇ ਨਹੀਂ ਜਿਹੜੇ ਦੂਜਿਆ ਇਹ ਉਹਨਾਂ ਨੂੰ ਫੋਨ ਲਾ ਕੇ ਨਾ ਮੁੰਡੇ ਏਜੰਡਾ ਬਣਾ ਕੇ ਦਿੰਦੇ ਆ ਜਾਂ ਸਵਾਲ ਬਿਲਕੁਲ ਇਹ ਆ ਸਵਾਲ ਲਾਇਓ ਆ ਸਵਾਲ ਪੁੱਛਿਓ ਇਹ ਬਹੁਤ ਮਤਲਬ ਇੱਕ ਸਿਸਟਮੈਟਿਕਲੀ ਢੰਗ ਦੇ ਨਾਲ ਗੱਲ ਹੁੰਦੀ ਆ ਉਵੇਂ ਵਿਰੋਧ ਵਾਲੀ ਗੱਲ ਨਹੀਂ ਇੱਕ ਟੀਮ ਆ ਵਧੀਆ ਹੂੰ ਇਹ ਇੱਕ ਮਸੇ ਨੂੰ ਲੈਂਦੀ ਆ ਉੱਤੇ ਪੂਰਾ ਵਰਕ ਕਰਦੀ ਆ ਵਰਕ ਕਰਨ ਤੋਂ ਬਾਅਦ ਮਸਲਾ ਉਠਾਉਂਦੀ ਆ ਹੂੰ ਐਦਾਂ ਨਹੀਂ ਕਿ ਚਰਚਾ ਚ ਆ ਗਿਆ ਤੇ ਅਸੀਂ ਬਸ ਜੀ ਪੋਸਟ ਪਾਤੀ ਇਹ ਪੂਰਾ ਵਰਕ ਕਰਦੀ ਆ ਫਿਰ ਉਹਨੂੰ ਪੇਸ਼ ਕਰਦੀ ਆ ਹੂੰ ਤੇ ਮੰਤਰੀ ਸਾਹਿਬ ਹੋ ਗਿਆ ਆਪਣੇ ਉਹਨਾਂ ਨੇ ਇਹਨਾਂ ਪੋਸਟ ਪਾਉਣ ਲੈਣਾ ਜਿਨ੍ਹਾਂ ਨੇ ਖੜਦੇ ਸੀ ਪਹਿਲਾਂ ਟ੍ਰੈਕ ਟੂ ਟਵਿੱਟਰ ਦੇ ਨਾਲ ਕਿਸਾਨੀ ਅੰਦੋਲਨ ਦੇ ਵਿੱਚ ਹੂੰ ਉਹਨਾਂ ਨੂੰ ਬਲੌਕ ਕਰਤਾ ਹੂੰ ਤਾਂ ਇਹਦਾ ਮਤਲਬ ਕੀ ਸਰਕਾਰ ਸੁਣਨਾ ਫੰਦ ਨਹੀਂ ਕਰ ਰਹੀ ਇਹਨਾਂ ਲੋਕਾਂ ਨੂੰ ਜਿਹੜੇ ਸਹੀ ਗੱਲ ਦੱਸ ਰਹੇ ਆ ਹੂੰ ਵਿਵਾਦ ਤਾਂ ਹੀ ਹੈ ਨਾ ਜਿਨ੍ਹਾਂ ਨਾਲ ਤੁਸੀਂ ਪਹਿਲਾਂ ਖੜਦੇ ਰਹੇ ਹੋ ਹੂੰ ਜਿਹੜੇ ਪੰਜਾਬ ਦੀ ਗੱਲ ਕਰ ਰਹੇ ਆ ਪਰ ਮਾਨ ਸਰਕਾਰ ਲਗਾਤਾਰ ਇਸ ਹਾਵ ਕਰ ਰਹੀ ਆ ਕਿ ਭਾਈ ਜੀ ਹੂੰ ਸਾਨੂੰ ਪੁੱਛਣਾ ਪੁੱਛੋ ਸਾਨੂੰ ਬੁਲਾਉਣਾ ਬੁਲਾਓ ਹਾੜੀਂ ਝਾਕਣਾ ਝਾਕ ਕੋ ਨਾ ਝਾਕੋ ਹੂੰ ਅਸੀਂ ਤਾਂ ਹੁਕਮ ਦੇ ਵਜੇ ਆ ਜਿਵੇਂ ਹੁਕਮ ਆਣੇ ਉਸ ਤੋਂ ਵੀ ਕਰਨਾ ਹੂੰ ਜੇ ਹੁਕਮ ਆ ਗਿਆ ਚੀਤੇ ਬੋਲਣਾ ਤਾਂ ਸਾਡੇ ਮੰਤਰੀ ਤੇ ਐਮਐਲਏ ਬੋਲਣਗੇ ਜੇ ਹੁਕਮ ਆ ਗਿਆ ਤਾਂ ਨਹੀਂ ਬੋਲਣਗੇ ਹੂੰ ਕਿਸਾਨ ਜਥੇਬੰਦੀਆਂ ਨੇ ਵੀ ਇਹਦੇ ਉਹ ਹਾਂ 15 ਨਵੰਬਰ ਤੋਂ ਬਾਅਦ ਪੰਜਾਬ ਦੇ ਟੋਲ ਪਲਾਸ ਦੇ ਫਿਰ ਫ੍ਰੀ ਹੋਣ ਜਾ ਰਹੇ ਆ ਜੀ ਹੂੰ ਕਿਉਂਕਿ ਕਿਸਾਨ ਤਰਨੇ ਲਗਾਉਣ ਜਾ ਰਹੇ ਇੱਕ ਵਾਰ ਫਿਰ ਸਾਰੇ ਟੋਲ ਪਲਾਜ਼ਾਂ ਦੇ ਉੱਤੇ ਹਾਂ ਲਗਭਗ ਤੇਹੀ ਹੈ ਦੇਖੋ ਹੁਣ ਦੋਸਤ ਇਹਨਾਂ ਦੀ ਮੀਟਿੰਗ ਹੋਈ ਆ ਵੱਡਾ ਮੁੱਦਾ ਕਿਹੜਾ ਰੱਖਿਆ ਇਹਨਾਂ ਨੇ ਪਾਣੀ ਵਾਲਾ ਪਾਣੀ ਵਾਲੇ ਰੱਖਿਆ ਵੱਡਾ ਮੁੱਦਾ ਇਹ ਤਾਂ ਜੀ ਹੁਣ ਕਿਸਾਨ ਫੇਰ ਇਕੱਠੇ ਹੋਣਗੇ ਹੂੰ ਤੇ ਮਾਨ ਸਾਹਿਬ ਤੋਂ ਵੇਖ ਕੀ ਬੰਦਦਾ ਤੇ 1 ਨਵੰਬਰ ਵੀ ਆਪਣੀ ਕੈਨਸਲ ਕਰਤਾ 162 ਤੇ ਤੇ ਦਿਨ ਲੱਗ ਗਿਆ ਪਤਾ ਤੂੰ ਆਪਾਂ ਹੀ ਬੋਲਿਆ ਸੀ ਟੀਚਰਾਂ ਦਾ ਹਾਂ 162 ਸੀ 92 ਸੀ 160 162 162 ਟੀਚਰਾਂ ਦੀ ਜਿਹੜੀ ਟਰਾਂਸਫਰ ਸੀ ਉਹ ਕੈਨਸਲ ਕਰਤੀ ਇਹ ਕਿਸੇ ਨੇ ਲਿਖ ਕੇ ਪਾਇਆ ਕਹਿੰਦੇ ਇੱਕ ਹੋਰ ਯੂ ਟਰਨ ਹਾਂ ਯਟਨ ਅਦਰ ਉਹਨਾਂ ਨੇ ਲਿਖ ਕੇ ਅੰਗਰੇਜ਼ੀ ਪਾਇਆ ਯਟ ਅਨਦਰ ਯੂ ਟਰਨ ਬਾਈ ਪੰਜਾਬ ਗਵਰਨਮੈਂਟ ਐਜ਼ ਡਿਪਟੀ ਡਿਪਾਰਟਮੈਂਟ ਆਫ ਸਕੂਲ এডੂਕੇਸ਼ਨ ਹੈਜ਼ ਕੰਸਲਡ ਦੀ ਟ੍ਰਾਂਸਫਰ ਆਫ 162 ਟੀਚਰਜ਼ ਇਹ ਉਹਨਾਂ ਨੇ ਲਿਖ ਕੇ ਪਾਇਆਗਾ ਬਸ ਆਪਾਂ ਹੀ ਹੁਣ ਮਾਨ ਸਾਹਿਬ ਨੂੰ ਅਪੀਲ ਕਰਦੇ ਆ ਇਹ ਕਿ 2027 ਦੇ ਵਿੱਚ ਹੂੰ ਤੁਸੀਂ ਚੋਣਾਂ ਚਾਹ ਲੋ ਯੂ ਟਰਨ ਵਾਲਾ ਹੂੰ ਲੋਕ ਕਹਿ ਰਹੇ ਆ ਹੂੰ ਤੇ ਅਸੀਂ ਤਾਂ ਭਾਈ ਹੁਣ ਲੋਕਾਂ ਦੀ ਗੱਲਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਹੂੰ ਸਾਡਾ ਵਿੱਚ ਕੁਝ ਵੀ ਨਹੀਂ ਹੁੰਦਾ ਹੂੰ ਆਹ ਨਾਲੇ ਤੈਨੂੰ ਇੱਕ ਹੋਰ ਗੱਲ ਦੱਸਾਂ ਉਹ ਕੁੜੀ ਵਾਲੀ ਜਿਹੜੀ ਆਪਣੇ ਸੁਸਾਈਡ ਕੀਤਾਗਾ ਜਿਹੜੀ ਪੋਸਟ ਉਹਨਾਂ ਨੇ ਵਾਇਰਲ ਕਰੀ ਹੈ ਨਾ ਉਹਦੇ ਤੇ ਲਿਖਿਆ ਵਾ ਅਨਦਰ ਆਹੋ ਸੌਰੀ ਰੀਅਲ ਬ੍ਰਦਰ ਜੀ ਉਹ ਉਡੀ ਪਹਿਲਾਂ ਆਈ ਸੀ ਨਾ ਉਹ ਤਾਏ ਦਾ ਮੁੰਡਾ ਸੀ ਇਹ ਤੇ ਲਿਖਿਆ ਰੀਅਲ ਬ੍ਰਦਰ ਥੋੜਾ ਉਹ ਖੱਟੀਬੱਗ ਬਣੀ ਵੀ ਉਹਦੇ ਮੁੰਡੇ ਦੀ ਹਾਂ ਉਹ ਚਾਰਾ ਮੈਨੂੰ ਬੰਦੇ ਹੀ ਭਗਤਿਆ ਲੱਗਿਆ ਉਹ ਕੀ ਸੀ ਯਾਰ ਮੈਂ ਬਈ ਮੇਰਾ ਧਿਆਨ ਹੋਰ ਪਾਸੇ ਹੋ ਗਿਆ ਜਿਹੜਾ ਹੋਰ ਵਰਸ ਮਾਈਗ੍ਰੇਸ਼ਨ ਦਾ ਉਹ ਵਿੱਚ ਫੋਨ ਆ ਗਿਆ ਸੀ ਉਹ ਸਿਸਟਮ ਇਹ ਹੈ ਕਿ ਬੱਚੇ ਐਡਮਿਸ਼ਨ ਲੈ ਰਹੇ ਆ ਫੋਰਨ ਜਾ ਕੇ ਯੂਨੀਵਰਸਿਟੀਆਂ ਚ ਕਾਲਜਾਂ ਦੇ ਵਿੱਚ ਹਾਂ ਯੂਨੀਵਰਸਿਟੀ ਕੋਰਸ ਸਕੀਮ ਕੀ ਪਾਰੇ ਬੱਚੇ ਪਾਸ ਨਹੀਂ ਕਰ ਰਹੇ ਹਮ ਬੱਚੇ ਪਾਸ ਨਹੀਂ ਕਰਨਾ ਹੁਣ ਇੱਕ ਸਾਲ ਦਾ ਕੋਰਸ ਆ ਕੁ ਕਿਉਂ ਤੁਹਾਨੂੰ 200 ਦਾ ਵਰਕ ਪਰਮਿਟ ਮਿਲ ਰਿਹਾ ਨਾਲ ਜੇ ਤੁਸੀਂ ਪਾਸਿੰਗ ਉਸ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲਣਾ ਤੇ ਤੁਸੀਂ ਪਾਸ ਹੀ ਨਾ ਹੋਵਗੇ ਤੁਹਾਨੂੰ ਫੇਲ ਕਰ ਦਿੱਤਾ ਗਿਆ ਤੇ ਫਿਰ ਵਾਪਸ ਆਉਣਾ ਪੂਗਾ ਇੰਡੀਆ ਹਮ ਤੁਸੀਂ ਫੀਸ ਭਰਤੀ 30 ਲੱਖ ਇੱਕ ਸਾਲ ਦੀ ਹਮ ਉਹ ਕਹਿੰਦੇ ਜਿਆਤਰ ਬੱਚੇ ਨੂੰ ਫੇਲ ਜਾਂ ਦੇ ਕੀਤਾ ਜਾ ਰਿਹਾ ਯੂਨੀਵਰਸਿਟੀ ਦੇ ਵੱਲੋਂ ਯੂਕੇ ਦੇ ਸ਼ਹਿਰਾਂ ਦੇ ਜਾਤਰ ਹੋ ਰਿਹਾ ਹਮ ਤੇ ਇਹ ਹਾਲਾਤ ਬਣ ਜਾ ਰਹੇ ਨੇ ਤੇ ਸਮਾਂ ਵੀ ਆਪਣਾ ਹੋ ਗਿਆ ਜੀ ਆਪਾਂ ਥੋੜੀ ਜਲਦਬਾਜੀ ਵੀ ਸੀ ਚਲ ਸਮੇਂ ਨੂੰ ਤਾਂ ਕੋਈ ਨਹੀਂ ਜੇ ਕੋਈ ਗੱਲ ਰਹਿੰਦੀ ਹੈ ਦੇਖ ਆਪਾਂ ਇੱਕ ਹਫਤੇ ਬਾਅਦ ਪੋਡਕਾਸਟ ਕੀਤਾਗਾ ਜੇ ਕੋਈ ਰਹਿੰਦਾਗਾ ਦੇਖ ਠੀਕ ਕੋਈ ਛੋੜਣਾ ਪਾਣੀ ਦੇ ਇੱਕ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਆਪਾਂ ਕਲੀਅਰ ਕਰਦਗੇ ਅਸੀਂ ਪਿਛਲੇ ਦਿਨਾਂ 'ਚ ਆਪਾਂ ਜਿੰਨੀਆਂ ਇੰਟਰਵਿਊਆਂ ਕਰੀਆਂ ਖਾਸ ਕਰਕੇ ਇੱਕ ਤਾਂ ਆਪਾਂ ਕਰੀਏ ਗੁਰਦਰਸ਼ਨ ਸਿੰਘ ਢਲੋਂ ਦੀ ਜਿਹੜੇ ਪਾਣੀਆਂ ਦੇ ਬਹੁਤ ਮਾਹਰ ਨੇ ਜਿੰਨਾਂ ਦੇ ਤੇ ਸਾਰਾ ਰਿਸਰਚ ਕਰੀ ਵੀ ਕਿਤਾਬਾਂ ਵੀ ਆ ਇਹਨਾਂ ਉਹਨਾਂ ਦੀ ਫਿਰ ਇੱਕ ਮਾਲਬਿੰਦਰ ਸਿੰਘ ਮਾਲੀ ਦੀ ਕਰੀ ਆ ਉਹਦੇ ਵਿੱਚ ਤੇ ਇੱਕ ਡੀਐਸਪੀ ਸੇਖੋਂ ਨੇ ਵੀ ਬ ਜਿਆਦਾ ਇੰਟਰਵਿਊਜ਼ ਕਰ ਰਹੇ ਨੇ ਜਾਂ ਜਿਆਦਾ ਗੱਲ ਨਿਕਲ ਕੇ ਸਾਹਮਣੇ ਆ ਰਹੀਓ ਅਸੀਂ ਲੋਕਾਂ ਨੂੰ ਵੀ ਧਰਤਲ ਦਿੱਤੇ ਕਈ ਲੋਕਾਂ ਨੂੰ ਪਤਾ ਜਿਹੜੇ ਐਕਟਿਵ ਨੇ ਵੀ ਜਿਹੜਾ ਪਾਣੀ ਆ ਉਹ ਪੰਜਾਬ ਆਲਰੇਡੀ ਵੱਧ ਦੇ ਰਿਹਾਗਾ ਹੂੰ ਐਸਵਾਈਐਲ ਤੇ ਜਿੰਨਾ ਪਾਣੀ ਜਾ ਰਿਹਾ ਦੇਣਾ ਸੀ ਐਸਵਾਈਐਲ ਜਨ ਬਣਦੀ ਨਿਕਲਦੀ ਜਾਂ ਪਾਣੀ ਜਾਂਦਾ ਜਿੰਨਾ ਦੇਣਾ ਸੀ ਆਲਰੇਡੀ ਜਾ ਰਿਹਾ ਭਾਈ ਬਿਲਕੁਲ ਉਸ ਤੋਂ ਵੱਧ ਜਾ ਰਿਹਾ ਉਦੋਂ ਵੱਧ ਜਾ ਰਿਹਾਗਾ ਤਾ ਇਹ ਭਲਿੱਚੇ ਚ ਨਰ ਹੋਏ ਇਹ ਵੀ ਇੱਕ ਆਪਾ ਨੂੰ ਉਹਦੇ ਕਰਾਹੇ ਜੇ ਪਾਉਣ ਦੀ ਕੋਸ਼ਿਸ਼ ਆ ਪਾਰਟੀਆਂ ਵੱਲੋਂ ਉਹ ਕਹਿੰਦੇ ਐਸਬੀਆਲ ਨਿਕਲੂ ਅਸੀਂ ਨਿਕਲ ਨਹੀਂ ਦੇਣੀ ਅਸੀਂ ਪੰਜਾਬ ਦਾ ਪਾਣੀ ਜਿਹੜੇ ਹੁਣ ਅਸੀਂ ਕੁਰਬਾਨੀ ਦੇਵਾਂਗੇ ਜਿਹੜੇ ਹੁਣ ਲੀਡਰ ਕਹਿੰਦੇ ਵੀ ਅਸੀਂ ਕੁਰਬਾਨੀ ਦੇਵਾਂਗੇ ਜਾਂ ਅਸੀਂ ਬੂੰਦ ਪਾਣੀ ਬਾਹਰ ਨਹੀਂ ਜਾਣ ਦੇਣਾ ਉਹਨਾਂ ਨੂੰ ਇਹ ਦੱਸ ਦੋ ਮਾੜਾ ਆ ਉਹਨੂੰ ਐ ਠਾਉਂਦੇ ਜੇ ਨਹੀਂ ਹੁੰਦੇ ਬੰਦੇ ਨਹੀਂ ਵੀ ਉੱਠ ਖੜ ਪਾਈ ਸਵੇਹਾ ਹੈ 5 ਵਜੇ ਉੱਠ ਖੜ ਹੈ ਅੱਜ ਜਾਣਾ ਕਿਤੇ ਕੰਮ ਤੇ ਉਹਨਾਂ ਨੂੰ ਠਾ ਦੋ ਮਾੜਾ ਆ ਭਾਈ 2024 ਦੀਆਂ ਵੋਟਾਂ ਆ ਗਈਆਂ ਤੇ ਲੋਕਾਂ ਨੂੰ ਇਹ ਤੁਸੀਂ ਦੱਸੋ ਵੀ ਪਾਣੀ ਤਾਂ ਵੱਧ ਜਾ ਰਿਹਾ ਭਰਾ ਪਰ ਉਹ ਲੋਕਾਂ ਨੂੰ ਦੱਸਣਗੇ ਨਹੀਂ ਕਿਉਂਕਿ ਉਹ ਉਹਨਾਂ ਦੀਆਂ ਕਰਤੂਤਾਂ ਕਰਕੇ ਜਾ ਰਿਹਾ ਹੈ ਬਿਲਕੁਲ ਹਾਂ ਉਹ ਲੋਕਾਂ ਨੂੰ ਕਹ ਲੈਣੀ ਨਾ ਕਦੇ ਕਾਲੀ ਨਾ ਕਦੇ ਕਾਂਗਰਸੀ ਇਹ ਕਦੇ ਨਹੀਂ ਦੱਸਣਗੇ ਵੀ ਪਾਣੀ ਉਹ ਕਹੇ ਉਹ ਕਹਿ ਰਹੇ ਕਾਲੀ ਕਾਂਗਰਸੀ ਹਰੇ ਕਹਿ ਰਹੇ ਨੇ ਵੀ ਅਸੀਂ ਪਾਣੀ ਦੀ ਇੱਕ ਬੂੰਦ ਪੰਜਾਬ ਤੋਂ ਬਾਹਰ ਨਹੀਂ ਜਾਣ ਦਵਾਂਗੇ ਅਸੀਂ ਕੁਰਬਾਨੀ ਦੇ ਦਾਂਗੇ ਪਰ ਉਹਨਾਂ ਨੂੰ ਤੁਸੀਂ ਅਸੀਂ ਉਹਨਾਂ ਦੇ ਵਰਕਰਾਂ ਨੂੰ ਬੇਨਤੀ ਕਰਦੇ ਹਾਂ ਵੀ ਉਠਾਓ ਉਹਨਾਂ ਨੂੰ ਉਠਾ ਕੇ ਦੱਸੋ ਭਾਈ 2024 ਆਇਆ ਤੇ ਲੋਕਾਂ ਨੂੰ ਸੱਚ ਦੱਸ ਤੋ ਵੀ ਸਾਡੀਆਂ ਕਰਤੂਤਾਂ ਕਰਕੇ ਭਾਈ ਜਾ ਰਿਹਾ ਹੈ ਇਹ ਪਾਣੀ ਪਾਣੀ ਤਾਂ ਆਲਰੇਡੀ ਵੱਧ ਜਾ ਰਿਹਾ ਤੁਸੀਂ ਐਸਵਾਈਐਲ ਦਾ ਰੌਲਾ ਪਾਈ ਜਾਂਦੇ ਹੋ ਸਾਰੇ ਪੰਜਾਬ ਨੂੰ ਐਸਵਾਈਐਲ ਦੇ ਮੁੱਦੇ ਤੇ ਰੌਲਾ ਪਵਾਤਾ ਹੈ ਤੇ ਪਾਣੀ ਪਹਿਲਾਂ ਹੀ ਵੱਧ ਜਾਈ ਜਾਂਦਾ ਹੈ ਇਹ ਵੀ ਜਿਹੜੇ ਹੈਗੇ ਲੋਕ ਆ ਮਤਲਬ ਜਾਗਣ ਥੋੜਾ ਜਿਆ ਵਰਕਰ ਵਰਕਰ ਇਹਨਾਂ ਦੇ ਤੇ ਆਪਦੇ ਲੀਡਰਾਂ ਨੂੰ ਥੋੜਾ ਜਿਆ ਕਰਨ ਸੁਚੇਤ ਕਰਨ ਚੋਨਾ ਜਾ ਨਵਟ ਲੈਣ ਦੋ ਫਿਰ ਅੱਕ ਗਰਮ ਹੋਣਗੇ ਥੋੜਾ ਬੀਜ ਹੀ ਆ ਕਮਾ ਚ ਹਾਂ ਹੁਣ ਥੋੜਾ ਜਿਹਾ ਬੀਜ ਲਿਫਟਿੰਗ ਮਸਾਂ ਹੋਣ ਲੱਗੀਆਂ ਸਰਕਾਰ ਦੇ ਇਸ ਪੂਰੇ ਮਾਮਲੇ ਚ ਹਾਂ ਤੇ ਸ਼ੁਕਰਾ ਲਿਫਟਿੰਗ ਸ਼ੁਰੂ ਹੋ ਗਈ ਵੰਡੀਆਂ ਖਾਲੀ ਹੋਣ ਲੱਗੀਆਂ ਤੇ ਕਿਸਾਨਾਂ ਦੀ ਫਸਲ ਹੋਰ ਆਊਗੀ ਹੂੰ ਤੇ ਪਾਪੂ ਕਹਿੰਦੇ ਠੀਕ ਚਲੋ ਚੰਗਾ ਇਤ ਕੀ ਮਿਲ ਰਿਹਾ ਚਲੋ ਵਧੀਆ ਗੱਲ ਆ ਹਾਂ ਵਧੀਆ ਸ਼ੈਲਰ ਵਾਲਾ ਦਾ ਪਤਾ ਨਹੀਂ ਨਿਬੜਿਆ કે ਨਹੀਂ ਉਹ ਹੀ ਨਿਬੜ ਗਿਆ ਨਿਬੜ ਨਿਬੜ ਕੇ ਨਿਬੜ ਗਿਆ ਕੱਚਾ ਆ ਉਹ ਦਿਨ ਕਰਦਾ ਨਿਬੜ ਗਿਆ ਇਹ ਚ ਖਾਸ ਗੱਲ ਖੋਰੀ ਹੋਈ ਆ ਜਿਹੜੇ ਸ਼ੈਦਰਾਣੇ ਹੜਤਾਲ ਚ ਸ਼ਾਮਲ ਨਹੀਂ ਹੋਏ ਹੂੰ ਸਰਕਾਰ ਨੂੰ ਗੱਫੇ ਦੇ ਰਹੀ ਆ ਚਲੋ ਕਿ ਵਾਹ ਪੁੱਤਰੋ ਤੁਸੀਂ ਅਸਲ ਸ਼ੈਦਰਾਣੇ ਤੁਸੀਂ ਹੋ ਹੂੰ ਤੁਸੀਂ ਉਹ ਅਸਲ ਵਫਾਦਾਰ ਆ ਅਸਲੀ ਪ੍ਰਾਂਤ ਤੁਸੀਂ ਕੀਤੇ ਆ ਤੁਹਾਡੇ ਕੋਲ ਸਭ ਕੁਝ ਪੂਰਾ ਹੂੰ ਉਹ ਥਾਂ ਵੀ ਬੁਧੀਆ ਹੈਗਾ ਪੱਕਾ ਥਾਂ ਤੁਹਾਡੇ ਕੋਲੇ ਸ਼ੈਲਟਰ ਵੀ ਤੁਹਾਡੇ ਕੋਲ ਸਹੀ ਬਣਿਆ ਸਾਡੀ ਵਿਰਾਸਤ ਤੁਸੀਂ ਸੰਭੋਗੇ ਹਾਂ ਚੱਕ ਤੇ ਫੱਟੇ ਕਹਿੰਦੇ ਹੂੰ ਹਰਤਾਲ ਖਤਮ ਹੋ ਗਈ। ਗੱਗੇਬੰਦ ਸੁਖਵੰਤ ਸਿੰਘ ਨੇ ਵੀ ਉਧਰ ਡ੍ਰੀਮ ਲਾਇਵਡ ਖੇਡਣਾ ਹੋਊ। ਆਏ ਕਰ ਦਿੰਦਾਗਾ। ਚੱਲ ਖੇਡ ਲੈਂਦੇ ਕੋਈ। ਇਤਰਾਜ ਹੁਣ ਥੱਲੋਂ ਦੀ ਹਿਸਾਬ ਲਈ ਪੁਲ ਦੇ ਉੱਤੋਂ ਦੀ ਆਉਣਾਗਾ। ਹੂੰ। ਹੁਣ ਤੇ ਨਹੀਂ ਗੱਲ ਵਿੱਚ ਬੋਲਤੀ। ਬਈ ਕਮੈਂਟ ਕਰਕੇ ਅੱਜ ਸਾਰਿਆਂ ਨੇ ਇਹ ਕਾਲਰ ਸੁਖਵੰਤ ਨੂੰ ਹੀ 흘ੀਆਂ ਵੀ ਭਰਾਵਾ ਪੌਡਕਾਸਟ ਲੇਟ ਸ਼ੁਰੂ ਹੁੰਦਾ। ਇਹ ਬੰਦਾ ਕਰਦਾ ਥੱਲੇ ਫਾਟਕ ਲੱਗ ਗਿਆ ਨਾ ਉੱਤੋਂ ਦੀ ਆਇਆ ਕਰੇ ਹਾਂ ਕਿ ਬੇਨਤੀ ਕਰਦੇ ਆਂ ਪੁਲ ਦੇ ਉੱਤੋਂ ਵੀ ਆਉਣਾ ਹਾਂ ਕਮੈਂਟ ਕਰਨੇ ਆ ਟੈਗ ਕਰ ਦਿਓ ਇਹਨੂੰ ਹਾਂ ਹੂੰ ਤਾਂ ਲੋਕਾਂ ਨੇ ਆਈਡੀ ਲੱਭ ਲਈ ਇਹਦੀ ਹਾਂ ਲੋਕ ਬਹੁਤ ਫਾਸਟ ਨੇ ਚਲੋ ਬਾਈ ਜੀ ਮਿਲਦੇ ਹਾਂਣਾ ਆਪਾਂ ਤੇ ਜਲਦ ਅਸੀਂ ਲੈ ਕੇ ਆਉਂ ਜਾ ਰਹੇ ਆਂ ਪੋਡਕਾਸਟ ਸਪੈਸ਼ਲ ਤੁਹਾਡੇ ਲਈ ਹਾਂ ਟੈਲੀਫੋਨ ਵਾਲਾ ਹਾਂ ਟੈਲੀਫੋਨ ਵਾਲਾ ਹਾਂ ਮੋਬਾਈਲ ਟੈਲੀਫੋਨ ਵਾਲਾ ਟੈਲੀਫੋਨ ਵਾਲਾ ਹਾਂ ਤੇ ਲਈਏ ਜਿੰਨਾ ਨੇ ਜੁਆਇਨ ਕੀਤਾ ਉਹਨਾਂ ਨੂੰ ਹੀ ਕਲਾ ਸ਼ੋਅ ਹਾਂ ਉਹਨਾਂ ਨੂੰ ਸੁਣਨ ਨੂੰ ਮਿਲੂਗਾ ਬਈ ਹੁਣ ਕਿ ਉਹ ਕਈ ਇੱਕ ਮੁੰਡਾ ਭੇਜ ਰਿਆ ਸੀ ਉਹ ਕਹਿੰਦਾ ਜੁਆਇਨ ਦਾ অপਸ਼ਨ ਨਹੀਂ ਸ਼ੋਅ ਹੋ ਰਿਹਾ ਬਈ ਹੁਣ ਉਹ ਹੁਣ ਪਤਾ ਨਹੀਂ ਹੁਣ ਆਪਾਂ ਕੀ ਕਰਾਂਗੇ ਹਾਂ ਅਸੀਂ ਤਾਂ ਜਿੰਨਾ ਬਈ ਲਓ ਵੀਰ ਕੰਟਰੀ ਕੰਟਰੀ ਚੇਂਜ ਕਰਕੇ ਦੇਖ ਲਿਆ ਕਰੋ ਐ ਹੋ ਜਾਂਦਾ অপਸ਼ਨ ਮੋਬਾਈਲ ਤੇ ਕਿਉਂ ਮੋਬਾਈਲ ਤੇ ਅੱਛਾ ਉਹਵੇਂ ਨਹੀਂ ਉਹ ਨਹੀਂ ਜਿਵੇਂ ਉਹ ਮੂਸੇ ਵਾਲੇ ਦਾ ਐਸਵਾਈ ਲਗਾਣਾ ਉਹ ਹੋਇਆਗਾ ਬੈਨ ਉਹ ਇਹਦੇ ਚ ਇੱਕ অপਸ਼ਨ ਜਾਂ ਹੁੰਦਾ ਨਾ ਮੋਬਾਈਲ 'ਚ ਵੀਪੀਐਨ ਦਾ ਵੀ ਹੁੰਦਾ ਇੱਕ ਵੀਪੀਐਨ ਦਾ ਤਾਂ ਮੈਨੂੰ ਪਤਾ ਨਹੀਂ ਦੇਖੋ ਉਹਦੇ ਬਾਰੇ ਤਾਂ ਆ ਵੀਪੀਐਨ ਨਾਲ ਤਾਂ ਸਾਈਟਾਂ ਸੂਟਾਂ ਚੱਲ ਪੈਂਦੀਆਂ ਉਹ ਵੀ YouTube ਵੀ ਚੱਲ ਪੈਂਦਾ ਉਹ ਪਰ ਉਹ ਚ ਲੋਕੇਸ਼ਨ ਵਾਲਾ ਹੁੰਦਾ ਕੰਟਰੀ ਚੇਂਜ ਕਰਕੇ ਹੂੰ ਤਾਂ ਉਹ ਹੋ ਜਾਂਦਾ ਹੁੰਦਾ ਹਾਂ ਹੁੰਦਾ ਹੈ YouTube 'ਚ ਹੀ ਹੁੰਦਾ YouTube 'ਚ ਹੀ ਹੁੰਦਾ ਕਿ ਫੋਨ ਨਾਲੇ YouTube 'ਤੇ ਹੁੰਦਾ ਹੀ YouTube ਦੇ ਮਤਲਬ ਕਿ ਸਾਈਟਿੰਗ ਦੀ অপਸ਼ਨ ਹੁੰਦੀ ਹੈ ਹਾਂ ਉਹ ਤੁਸੀਂ ਦੇਖ ਲਿਓ ਸਰਚ ਕਰ ਲਿਓ YouTube ਦੀ ਕੋਈ ਸੈਟਿੰਗ ਤੇ ਉਦੋਂ ਵੀ ਸੀਗਾ ਸੈਟਿੰਗ ਦੇ ਆਪਸ਼ਨ 'ਚ ਜਾ ਕੇ YouTube ਵਾਲੇ 'ਚ ਉੱਥੇ ਤੁਸੀਂ ਲੋਕੇਸ਼ਨ ਚੇਂਜ ਕਰ ਸਕਦੇ ਹੋ ਹਾਂ ਜੇ ਉੱਥੇ ਨਾ ਹੋਏ ਫਿਰ ਆਪਦੇ ਫੋਨ ਦੀ ਲੋਕੇਸ਼ਨ ਕੋਈ ਚੇਂਜ ਕਰਕੇ ਦੇਖ ਲਿਓ ਤੁਸੀਂ ਤੁਸੀਂ ਦੇਖ ਲਿਓ ਤਾਂ ਉਹਦੇ ਤੇ ਹੋ ਜਾਊਗਾ ਤੇ ਉਹ ਅਸੀਂ ਬਸ ਆ ਜਲਦੀ ਅਨਾਉਂਸ ਕਰ ਦਾਂਗੇ ਇੰਸਟਾਗ੍ਰਾਮ ਦੇ ਉੱਤੇ ਤੁਸੀਂ ਅਪਡੇਟ ਰਹਿੰਦੇ ਹੋ ਸਾਰੇ ਜਣੇ ਤਾਂ ਉਹਦੇ ਦੇ ਉੱਤੇ ਕਰ ਦਾਂਗੇ ਵੀ ਚਲੋ ਜੀ ਫਿਰ ਹੁਣ ਵੀਰਵਾਰ ਨੂੰ ਮਿਲਾਂਗੇ 7 ਵਜੇ ਸ਼ਾਮ ਨੂੰ ਜੀ ਹਾਂ ਥੋੜਾ ਜਿਹਾ ਲੇਟ ਫੇਟ ਹੋ ਸਕਦਾ ਵੀਰਵਾਰ ਨੂੰ ਮਨ ਦਾ ਕੰਮ ਹੂੰ ਹਾਂ ਚਲੋ ਭਾਈ ਦੇਖਦੇ ਹਾਂ ਫਿਰ ਹਾਂ ਆਊਗਾ ਪੱਕਾ ਪੌਡਕਾਸਟ ਆਊਗਾ ਪੱਕਾ ਕੋਈ ਹਾਂ ਚਲੋ ਜੀ ਧੰਨਵਾਦ ਤੁਸੀਂ ਸਮਾਂ ਦਿੱਤਾ ਧੰਨਵਾਦ ਜੀ ਧੰਨਵਾਦ ਜੀ